ਜੇਲ੍ਹ ਦੇ ਵਿੱਚ ਖੁਦ ਗੁਰਜੀਤ ਸਿੰਘ ਖਹਿਰਾ ਉੱਥੇ ਕਹਿੰਦਾ ਆਇਆ ਕਿ ਮੈਨੂੰ ਸੁਖਬੀਰ ਬਾਦਲ ਨੇ ਕਿਹਾ ਵੀ ਤੈਨੂੰ ਅਕਾਲ ਤਖ਼ਤ ਦਾ ਜਥੇਦਾਰ ਜਾਂ ਆਨੰਦਪੁਰ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਜਾਊਗਾ। ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ, ਇਹ ਖੁਰਦੀਪ ਸਿੰਘ ਖਹਿੜਾ ਨੇ ਕਿਹਾ। ਬੜੇ ਭਰੋਸੇਯੋਗ ਸੂਤਰਾਂ ਦੇ ਨਾਲ ਮੈਂ ਦਾਅਵੇ ਨਾਲ ਨਾਮ ਵੀ ਪੇਸ਼ ਕਰ ਸਕਦਾ, ਸਾਡੇ ਜੇਲ੍ਹ ਵਾਲੇ ਬੰਦਿਆਂ ਨਾਲ ਸਾਡੇ ਸੰਪਰਕ ਹੈ ਨਿੱਜੀ ਤੌਰ 'ਤੇ। ਕੀ ਜਸਵੀਰ ਸਿੰਘ ਰੋਡੇ ਏਜੰਸੀਆਂ ਦੇ ਬੰਦੇ ਨੇ? ਜਿਹੜਾ ਸਾਰਾ ਲੈਣੀ ਪਰਿਵਾਰ ਸ਼ਹੀਦਾਂ ਦਾ ਹੋਵੇ ਉਹ ਤਾਂ ਹੋ ਗਿਆ ਏਜੰਸੀਆਂ ਦੇ ਬੰਦੇ, ਤੇ ਜਿਹੜਾ ਏਜੰਸੀਆਂ ਦੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਤੀ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਵਾੜ ਦਿੱਤੇ, ਵਾਹਿਗੁਰੂ ਕਰਦੇ ਸਿੰਘਾਂ ਦੇ ਉੱਪਰ ਗੋਲੀਆਂ ਚਾ ਕੇ ਸਿੰਘ ਸ਼ਹੀਦ ਕਰ ਦਿੱਤੇ, ਤੇ ਉਹਨਾਂ ਨੂੰ ਮਤਲਬ ਜਿਹੜੀ ਸੁਰੱਖਿਅਤ ਦੇਣ ਵਾਲਾ ਸੁਖਬੀਰਵਾਲ ਪੰਥ ਦਾ ਜਥੇਦਾਰ ਲੀਡਰ ਹੋ ਗਿਆ। ਲੋਕਾਂ ਦੇ ਮਨ 'ਚ ਕੀ ਜਾਊਗਾ ਵੀ ਜਿਹੜੇ ਏਜੰਸੀਆਂ ਦੇ ਬੰਦੇ ਜਿਹਨਾਂ ਨੂੰ ਕਹਿ ਰਹੇ ਆ ਉਹ ਹੁਕਮਨਾਮਾ ਸਾਹਿਬ ਦੀ ਕਥਾ ਕਰਦੇ? ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦਾ 3 ਸਾਲ ਤੋਂ ਮੁੰਡਾ ਭਾਈ ਗੁਰਮੁਖ ਸਿੰਘ ਅੱਜ ਵੀ ਜੇਲ੍ਹ ਦੇ ਵਿੱਚ ਬੈਠਾ, 3 ਸਾਲ ਪੂਰੇ ਹੋ ਗਏ ਆ, ਤੇ ਇਹ ਫਿਰ ਵੀ ਏਜੰਸੀ ਦਾ ਬੰਦਾ। ਕੁਰਬਾਨੀ ਕਰਨ ਤੋਂ ਬਾਅਦ ਕੋਈ ਪੈਂਦੇ ਖਾਂ ਵਰਗਾ ਨਵਾਂ ਜੰਮ ਕੇ ਕਹਿ ਦੇਵੇ ਹੁਣ ਗੁਰੂ ਸਾਹਿਬ ਦੇ ਜਾਂ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਚੈਲੰਜ ਕਰਨਾ, ਉੱਠਦਾ ਉਹਦੇ ਫਿਰ ਸੰਸਾਰ ਦੇ ਸਿੱਖਾਂ ਕੋਲ ਪੈਣੀ ਪੈਣੀ ਹੈ। ਸੁਖਬੀਰ ਬਾਦਲ ਤੂੰ ਜਿਹੜੇ ਮਰਜ਼ੀ ਸਿੰਘ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਨੂੰ ਸਿੰਘ ਨੂੰ ਲਿਆ ਕੇ ਵਰਤ ਲਵਾਂ, ਤੇਰੀ ਜਿਹੜੀ ਬੇੜੀ ਮੰਝ ਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਡੋਬਤੀ ਨਾ, ਇਹ ਨਹੀਂ ਹੁਣ ਨਿਕਲਣੀ। ਨਾ ਤੂੰ ਪ੍ਰਧਾਨ ਬਣੇ ਨਾ ਤੂੰ ਮੁੱਖ ਮੰਤਰੀ ਬਣੇ, ਜਿੰਨਾ ਤੇ ਤੂੰ ਭੱਜ ਹੁੰਦਾ ਭੱਜ ਲਾ। ਤੁਸੀਂ ਦੱਸੋ ਅਕਾਲੀ ਦਲ ਦਾ ਪ੍ਰਧਾਨ ਹੋਵੇ ਉਹਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਬੰਦਾ ਇਹ ਪੁੱਛੇ ਵੀ ਤੇਰੀ ਸ੍ਰੀ ਸਾਹਿਬ ਕਿੱਥੇ ਆ, ਕਿੱਡੀ ਸ਼ਰਮ ਦੀ ਗੱਲ ਆ ਕਿ ਅਕਾਲੀ ਦਲ ਦੇ ਪ੍ਰਧਾਨ ਕੋਲ ਸ੍ਰੀ ਸਾਹਿਬ ਹੈ ਨਹੀਂ, ਕਸ਼ਹਿਰਾ ਹੈ ਨਹੀਂ, ਮਤਲਬ ਤੁਸੀਂ ਅੱਜ ਵੀ ਜਾ ਕੇ ਚੈੱਕ ਕਰੋ ਅੱਜ ਕਿਹੜਾ ਪਾਇਆ ਹੋਣਾ ਕਸ਼ਹਿਰਾ ਉਹਨੇ ਜੀ। ਭਾਈ ਖੇੜਾ ਸਾਹਿਬ ਨੇ ਸਟੇਜ ਦੇ ਉੱਤੇ ਕਿਹਾ ਵੀ ਜਿੰਨੇ ਮੋਰਚੇ ਲੱਗੇ ਆ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਇਹ ਸਾਨੂੰ ਜੇਲ੍ਹ 'ਚ ਅੰਦਰ ਰਖਾਉਣ ਨੂੰ ਲੱਗੇ ਹੋਏ ਆ, ਇਹਦੇ ਕੀ ਮਾਇਨੇ ਨੇ? ਲੱਖਾਂ ਰੁਪਈਆ ਲੱਗ ਰਿਹਾ, ਕਰੋੜਾਂ ਰੁਪਈਆ ਲੱਗ ਰਿਹਾ, ਮੋਰਚਿਆਂ ਦੇ ਵਿੱਚ ਸਿੱਖ ਇੰਨੀ ਤਾਕਤ ਲਾ ਰਹੇ ਨੇ ਕਿ ਉਹ ਬੰਦੀ ਸਿੰਘਾਂ ਨੂੰ ਜੇਲ੍ਹ 'ਚ ਰੱਖਣ ਵਾਸਤੇ। ਗੁਰਦੀਪ ਸਿੰਘ ਖੇੜਾ ਸਾਹਿਬ ਨੇ ਸਿੰਘ ਸਾਹਿਬ ਭਾਈ ਜੀ ਸੁਨੇ ਰੋਡੇ ਨੂੰ ਫੋਨ ਕੀਤਾ, ਇੱਕ ਚਿੱਠੀ ਵੀ ਲਿਖੀ 2012 ਦੇ ਵਿੱਚ। ਉਹਦੇ ਵਿੱਚ ਉਹਨੇ ਮੰਗ ਕੀਤੀ ਕਿ ਅਸੀਂ ਜੇਲ੍ਹ ਦੇ ਵਿੱਚ ਬਹੁਤ ਤੰਗ ਆ ਤੇ ਸਾਡੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ, ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ 3 ਮਨੀ ਆਰਡਰ ਭੇਜੇ, ਉਹ ਅੱਜ ਵੀ ਰਿਕਾਰਡ ਕੱਢ ਕੇ ਦੇਖ ਸਕਦੇ ਹਾਂ। ਬਾਹਰਲਾ ਇੱਕ ਸਿੰਘ ਉਹਨੇ 10,000 ਰੁਪਇਆ ਪੱਕਾ ਇਹਨੂੰ ਮਹੀਨੇ ਦਾ ਲਾਇਆ, 3.5 ਲੱਖ ਰੁਪਈਆ ਮਤਲਬ ਦਾਦੂ ਵਾਲਾ ਕਹਿੰਦਾ ਮੈਂ ਸੰਗਤਾਂ ਕੋਲੋਂ ਦਵਾਏ। ਇਹਦੇ ਪਿੰਡ ਦਾ ਪ੍ਰਗਟ ਸਿੰਘ ਇਟਲੀ ਵੀ ਸਾਡਾ ਪ੍ਰਧਾਨ ਆ ਇਟਲੀ ਦੇ ਵਿੱਚ, ਉਹ 7 ਲੱਖ ਰੁਪਈਆ ਉਹਨੇ ਭੇਜਿਆ। ਜਿਹੜਾ ਇੰਨਾ ਪੈਸਾ ਇਕੱਠਾ ਕੀਤਾ ਕਿੱਥੇ ਲਾਇਆ ਇਹਨੇ? ਜੇ ਘਰ ਤਾਂ ਰਸਵੀਰ ਬਾਦਲ ਨੇ ਬਣਾ ਦਿੱਤਾ। ਜਿਹੜੇ ਦਿੱਲੀ ਦਰਬਾਰ ਅੱਗੇ ਕਦੇ ਨਹੀਂ ਝੁਕੇ, ਵੱਡੀਆਂ ਹਕੂਮਤਾਂ ਅੱਗੇ ਕਦੇ ਨਹੀਂ ਝੁਕੇ, ਉਹ ਆਖਿਰ ਇਸ ਦਲ ਅੱਗੇ ਕਿਉਂ ਝੁੱਕ ਗਏ? ਗੁਰਦੀਪ ਸਿੰਘ ਖੇੜਾ ਨੇ ਸਟੇਜ ਦੇ ਉੱਤੇ ਕਿਹਾ ਵੀ 78 ਤੋਂ ਲੈ ਕੇ ਹੁਣ ਤੱਕ ਬਾਦਲ ਪਰਿਵਾਰ ਨੇ ਕਦੇ ਕੋਈ ਮਾੜਾ ਕੰਮ ਕੀਤਾ ਹੀ? ਮੈਂ ਨਹੀਂ ਚਾਹੁੰਦਾ ਕਿ ਬੰਦੀ ਸਿੰਘ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ, ਅੱਜ ਆਪਣੀ ਕੁਰਬਾਨੀ ਹਾਥੀ ਨੂੰ ਨਹਾ ਕੇ ਤੇ ਖੇ ਸੁਆਹ ਆਪਣੇ ਉੱਪਰ ਪਾਉਣ ਦੀ ਕੋਸ਼ਿਸ਼ ਕਰੇ। ਤੁਸੀਂ ਸਾਨੂੰ ਕਹਿ ਰਹੇ ਹਾਂ ਕਿ ਉਹ 34 ਸਾਲ ਕਿਹੜੇ ਬਹੁਤ ਵੱਡੀ ਕੁਰਬਾਨੀ ਆ, ਕੀ ਸੰਤ ਬਾਬਾ ਜਰਨੈਲ ਸਿੰਘ ਪਰਿਵਾਰ ਦੇ ਨਾਲੋਂ ਜ਼ਿਆਦਾ ਵੱਡੀ ਕੁਰਬਾਨੀ ਆ? ਸਤਿਕਾਰ ਹੈ ਖੇੜਾ ਸਾਹਿਬ ਦਾ, ਬਾਕੀ ਸਿੰਘਾਂ ਦਾ ਸਤਿਕਾਰ ਆ ਵੀ ਜਿਹਨਾਂ ਨੇ ਸਾਰੀ ਉਮਰ ਲਾਤੀ ਹੈ, ਪਰ ਜੇ ਮੰਨ ਲਓ ਕਿਸੇ ਨੇ 2 ਸਾਲ ਹੀ ਲਾਏ, ਅੰਮ੍ਰਿਤਪਾਲ ਸਿੰਘ ਨੇ ਮੰਨ ਲਓ 1 ਸਾਲ ਹੀ ਲਾਇਆ, ਪਰ ਮਹਾਰਾਜ ਨੇ ਉਸਦਾ ਉਹਨੂੰ ਲਿਆਂਦਾ ਹੀ ਹੋਣਾ ਤਾਂ ਹੁਣ ਪ੍ਰਵਾਨ ਕੀਤਾ ਹੋਵੇਗਾ, ਕਿਸੇ ਨੇ ਇੱਕ ਦਿਨ ਈਰਖਾ ਕੀ ਸਿੰਘ 'ਚ ਹੋਣੀ ਚਾਹੀਦੀ ਹੈ? ਅੰਮ੍ਰਿਤਪਾਲ ਦੀ ਚੜ੍ਹਾਈ ਹੋ ਗਈ, ਉਹ ਮੈਂਬਰ ਪਾਰਲੀਮੈਂਟ ਬਣ ਗਿਆ, ਪਰ ਉਹਨੇ ਬੰਦੀ ਸਿੰਘਾਂ ਵਾਸਤੇ ਕੀ ਮਾੜਾ ਕੰਮ ਕਰ ਦਿੱਤਾ? ਜਸਵੀਰ ਸਿੰਘ ਰੋਡੇ ਹੋਣੀ ਵੀ ਲਗਾਤਾਰ ਬਹੁਤ ਲੰਮਾ ਸਮਾਂ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਖਲੋਂਦੇ ਨਜ਼ਰ ਆਏ ਨੇ, ਇਹਨਾਂ ਦੇ ਧੀਆਂ ਪੁੱਤਾਂ ਦੇ ਵਿਆਹਾਂ 'ਤੇ ਸੁਖਬੀਰ ਸਿੰਘ ਬਾਦਲ ਹੁਣੀ ਜਾਂਦੇ ਰਹੇ ਨੇ, ਤੁਹਾਡੇ 'ਤੇ ਸਵਾਲ ਹੋ ਰਹੇ, ਕਹਿੰਦੇ ਉਦੋਂ ਤਾਂ ਇਕੱਠੇ ਸੀ ਇਹ, ਹੁਣ ਪਤਾ ਨਹੀਂ ਕੀ ਗੱਲ ਹੋ ਗਈ, ਤੁਸੀਂ ਦੱਸਣਾ ਚਾਹੋਗੇ ਵੀ ਆਖਿਰ ਗੱਲ ਹੋਈ ਕੀ ਹੈ? ਪਿਛਲੇ ਦਿਨੀ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਨੇ ਬਾਬਾ ਬਕਾਲਾ ਸਾਹਿਬ ਦੀ ਅਕਾਲੀ ਦਲ ਬਾਦਲ ਦੀ ਸਿਆਸੀ ਸਟੇਜ ਤੋਂ ਪੰਥ ਦੀਆਂ ਕੁਝ ਖਾਸ ਸ਼ਖਸੀਅਤਾਂ ਦੇ ਖਿਲਾਫ ਬਹੁਤ ਭੱਦੇ ਇਲਜ਼ਾਮ ਲਾਏ, ਜਿਨ੍ਹਾਂ ਦੇ ਵਿੱਚ ਸ਼ਾਮਿਲ ਸੀ ਮੁੱਖ ਤੌਰ 'ਤੇ ਭਾਈ ਜਸਵੀਰ ਸਿੰਘ ਰੋਡੇ, ਬਲਜੀਤ ਸਿੰਘ ਦਾਦੂਵਾਲ ਅਤੇ ਅੰਮ੍ਰਿਤਪਾਲ ਸਿੰਘ। ਅੱਜ ਅਸੀਂ ਭਾਈ ਜਸਵੀਰ ਸਿੰਘ ਰੋਡੇ ਹੋਣਾਂ ਦੇ ਵੱਲੋਂ ਜਿਹੜਾ ਹੈਗਾ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ
ਦਮਦਮੀ ਟਕਸਾਲ ਦੇ ਜਿਹੜਾ ਹੈਗਾ ਉਹ ਪੱਖ ਦੇ ਵਿੱਚ ਲਗਾਤਾਰ ਭੁਗਤਣ ਵਾਲੇ ਸਿੱਖ ਆਗੂ ਭਾਈ ਚਰਨਜੀਤ ਸਿੰਘ ਜਸੋਵਾਲ ਦੇ ਨਾਲ ਮੌਜੂਦ ਹਾਂ। ਅਸੀਂ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਇਲਜ਼ਾਮਾਂ ਦੇ ਉੱਤੇ ਇਹਨਾਂ ਦਾ ਕੀ ਜਵਾਬ ਹੈ, ਕੀ ਵਾਕਿਆ ਹੀ ਜਸਵੀਰ ਸਿੰਘ ਰੋਡੇ ਏਜੰਸੀਆਂ ਦੇ ਬੰਦੇ ਨੇ, ਕੀ ਵਾਕਿਆ ਹੀ ਜਸਵੀਰ ਸਿੰਘ ਰੋਡੇ ਹੁਣੀ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਆਉਣ ਦੇ ਰਹੇ, ਕੀ ਵਾਕਿਆ ਹੀ ਇੰਨੇ ਮਾੜੇ ਨੇ ਜਸਵੀਰ ਸਿੰਘ ਰੋਡੇ ਕਿ ਦੁਬਈ ਦੇ ਵਿੱਚੋਂ ਇਹਨਾਂ ਨੂੰ ਜਿਹੜਾ ਹੈਗਾ ਪਲਾਂਟ ਕਰਕੇ ਪੰਜਾਬ ਦੇ ਵਿੱਚ ਭੇਜਿਆ ਗਿਆ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੇਰਾ ਇਹੋ ਸਵਾਲ, ਕੀ ਜਸਵੀਰ ਸਿੰਘ ਰੋਡੇ ਏਜੰਸੀਆਂ ਦੇ ਬੰਦੇ ਨੇ? ਮੈਂ ਇਸ ਸਵਾਲ ਦੇ ਉੱਪਰ ਸ਼ੁਰੂਆਤ ਇਹ ਕਰਨੀ ਚਾਹੁੰਦਾ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਪਰਿਵਾਰ ਆ ਜੀ, ਇਹ ਬਹੁਤ ਸਤਿਕਾਰਯੋਗ ਆ। ਇਸ ਪਰਿਵਾਰ ਦੇ ਵਿੱਚ ਜਿੱਦਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਦੇ ਭਤੀਜੇ ਹਨ ਜੀ, ਪਰ ਜਿਹੜਾ ਮਤਲਬ ਗੁਰਦੀਪ ਸਿੰਘ ਖੇੜੇ ਨੇ ਉਸ ਸਥਾਨ ਦੇ ਉੱਪਰ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ ਦੇ ਉੱਪਰ ਝੂਠ ਬੋਲਿਆ, ਮੈਂ ਉਹਦੇ ਬਾਰੇ ਕਹਿਣਾ ਚਾਹੁੰਦਾ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਬਾਬਾ ਜਰਨੈਲ ਸਿੰਘ ਦੀ ਤਾਂ ਗੱਲ ਬਹੁਤ ਵੱਡੀ ਆ, ਆਪਾਂ ਉਹਦੇ ਜੋੜਿਆਂ ਵਰਗੇ ਵੀ ਨਹੀਂ ਬਣ ਸਕਦੇ, ਪਰ ਜੇ ਆਪਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬਾਰੇ ਵੀ ਗੱਲ ਕਰ ਲਈਏ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਪਹਿਲੀ ਗੱਲ ਤਾਂ ਉਹ ਜਿਹੜਾ ਇਹ ਕਹਿੰਦਾ ਵੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੁਬਈ ਤੋਂ ਪਲਾਨ ਹੋ ਕੇ ਆਏ ਆ, ਉਹ ਝੂਠ ਬੋਲ ਰਿਹਾ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ 1984 ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਲਾਨ ਮੁਤਾਬਕ ਜੀ ਉਹ ਇੰਗਲੈਂਡ ਦੀ ਧਰਤੀ 'ਤੇ ਚਲੇ ਗਏ ਸੀਗੇ, ਉੱਥੇ ਦੋ ਤਿੰਨ ਮਹੀਨੇ ਰਹਿਣ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਪਹੁੰਚੇ, ਉੱਥੇ ਇੱਕ ਦੋ ਮਹੀਨੇ ਲਾਏ, ਉਦੋਂ ਬਾਅਦ ਉਹ ਫਿਰ ਇੰਗਲੈਂਡ ਚਲੇ ਗਏ। ਇੰਗਲੈਂਡ ਜਾਣ ਵੇਲੇ ਇੰਗਲੈਂਡ ਦੇ ਸਰਕਾਰ ਨੇ ਉਹਨਾਂ ਨੂੰ ਰੋਕ ਲਿਆ, ਉੱਥੇ ਨਹੀਂ ਜਾਣ ਦਿੱਤਾ, ਉਹਨਾਂ ਨੂੰ ਸਪੇਨ ਤੋਂ ਗ੍ਰਿਫਤਾਰ ਕੀਤਾ ਗਿਆ ਜੀ। ਇਹ ਸਭ ਤੋਂ ਬਹੁਤ ਵੱਡਾ ਝੂਠ ਬੋਲਿਆ, ਕਿਸੇ ਗੱਲ ਦਾ ਪਤਾ ਨਹੀਂ, ਜਿੱਦਾਂ ਕਿਸੇ ਦੇ ਮਗਰ ਲੱਗ ਕੇ ਕਿੱਦਾਂ ਪੜ੍ਹਾਇਆ ਸਿਖਾਇਆ ਉਸੇ ਢੰਗ ਦੇ ਨਾਲ ਬੋਲੀ ਜਾਂਦਾ। ਮੈਂ ਇਸ ਕਰਕੇ ਸ਼ੁਰੂਆਤ ਵਿੱਚ ਹੀ ਤੁਸੀਂ ਸਵਾਲ ਇਹ ਕੀਤਾ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਏਜੰਸੀਆਂ ਦੇ ਬੰਦੇ ਉਹਨੇ ਕਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹਾਂ, ਅਤੇ ਮੈਂ ਉਹਦੇ ਬਾਰੇ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰਦੀਪ ਸਿੰਘ ਖੇੜੇ ਨੇ ਇੱਕ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਜੀ ਇਹ ਸਵਾਲ ਕੀਤਾ ਕਿ ਮੇਰਾ ਜਿਹੜਾ ਦਿਮਾਗ ਆ ਸੁਪਰ ਕੰਪਿਊਟਰ ਸਿਸਟਮ ਆ, ਅਤੇ ਮੇਰੇ ਸੋਰਸ ਵੀ ਸਾਡੇ ਬਹੁਤ ਜਗ੍ਹਾ 'ਤੇ ਸਾਡੇ ਹਰ ਤਰ੍ਹਾਂ ਦੇ ਸੋਰਸ ਹਨ, ਮੈਂ ਗੁਰਦੀਪ ਸਿੰਘ ਖੇੜੇ ਨੂੰ ਹੱਥ ਜੋੜ ਕੇ ਜਿਹੜੇ ਬੰਦੀ ਸਿੰਘ ਹਨ ਉਹ ਜਗਤਾਰ ਸਿੰਘ ਹਰਵਾਰਾ ਹੋਣ ਜਾਂ ਮਤਲਬ ਲਖਵਿੰਦਰ ਸਿੰਘ ਹੋਣ, ਸ਼ਮਸ਼ੇਰ ਸਿੰਘ ਹੋਵੇ, ਰਾਜੇਆਣਾ ਹੋਵੇ, ਗੁਰਦੀਪ ਸਿੰਘ ਖੇੜਾ ਆਪ ਵੀ ਕਿਉਂ ਨਾ ਹੋਣ, ਬਹੁਤ ਸਤਿਕਾਰਯੋਗ ਹਨ, ਅਤੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ 34-35 ਸਾਲ, ਪਰ ਇਹ ਜਿਹੜੇ 9 ਸਿੰਘ ਬੰਦੀ ਹਨ, ਕੋਈ 25 ਸਾਲ, ਕੋਈ 30 ਸਾਲ, ਕੋਈ 34 ਸਾਲ, ਇਹਨਾਂ ਤੋਂ ਵੱਖਰੇ ਜਿਨ੍ਹਾਂ ਨੇ 17 ਸਾਲ ਕੱਟੇ, ਕਈਆਂ ਨੇ 13 ਸਾਲ ਕੱਟੇ, ਬਹੁਤ ਅਜਿਹੇ ਲੋਕ ਹਨ ਜਿਨ੍ਹਾਂ ਦਾ ਅਜੇ ਨਾਂ ਸਾਹਮਣੇ ਨਹੀਂ ਹੈਗਾ, ਸਾਨੂੰ ਉਹ ਸਿੰਘਾਂ ਦੇ ਅਸੀਂ ਮਿਲਦੇ ਰਹੇ ਹਾਂ। ਅਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਗੁਰਦੀਪ ਸਿੰਘ ਖੇੜਾ ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਆਪ ਏਜੰਸੀਆਂ ਦਾ ਬੰਦਾ ਹੁੰਦਾ, ਜਦ ਉਹਨੂੰ ਇਸ ਗੱਲ ਦਾ ਗਿਆਨ ਸੀ, ਉਹਦਾ ਕੰਪਿਊਟਰ ਸਿਸਟਮ ਕੰਮ ਕਰ ਰਿਹਾ ਸੀ, ਉਹ 2012 ਦੇ ਵਿੱਚ ਸਿੰਘ ਸਾਹਿਬ ਰੋਡੇ ਸਾਹਿਬ ਬੰਗਲਾ ਸਾਹਿਬ ਤੋਂ ਕਥਾ ਕਰ ਰਹੇ ਹਨ, ਉਹ ਕਥਾ ਦੇ ਵਿੱਚੋਂ ਟੈਲੀਵਿਜ਼ਨ 'ਤੇ ਚੱਲਦਾ ਨੰਬਰ ਲੈ ਕੇ ਉਹ ਏਜੰਸੀਆਂ ਦੇ ਬੰਦੇ ਨੂੰ ਫੋਨ ਕਰ ਰਿਹਾ, ਅਤੇ ਫੋਨ ਕਰਕੇ ਜਿਹੜਾ ਅੱਜ ਕਹਿ ਰਿਹਾ ਅੰਮ੍ਰਿਤਪਾਲ ਬਾਰ ਕੇ ਲੇਲੜੀਆਂ ਕੱਢ ਲਿਆ, ਉਹ ਤਰਲੇ ਮਾਰ ਰਿਹਾ, ਗੁਰਦੀਪ ਸਿੰਘ ਖੇੜੇ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚ ਬਹੁਤ ਤੰਗ ਹਾਂ, ਸਿੰਘ ਸਾਹਿਬ ਜੀ ਮੇਰੀ ਮਦਦ ਕਰੋ, ਪਹਿਲਾਂ ਤਾਂ ਮੈਨੂੰ ਜੇਲ੍ਹ ਦੇ ਵਿੱਚ ਮਨੀ ਆਰਡਰ ਭੇਜੋ। ਇਹ ਗੱਲ ਖੇੜਾ ਸਾਹਿਬ ਨੇ, ਇਹ ਖੇੜਾ ਸਾਹਿਬ ਗੁਰਦੀਪ ਸਿੰਘ ਖੇੜਾ ਸਾਹਿਬ ਨੇ ਸਿੰਘ ਸਾਹਿਬ ਭਾਈ ਜਸਵੀਰ ਰੋਡੇ ਨੂੰ ਫੋਨ ਕੀਤਾ, ਇੱਕ ਚਿੱਠੀ ਵੀ ਲਿਖੀ
2012 ਦੇ ਵਿੱਚ। ਅੱਛਾ ਜੀ। ਅਤੇ ਉਹ ਜਿਹੜੀ ਚਿੱਠੀ ਲਿਖੀ, ਉਹ ਫੋਨ ਕੀਤਾ, ਉਹਦੇ ਵਿੱਚ ਉਹਨੇ ਮੰਗ ਕੀਤੀ ਕਿ ਅਸੀਂ ਜੇਲ੍ਹ ਦੇ ਵਿੱਚ ਬਹੁਤ ਤੰਗ ਹਾਂ ਅਤੇ ਸਾਡੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਵੇ। ਅੱਛਾ ਜੀ। ਮੈਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਬਾਰੇ ਸੰਸਾਰ ਪੱਧਰ ਦੀਆਂ ਸੰਗਤਾਂ ਸਾਰੀਆਂ ਜਾਣਦੀਆਂ, ਉਹਨਾਂ 'ਚ ਧਰਮੀ ਫੌਜੀ ਵੀ ਆ, ਜਿਨ੍ਹਾਂ ਵਿੱਚੋਂ ਕੁਝ ਧਰਮੀ ਫੌਜੀਆਂ ਨੂੰ ਮੈਂ ਵੀ ਉਹਨਾਂ ਦੀਆਂ ਗੁੱਡੀਆਂ ਦੇ ਵਿਆਹ ਦੇ ਉੱਪਰ ਕਿਸੇ ਨੂੰ 40,000 ਰੁਪਈਆ, ਕਿਸੇ ਨੂੰ 20,000 ਰੁਪਈਆ ਦਵਾਇਆ। ਸਾਡੇ ਹੁਸ਼ਿਆਰਪੁਰ ਮਾਲਪੁਰ ਜ਼ਿਲ੍ਹੇ ਵਿੱਚ ਵੀ 40,000 ਰੁਪਈਆ ਦਵਾਇਆ। ਅਤੇ ਅਸੀਂ ਜਿਹੜੀ ਸੰਗਤ ਬਾਹਰੋਂ, ਪਹਿਲੀ ਗੱਲ ਇੱਥੇ ਮੈਂ ਇੱਕ ਹੋਰ ਗੱਲ ਤੁਹਾਨੂੰ ਵਿੱਚ ਐਡ ਕਰਨੀ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਐਂਟਨ ਪੰਥਕ ਦਲ ਦੇ ਸਰਪ੍ਰਸਤ ਹਨ, ਸਾਡੀ ਆਪਣੀ ਪਾਰਟੀ ਆ। ਸਿੰਘ ਸਾਹਿਬ ਨੇ ਅੱਜ ਤੱਕ ਵਿਦੇਸ਼ ਦੀਆਂ ਸੰਗਤਾਂ ਨੂੰ ਜਾਂ ਦੇਸ਼ ਦੀਆਂ ਸੰਗਤਾਂ ਨੂੰ ਕਦੇ ਕੋਈ ਲੌਸਮੈਂਟ ਨਹੀਂ ਕੀਤੀ, ਕਦੇ ਕਿਸੇ ਨੂੰ ਕੋਈ ਬੇਨਤੀ ਨਹੀਂ ਕੀਤੀ, ਕਿਸੇ ਨੂੰ ਕੋਈ ਵੀਡੀਓ ਪਾ ਕੇ ਨਹੀਂ ਕਿਹਾ ਕਿ ਸਾਨੂੰ ਪੈਸੇ ਭੇਜੋ, ਅਸੀਂ ਬੰਦੀ ਸਿੰਘਾਂ ਦੀ ਮਦਦ ਕਰਨੀ ਜਾਂ ਧਰਮੀ ਫੌਜੀਆਂ ਦੀ ਮਦਦ ਕਰਨੀ ਆ। ਇਹ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਇਸ ਕਰਕੇ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ 1978 ਤੋਂ ਮੋਰਚਾ ਆਰੰਭ ਹੋਇਆ ਜੀ, ਅਤੇ ਜਿਹਦਾ ਮਤਲਬ ਅਗਾਧ ਬਾਬਾ ਜਰਨੈਲ ਸਿੰਘ ਖਾਲਸਾ ਨੇ 1982 ਮਈ ਦੇ ਵਿੱਚ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਉਹਨਾਂ ਨੂੰ ਛਡਾਉਣ ਵਾਸਤੇ ਜੀ ਜਿਹੜਾ ਮੋਰਚਾ ਲਾਇਆ ਸੀ। ਅਤੇ ਸਿੰਘ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਤਾਂ ਮੰਗ ਇੰਨੀ ਸੀਗੀ ਕਿ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਸ਼ਹੀਦ ਤਾਂ ਉਹ ਬਾਅਦ ਵਿੱਚ ਹੋਏ, ਉਸ ਵੇਲੇ ਤੋਂ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ, ਦੋ ਸਿੰਘ ਪਹਿਲਾਂ ਸਾਡੇ ਟਕਸਾਲ ਜਹੇ ਦੇ ਫੜ ਲਏ, ਜਿਹਨਾਂ ਵਿੱਚ ਇੱਕ ਜਗੀਰ ਸਿੰਘ ਮਹੰਤ ਸੀ, ਇੱਕ ਦੋ ਸਿੰਘ ਹੋਰ ਸੀ, ਜੀਪ ਫੜ ਲਈ ਜਹੇ ਦੀ ਬਾਬੇ ਬਕਾਲੇ ਦੇ ਵਿੱਚ। ਉਹਨਾਂ ਨੂੰ ਛਡਾਉਣ ਵਾਸਤੇ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਰਾ ਸਿੰਘ ਨੂੰ ਬਾਬਾ ਜਰਨੈਲ ਸਿੰਘ ਖਾਲਸਾ ਨੇ ਭੇਜਿਆ, ਪੁਲਿਸ ਨੇ ਉਹ ਵੀ ਫੜ ਕੇ ਉੱਥੇ ਬਿਠਾ ਲਏ। ਉਹਨਾਂ ਨੂੰ ਛਡਾਉਣ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ 12 ਵਜੇ ਮਹਿਤੇ ਚੌਂਕ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰੇ ਵਿੱਚ ਹਾਜ਼ਰ ਸਨ। ਉਹਨਾਂ ਨੇ 12-1-2 ਵਜੇ ਤਿਆਰੀ ਕਰਕੇ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਦੇ ਚਰਨਾਂ 'ਚ, ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਕੇ ਉੱਥੋਂ ਮੋਰਚਾ ਆਰੰਭ ਕਰ ਦਿੱਤਾ। ਅਤੇ ਮੋਰਚਾ ਸਿਰਫ ਇੰਨਾ ਹੀ ਬਾਬਾ ਜਰਨੈਲ ਸਿੰਘ ਖਾਲਸਾ ਨੇ ਕਿ ਬਿਨਾਂ ਸ਼ਰਤ ਸਿੰਘਾਂ ਨੂੰ ਰਿਹਾਈ ਕਰਵਾਉਣੀ ਆ, ਅਤੇ ਮੈਂ ਭਾਈ ਅਮਰੀਕ ਸਿੰਘ ਠਾਰਾ ਸਿੰਘ ਨੂੰ ਅਤੇ ਗਿਆਨੀ ਮੋਹਰ ਸਿੰਘ ਜਿਹਨੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਮੋਹਰੇ ਟੈਂਕ ਰੋਕ ਕੇ ਉਹਦਾ ਪਰਿਵਾਰ, ਉਹਦੀਆਂ ਦੋ ਬੱਚੀਆਂ ਬੰਬ ਬੰਨ ਕੇ ਸਰੀਰ ਨਾਲ ਸ਼ਹੀਦ ਹੋ ਗਈਆਂ, ਮੈਂ ਇਹਨਾਂ ਦੀ ਅੰਮ੍ਰਿਤਸਰ ਜੇਲ੍ਹ ਵਿੱਚ ਜਾ ਕੇ ਬਾਬਾ ਜਰਨੈਲ ਸਿੰਘ ਖਾਲਸਾ ਨਾਲ ਮੁਲਾਕਾਤ ਵੀ ਕਰਦਾ ਰਿਹਾ। ਅਤੇ ਉਹ ਜਿਹੜਾ ਮਤਲਬ ਸਾਰਾ ਕੁਝ ਉਹ ਕਹਿ ਰਿਹਾ ਵੀ ਝੂਠ ਬੋਲਿਆ ਗੁਰਦੀਪ ਸਿੰਘ ਖੈੜਾ, ਕਿ ਮਤਲਬ ਉਹ ਨਾਲ ਦੂਜੇ ਬੰਨੇ, ਇੱਕ ਬੰਨੇ ਤਾਂ ਏਜੰਸੀਆਂ ਦੇ ਬੰਦੇ ਕਹਿ ਰਿਹਾ ਅਤੇ ਦੂਸਰੇ ਬੰਨੇ ਉਹ ਸਿੰਘ ਸਾਹਿਬ ਨੂੰ ਆਪਣੇ ਵੱਲੋਂ ਚਿੱਠੀ ਲਿਖ ਰਿਹਾ, ਟੈਲੀਫੋਨ ਕਰ ਰਿਹਾ। ਉਹ ਤੁਸੀਂ ਆਪਣੀ ਮੀਡੀਆ ਉੱਪਰ ਸੁਣ ਸਕਦੇ ਹਾਂ ਕਿ ਗੁਰਦੀਪ ਸਿੰਘ ਖੈੜਾ ਮਤਲਬ ਕਹਿ ਰਿਹਾ ਕਿ ਮੈਂ ਸਿੰਘ ਸਾਹਿਬ ਨੂੰ ਫੋਨ ਕੀਤਾ ਟੈਲੀਫੋਨ ਤੋਂ, ਆਪਣੇ ਟੈਲੀਵਿਜ਼ਨ ਤੋਂ ਨੰਬਰ ਲੈ ਕੇ, ਅਤੇ ਉਹਦੇ ਵਿੱਚ ਉਹ ਕਹਿ ਰਿਹਾ ਕਿ ਮੇਰੀ ਮਦਦ ਕੀਤੀ ਜਾਵੇ, ਮੈਨੂੰ ਮਨੀ ਆਰਡਰ ਭੇਜੇ ਜਾਣ। ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ 3 ਮਨੀ ਆਰਡਰ ਭੇਜੇ, ਉਹ ਅੱਜ ਵੀ ਰਿਕਾਰਡ ਨੂੰ ਕੱਢ ਕੇ ਦੇਖ ਸਕਦੇ ਹਾਂ। ਅੱਛਾ, ਉਹਨਾਂ ਨੂੰ ਪਹਿਲੀ ਵਾਰ ਜਦੋਂ ਸੰਪਰਕ ਮਿਲ ਹੋਣਾ ਉੱਥੇ ਆ ਜਾਂਦਾ ਸੰਪਰਕ ਸ਼ੁਰੂਆਤ ਤੋਂ ਹੀ, ਤੁਸੀਂ ਵਿੱਚ ਥੋੜ੍ਹਾ ਇਤਿਹਾਸ ਦਾ ਹਵਾਲਾ ਦਿੱਤਾ, ਗੱਲ ਹੋਰ ਪਾਸੇ ਚੱਲ ਗਈ ਸੀ। ਹਾਂਜੀ। ਤਾਂ ਜਦੋਂ ਪਹਿਲੀ ਵਾਰ ਜੇਲ੍ਹ ਦੇ ਵਿੱਚੋਂ ਭਾਈ ਗੁਰਦੀਪ ਸਿੰਘ ਜੀ ਖੈੜਾ ਹੋਣਾ ਨੇ 2012 ਜਸਵੀਰ ਸਿੰਘ ਰੋਡੇ ਹੋਣਾ ਨਾਲ ਭਾਈ ਸਾਹਿਬ ਨਾਲ ਸੰਪਰਕ ਕੀਤਾ ਵੀ ਮੇਰੀ ਮਦਦ ਕਰੋ, ਤਾਂ ਇਹਨਾਂ ਨੇ ਮਦਦ ਕੀਤੀ ਜੀ। ਤਾਂ ਫਿਰ ਅੱਗੇ ਚੱਲਣ ਤੋਂ ਪਹਿਲਾਂ ਮੈਂ ਇੱਕ ਹੋਰ ਦੇਖਦਾ, ਮਤਲਬ ਉਹਨਾਂ ਨੇ ਮਦਦ ਲਈ ਕਿਹਾ, ਚਲੋ ਇਹਨਾਂ ਨੇ ਮਦਦ ਕੀਤੀ, ਇਹਨਾਂ ਦਾ ਵੀ ਫਰਜ਼ ਸੀ ਕਿਉਂਕਿ ਇਹ ਸੰਤਾਂ ਦਾ ਪਰਿਵਾਰ ਹੈ, ਹੈ ਨਾ, ਸੰਤਾਂ ਦੇ ਭਚੰਗੀ ਉਸ ਤਰੀਕੇ ਨਾਲ ਉਵੇਂ ਨਹੀਂ ਵਿਚਰਦੇ, ਪੰਥਕ ਤੌਰ 'ਤੇ ਸਮਾਗਮਾਂ 'ਚ ਜਾਂਦੇ ਨੇ ਪਰ ਉਹ ਗੁਪਤ ਰਹਿੰਦੇ ਨੇ, ਉਵੇਂ ਅਗਵਾਈ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਇਹ ਦਲ ਬਣਾਇਆ ਹੋਇਆ ਇੰਟਰਨੈਸ਼ਨਲ ਪੰਥਕ ਦਲ ਜਾਂ ਸਾਬਕਾ ਜਹੇਦਾਰ ਸਾਹਿਬ ਨਹੀਂ, ਤਾਂ ਇਹ ਹੋਰ ਤਰੀਕੇ ਨਾਲ ਵਿਚਰਦੇ ਨੇ, ਚਲੋ ਇਹਨਾਂ ਦਾ ਫਰਜ਼ ਸੀਗਾ। ਤਾਂ ਇਹ ਆ ਵੀ ਜਿਸ ਦਿਨ ਉਦਨ ਬਾਬਾ ਬਕਾਲਾ ਸਾਹਿਬ ਦੀ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਨੇ ਜਦੋਂ ਇਹ ਸਟੇਟਮੈਂਟ ਦਿੱਤੀ, ਬਹੁਤ ਧਾ ਕੇ ਬੜੀ ਜਿਹੜੀ ਹੈਗੀ ਹੈ ਤਿੱਖੀ
ਤਿੱਖੇ ਸ਼ਬਦਾਂ ਦੇ ਨਾਲ ਕਿਹਾ ਵੀ ਜਸਵੀਰ ਸਿੰਘ ਰੋਡੇ, ਬਲਜੀਤ ਸਿੰਘ ਦਾਦੂਵਾਲ, ਅੰਮ੍ਰਿਤਪਾਲ, ਇਸ ਤਰ੍ਹਾਂ ਦੇ ਬੰਦੇ ਜਿਹੜੇ ਕਹਿੰਦੇ ਆ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰਵਾਉਣ ਦੇ ਰਹੇ, ਤੁਹਾਡੇ 'ਤੇ ਕੀ ਬੀਤੀ? ਕਿਉਂਕਿ ਤੁਸੀਂ ਬਾਬਾ ਜਸਵੀਰ ਸਿੰਘ ਹੋਣਾ ਨਾ ਭਾਈ ਸਾਹਿਬ ਨਾਲ ਬਹੁਤ ਨੇੜੇ ਰਹਿੰਦੇ ਹੋ, ਨੇੜੇ ਵਿਚਰਦੇ ਹੋ, ਤੁਹਾਡੇ 'ਤੇ ਬੀਤੀ ਕੀ ਪਈ? ਅਸੀਂ ਤਾਂ ਮਦਦ ਕਰਦੇ ਰਹੇ, ਇਹ ਸਾਨੂੰ ਏਜੰਸੀਆਂ ਦੇ ਬੰਦੀ ਦੱਸੀ ਜਾਂਦਾ। ਮੈਂ ਇਹਦੇ ਬਾਰੇ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਪਹਿਲੀ ਗੱਲ, ਜਿਹੜਾ ਕਿਰਤ ਘਾਣਿਆ ਉਹ ਸਾਡੇ ਸਿੱਖ ਸਮਾਜ ਵਿੱਚ ਬਹੁਤ ਵੱਡਾ ਮਾੜਾ ਆਦਮੀ ਆ, ਜਿਹੜੀ ਇਹ ਧਰਤੀ ਹੈ ਕਿਰਤ ਕਰਨ ਦਾ ਭਾਰ ਨਹੀਂ ਸਹਾਰਦੀ, ਕਿਉਂਕਿ ਇਹਨੂੰ ਪਤਾ ਨਹੀਂ ਸੁਖਵੀਰ ਬਾਦਲ ਨੇ ਕਿਹੜਾ ਕੋਈ ਇੱਦਾਂ ਦਾ ਲਾਲਚ ਦਿੱਤਾ, ਜਾਂ ਮਤਲਬ ਜੇਲ੍ਹ ਦੇ ਵਿੱਚੋਂ ਸਾਨੂੰ ਬਹੁਤ ਫੋਨ ਆਏ ਆ, ਇਹ ਜੇਲ੍ਹ ਦੇ ਵਿੱਚ ਖੁਦ ਗੁਰਦੀਪ ਸਿੰਘ ਖੇੜਾ ਉੱਥੇ ਕਹਿੰਦਾ ਆਇਆ ਕਿ ਮੈਨੂੰ ਸੁਖਵੀਰ ਬਾਦਲ ਨੇ ਕਿਹਾ ਵੀ ਤੈਨੂੰ ਅਕਾਲ ਤਖ਼ਤ ਦਾ ਜਥੇਦਾਰ ਜਾਂ ਆਨੰਦਪੁਰ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਜਾਊਗਾ। ਇਹ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ, ਇਹ ਗੁਰਦੀਪ ਸਿੰਘ ਖੇੜਾ ਨੇ ਕਿਹਾ, ਬੜੇ ਭਰੋਸੇਯੋਗ ਸੂਤਰਾਂ ਦੇ ਨਾਲ, ਮੈਂ ਦਾਅਵੇ ਨਾਲ ਨਾਮ ਵੀ ਪੇਸ਼ ਕਰ ਸਕਦਾ, ਪਰ ਮੈਂ ਮਤਲਬ ਇਹੋ ਜਿਹਾ ਆਦਮੀ ਹਾਂ ਕਿ ਮੈਂ ਬਾਬਾ ਜਰਨੈਲ ਸਿੰਘ ਖਾਲਸਾ ਨਾਲ ਗਨਮੈਨ ਰਿਹਾ, ਮੈਂ ਉਹਨਾਂ ਦਾ ਗੜਬਈ ਦੀ ਸੇਵਾ ਵੀ ਕਰਦਾ ਰਿਹਾ, ਮੈਂ ਕਿਸੇ ਦਾ ਨਾਂ ਲੈਣ ਕੇ ਖੁਦ ਆਪ ਕਹਿ ਰਿਹਾ ਕਿ ਭਰੋਸੇ ਦਾ ਨਿਸ਼ਚੇ ਨਾਲ ਗੱਲ ਕਹਿ ਸਕਦਾ ਗੁਰਦੀਪ ਸਿੰਘ ਖੇੜਾ ਉੱਥੇ ਜੇਲ੍ਹ ਵਿੱਚ ਕਹਿ ਕੇ ਆਇਆ, ਉਹ ਸਾਡੇ ਜੇਲ੍ਹ ਵਾਲੇ ਬੰਦਿਆਂ ਨਾਲ ਸਾਡੇ ਸੰਪਰਕ ਹੈ ਨਿੱਜੀ ਤੌਰ 'ਤੇ। ਮਤਲਬ ਖੇੜਾ ਸਾਹਿਬ ਦੀ ਜਿਹੜੀ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਸਟੇਟਮੈਂਟ ਆ, ਉਹਦੇ ਪਿੱਛੇ ਵਜ੍ਹਾ ਇਹ ਆ ਵੀ ਇਹਨਾਂ ਨੂੰ ਇਹ ਲਾਲਚ ਦਿੱਤਾ ਗਿਆ, ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਬਣਾ ਦਿਆ? ਬਿਲਕੁਲ, ਇਹ ਗੱਲ ਸਹੀ ਆ ਜੀ, ਪਹਿਲਾਂ ਇਹ ਲਾਲਚ ਨਹੀਂ ਦਿੱਤਾ ਗਿਆ। ਮੈਂ ਹੋਰ ਦੱਸਦਾ, ਜਿੱਥੇ ਤੁਸੀਂ ਅੰਮ੍ਰਿਤਪਾਲ ਦਾ ਨਾਂ ਰਿਹਾ, ਉੱਥੇ ਸਿਮਰਨਜੀਤ ਸਿੰਘ ਮਾਨ ਦਾ ਨਾਂ ਛੱਡੀ ਜਾ ਰਹੇ ਹਾਂ, ਸਿਮਰਨਜੀਤ ਸਿੰਘ ਮਾਨ ਦਾ ਵੀ ਉਹਨਾਂ ਨੇ ਨਾਂ ਲਿਆ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਜਿਹੜਾ ਮੇਰੀ ਗੱਲ ਮੇਰੇ ਤੋਂ ਵਿਸਰ ਗਈ ਸੀ, 1982 ਦੇ ਵਿੱਚ ਮੋਰਚਾ ਲਾਇਆ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਇਹ ਜਿਹੜੇ ਬੰਦੀ ਸਿੰਘ ਆ ਜਾਂ ਧਰਮੀ ਫੌਜੀ ਆ ਜਾਂ ਸ਼ਹੀਦ ਪਰਿਵਾਰ ਆ, ਉਹਨਾਂ ਨੂੰ ਇਹ ਨਹੀਂ ਸਮਝਦੇ ਕਿ ਇਹ ਮਤਲਬ ਕੋਈ ਹੋਰ ਆ, ਉਹ ਬਾਬਾ ਜਰਨੈਲ ਸਿੰਘ ਦੇ ਬਚਨਾਂ ਦੇ ਉੱਪਰ ਪਹਿਰਾ ਦੇਣ ਵਾਸਤੇ ਸੇਵਾ ਕਰ ਰਿਹਾ ਆਪਣੇ ਬਿੱਤ ਦੇ ਮੁਤਾਬਕ। ਗੁਰਦੀਪ ਸਿੰਘ ਖੇੜਾ ਨੂੰ ਬਹੁਤੇ ਚਿਰ ਦੀ ਗੱਲ ਤਾਂ ਛੱਡੋ, ਆ ਹੁਣ ਸਾਲ, ਦੋ ਸਾਲ, ਡੇਢ ਸਾਲ ਦੀ ਸਾਰੀ ਗੱਲ ਆ। ਸ਼ਹੀਦ ਭਾਈ ਸਤਵੰਤ ਸਿੰਘ ਦਾ ਭਤੀਜਾ ਭਾਈ ਸੁਖਵਿੰਦਰ ਸਿੰਘ ਗਵਾਨ, ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੁਹੀ ਜਥੇਦਾਰ ਬਾਬਾ ਸਵਰਨਜੀਤ ਸਿੰਘ ਜੀ, ਨਿਹੰਗ ਸਿੰਘ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਅਸੀਂ ਅੰਮ੍ਰਿਤਸਰ ਹੋਸਪਿਟਲ ਦੇ ਵਿੱਚ ਗਏ ਅਤੇ 20,000 ਰੁਪਈਆ ਮੈਂ ਆਪਣੀ ਜੇਬ 'ਚੋਂ ਗਿਣ ਕੇ ਸਿੰਘ ਸਾਹਿਬ ਨੂੰ ਫੜਾਇਆ। ਪੈਸੇ ਭਾਵੇਂ ਉਹ ਸਿੰਘ ਸਾਹਿਬ ਦੇ ਹੀ ਸੀਗੇ, ਪਰ ਮੇਰੀ ਜੇਬ ਵਿੱਚ ਸੀਗੇ, ਮੈਂ ਸਿੰਘ ਸਾਹਿਬ ਦਿੱਤੇ ਉਹ ਇਹਨੂੰ ਆਪਣੇ ਖੇੜੇ ਨੂੰ ਅਸੀਂ ਦੇ ਕੇ ਆਏ ਹਾਂ, ਅਤੇ ਇਹ ਉੱਥੇ ਮਤਲਬ ਕਹਿ ਰਿਹਾ ਕਿ ਉਹ ਫੋਟੋ ਖਿਚਾਉਣ ਵਾਸਤੇ ਉੱਥੇ ਗਏ, ਫੋਟੋ ਖਿਚਾ ਕੇ ਆ ਗਏ। ਇਹ ਤਾਂ ਇੰਨਾ ਨੀਵਾਂ ਚੱਲ ਗਿਆ, ਭਾਵੇਂ ਦਾਦੂਵਾਲ ਦਾ ਇਸ ਗੱਲ ਨਾਲ ਮਤਲਬ ਕੋਈ ਨਹੀਂ ਗਾ, ਪਰ ਇਹਨੇ ਇੱਥੋਂ ਤੱਕ ਕਹਿ ਦਿੱਤਾ ਵੀ ਦਾਦੂਵਾਲ ਮੈਨੂੰ ਮਿਲਣ ਵਾਸਤੇ ਗਿਆ ਸੀ, ਉੱਥੇ ਕੋਈ ਕਾਰ ਸੇਵਾ ਵਾਲਾ ਸੰਤ ਆਇਆ ਸੀਗਾ, ਅਤੇ ਕਾਰ ਸੇਵਾ ਵਾਲੇ ਸੰਤ ਦੇ ਮਤਲਬ ਕੋਈ ਸੇਬ ਲਿਆ ਸੀ, ਉਹਦੇ ਵਿੱਚੋਂ ਮੈਨੂੰ ਸੇਬ ਲਿਆ ਕੇ ਦੇ ਦਿੱਤੇ। ਪਰ ਦਾਦੂਵਾਲ ਦੀ ਇੰਟਰਵਿਊ ਆਈ ਆ ਵੀ 3.5 ਲੱਖ ਰੁਪਈਆ ਮੈਂ ਵਿਦੇਸ਼ੀ ਸਿੱਖਾਂ ਦੇ ਕੋਲੋਂ ਲੈ ਕੇ, ਜਿਸ ਵੇਲੇ ਨੇ ਕਿਹਾ ਕਿ ਮੇਰੇ ਘਰ ਵਾਲੀ ਬਿਮਾਰ ਆ, ਮਤ ਕੀਤੀ ਜਾਵੇ ਵੀ 3.5 ਲੱਖ ਰੁਪਈਆ ਦਾਦੂਵਾਲ ਕਹਿੰਦਾ ਮੈਂ ਦਵਾਇਆ, ਅਤੇ ਮੈਂ ਤੁਹਾਡੇ ਚੈਨਲ ਰਾਹੀਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦਾਦੂਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੱਥੋਂ 3 ਲੱਖ ਰੁਪਈਆ ਸਿੱਖ ਸੰਗਤਾਂ ਦਵਾਇਆ ਕਿ ਸੇਬ ਦੀ ਪੇਟੀ ਜੁਗਦੀਪ ਸਿੰਘ ਖੇੜੇ ਵਾਸਤੇ ਭੇਜ ਦੇਵੇ। ਤਾਂ ਇੱਕ ਹੋਰ ਹੈ ਜੀ, ਚਲੋ ਖੈਰ ਇਹ ਜਿਹੜਾ ਮਸਲਾ ਹੈਗਾ ਨਾ, ਕਿਉਂਕਿ ਜਿੱਦਾਂ ਇਹ ਸਟੇਟਮੈਂਟ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਸੁਣੀ, ਸਿੱਖ ਬਹੁਤ ਸਤਿਕਾਰ ਕਰਦੇ ਨੇ, ਕਿਉਂਕਿ ਜਿੰਨੇ ਵੀ ਬੰਦੀ ਸਿੰਘ ਨੇ, ਹੁਣ ਮੇਰਾ ਤਾਂ ਜਨਮ 90 ਦਾ ਜੀ, ਉਹਨੂੰ 90 ਤੋਂ ਲੈ ਕੇ ਜੇਲ੍ਹ 'ਚ ਨਹੀਂ ਵੀ ਬਹੁਤ ਸਤਿਕਾਰ ਕਰਦੇ, ਇਹ ਵੀ ਇਹਨਾਂ ਤੋਂ ਬਿਨਾਂ ਜਿਹੜੇ ਹੋਰ ਸਿੰਘ ਵੀ ਨੇ। ਪਰ ਜਦੋਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਹੋਰ ਪੰਥਕ ਸ਼ਖਸੀਅਤਾਂ ਬਾਰੇ ਜਿਹੜਾ ਹੈਗਾ ਉਹ ਇਲਜ਼ਾਮ ਲਾਉਣ, ਉਹ ਲਾਉਣ ਵੀ ਉਸ ਸਟੇਜ ਤੋਂ ਜਿਸ ਦਲ ਦਾ ਅੱਜ ਹਾਲ ਜਿਹੜਾ ਹੈਗਾ ਆਪਾਂ ਨੂੰ ਪਤਾ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹਨਾਂ ਦਾ ਫੈਸਲਾ 30 ਤਰੀਕ ਨੂੰ ਹੋਣਾ, ਉਦੋਂ ਪਹਿਲਾਂ ਪੰਥਰੇ ਦੇ ਫੈਸਲਾ ਕੀਤਾ ਹੀ ਹੈ ਨਾ, ਵੋਟਾਂ ਦੇ ਵਿੱਚ ਸਿੱਖਾਂ ਨੇ ਪੰਜਾਬੀਆਂ ਨੇ ਨਹੀਂ ਚੁਣਿਆ ਉਹਨਾਂ ਨੂੰ, ਰੋਸ ਜਾਂ ਤਾਂ ਨਹੀਂ ਚੁਣਿਆ, ਤਾਂ ਮਤਲਬ ਇਹ ਕੀ ਵਜ੍ਹਾ ਹੋ ਸਕਦੀ ਜਿਹੜੇ ਭਾਈ ਗੁਰਦੀਪ ਸਿੰਘ ਖੇੜਾ ਹੋਣੀ, ਮੇਰਾ ਸਵਾਲ ਆ, ਅੱਜ ਤੱਕ ਭਾਰਤ ਹਕੂਮਤ ਅੱਗੇ, ਦਿੱਲੀ ਦਰਬਾਰ ਅੱਗੇ ਨਹੀਂ ਚੁੱਕੇ, ਅੱਜ ਤੱਕ ਕੋਈ ਵੀਡੀਓ ਨਹੀਂ ਆਈ ਜਿੱਥੇ ਉਹਨਾਂ ਨੇ ਕਿਹਾ ਹੋਵੇ ਵੀ ਮੈਨੂੰ ਜੇਲ੍ਹ 'ਚ ਗਲਤ ਡਿੱਕਿਆ, ਮੈਂ ਤਾਂ ਕੋਈ ਕੀਤਾ ਹੀ ਨਹੀਂ ਜੀ, ਮੇਰਾ ਇਸ ਉਹਨਾਂ ਨੇ ਕਿਹਾ ਵੀ ਸਾਨੂੰ ਮਾਣ ਆ, ਅਸੀਂ ਡਟੇ ਰਹੇ। ਇਸ ਵੀਡੀਓ 'ਚ ਵੀ ਕਹਿ ਰਹੇ ਸੀ
ਸਿੱਖੀ ਪੰਥ ਵਾਸਤੇ ਕੀਤਾ, ਜਿਹੜੇ ਦਿੱਲੀ ਦਰਬਾਰ ਅੱਗੇ ਕਦੇ ਨਹੀਂ ਝੁਕੇ, ਵੱਡੀਆਂ ਹਕੂਮਤਾਂ ਅੱਗੇ ਕਦੇ ਨਹੀਂ ਝੁਕੇ, ਉਹ ਆਖਿਰ ਇਸ ਦਲ ਅੱਗੇ ਕਿਉਂ ਝੁੱਕ ਗਏ? ਉਹਨਾਂ ਦੀ ਸਟੇਜ ਦੇ ਉੱਤੇ ਜਾ ਕੇ ਜਿਹੜਾ ਹੈਗਾ ਉਹਨਾਂ ਨੇ ਪੰਥ ਦੇ ਜਿਹੜੇ ਹੈਗੇ ਉਹ ਸਿਰ 'ਤੇ ਖੇ ਇੱਕ ਦੂਜੇ ਦੇ ਪਾਉਣ ਵਾਲੀ ਗੱਲ ਕਰ। ਮੈਂ ਤੁਹਾਡੇ ਸਵਾਲ ਨੂੰ ਇੱਥੇ ਟੋਕ ਕੇ ਵਿੱਚ ਗੱਲ ਕਹਿਣੀ ਚਾਹੁੰਦਾ ਜੀ, ਇਹ ਤੁਸੀਂ ਜਿਹੜੀ ਰੱਖੜ ਪੁੰਨਿਆਂ ਦੇ ਉੱਪਰ ਉਹਨੇ ਸਟੇਟਮੈਂਟ ਦਿੱਤੀ ਉਹਨੂੰ ਦੁਬਾਰਾ ਫਿਰ ਸੁਣਿਓ। ਉਹਦੇ ਵਿੱਚ ਉਹਨੇ ਕਿਹਾ ਕਿ ਮੈਂ ਮਤਲਬ ਦਲ ਕੋਈ ਵੀ ਦਲ ਹੋਵੇ ਜੀ, ਕੋਈ ਵੀ ਮਤਲਬ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਬੰਦੀ ਸਿੰਘ ਕੋਈ ਬੰਦੀ ਸਿੰਘਾਂ ਤੋਂ ਡਰਨ ਦੀ ਲੋੜ ਨਹੀਂ। ਕੀ ਤੁਸੀਂ ਦੱਸੋ ਮੈਨੂੰ ਇਸ ਗੱਲ ਦਾ ਮਤਲਬ ਕੀ ਆ? ਤੁਸੀਂ ਸਵਾਲ ਤਾਂ ਕਰਦੇ ਹੋ, ਲੀਲੜੀਆਂ ਨਹੀਂ ਕੱਢੀਆਂ, ਪਰ ਜਿਹੜੀ ਉਹ ਗੱਲ ਇਹ ਗੱਲ ਕਹਿ ਰਿਹਾ ਆਪਣੇ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ, ਉਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਉਹਦੀ ਰਿਕਾਰਡਿੰਗ ਹੈ, ਤੁਸੀਂ ਸੁਣ ਸਕਦੇ ਹਾਂ ਵੀ ਮੈਂ ਮਤਲਬ ਕਿਸ ਹਰ ਕੋਈ ਵੀ ਦਲ ਹੋਵੇ, ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਅਤੇ ਮੈਂ ਮਤਲਬ ਸਰਕਾਰ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਕਿ ਬੰਦੀ ਸਿੰਘਾਂ ਤੋਂ ਨਹੀਂ ਡਰਨਾ ਚਾਹੀਦਾ। ਤੁਸੀਂ ਤਾਂ ਮੈਨੂੰ ਮਤਲਬ ਦੱਸ ਦਿਓ ਕੀ ਆ, ਜੇ ਪੁਲਿਸ ਵਾਲਾ SSP ਸਾਨੂੰ ਕੋਈ ਚੁੱਕ ਕੇ ਲੈ ਜਾਵੇ ਅਤੇ ਆਪਾਂ ਉਹਨੂੰ ਕਹਿੰਦੇ ਕੰਮ ਮੈਂ ਨਹੀਂ ਕੀਤਾ, ਮੈਂ ਗਾਂਹ ਵਾਸਤੇ ਵੀ ਨਹੀਂ ਕਰਦਾ, ਤਾਂ ਮਤਲਬ ਦੱਸੋ ਕੀ ਆ ਜੀ? ਅਤੇ ਦੂਜੀ ਗੱਲ ਇਹ ਆ ਵੀ ਇਹ ਜਿੱਥੇ ਕਹਿੰਦਾ ਮੇਰਾ ਕੰਪਿਊਟਰ ਸਿਸਟਮ ਬਹੁਤ ਕੰਮ ਕਰਦਾ, ਮੈਂ ਇਹਦੇ ਸਵਾਲ ਨੂੰ ਨਾਲੇ ਜੋੜ ਕੇ ਗੱਲ ਕਹਿਣੀ ਚਾਹੁੰਦਾ ਕਿ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੋਟਕਪੂਰੇ ਦੇ ਵਿੱਚ ਜੀ, ਉਸ ਵੇਲੇ ਦੇ ਕੰਪਿਊਟਰ ਨੇ ਕੰਮ ਕਿਉਂ ਨਹੀਂ ਕੀਤਾ? ਹੁਣ ਜੋ ਮਤਲਬ ਜਾ ਕੇ 34 ਸਾਲ ਬਾਅਦ ਇਹਨੂੰ ਚੇਤਾ ਆ ਗਿਆ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਏਜੰਸੀ ਦੇ ਬੰਦੇ ਆ, ਜਿਸ ਵੇਲੇ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਕੋਟਪੂਰੇ ਵਿੱਚ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਤਾਂ ਬਾਅਦ 'ਚ ਕੀਤੀ, ਪਹਿਲਾਂ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਸਰੂਪ ਚੋਰੀ ਕਰਕੇ ਉਹਨੇ ਚਿੱਠੀ ਲਾਈ ਵੀ ਕਿਸੇ ਦੀ ਹਿੰਮਤ ਯਾਰ ਸਾਡੇ ਕੋਲੋਂ ਲੈ ਲਓ, ਫਿਰ ਉਸ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ 'ਚ ਖਰਾਰੇ ਗਏ, ਅਤੇ ਉਸ ਵੇਲੇ ਦੇ ਕੰਪਿਊਟਰ ਨੇ ਕੰਮ ਕਿਉਂ ਨਹੀਂ ਕੀਤਾ? ਜਿਸ ਵੇਲੇ ਜਸ਼ਪਾਲ ਸਿੰਘ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਮਤਲਬ ਸਿਰਸੇ ਵਾਲੇ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੱਕ ਦੇ ਵਿੱਚ ਰੋਸ ਕਰ ਰਹੇ ਸੀ, ਉਹ ਗੋਲੀ ਮਾਰ ਕੇ ਇਹਦੀ ਸਰਕਾਰ ਦੇ ਬਾਦਲ ਅਕਾਲੀਆਂ ਦਲ ਦੀ, ਮੈਂ ਬਾਦਲ ਨਹੀਂ ਕਹਿੰਦਾ, ਅਕਾਲੀ ਦਲ ਦੀ ਸਰਕਾਰ 'ਚ ਉਹਨੂੰ ਮਾਰ ਦਿੱਤਾ ਗਿਆ। ਉਸ ਵੇਲੇ ਗੁਰਦੀਪ ਸਿੰਘ ਖੇੜੇ ਦੇ ਜਿਹੜਾ ਮਤਲਬ ਕੰਪਿਊਟਰ ਸਿਸਟਮ ਨੇ ਕੰਮ ਕਿਉਂ ਨਹੀਂ ਕੀਤਾ? ਲੁਧਿਆਣੇ ਦੇ ਵਿੱਚ ਦਰਸ਼ਨ ਸਿੰਘ ਨੂੰ ਮਾਰ ਦਿੱਤਾ ਗੋਲੀ ਮਾਰ ਕੇ, ਉਸ ਵੇਲੇ ਕੰਪਿਊਟਰ ਸਿਸਟਮ ਨੇ ਤਾਂ ਕੰਮ ਕਿਉਂ ਨਹੀਂ ਕੀਤਾ? ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਚ ਗਿਆ ਸੀ ਪੱਤਰੇ ਪਾਣ ਸਿੱਟਣ ਤੋਂ ਬਾਅਦ, ਉਸ ਗੁਰੂ ਗ੍ਰੰਥ ਸਾਹਿਬ ਦੀ ਘਰ ਘਰ ਤਲਾਸ਼ੀ ਹੋਣ ਲੱਗੀ, ਜਿਸ ਵੇਲੇ ਪਤਾ ਲੱਗ ਗਿਆ 4-5 ਘਰ ਰਹਿ ਗਏ ਇੱਥੇ ਉਹ ਮਹਾਰਾਜ ਦਾ ਸਰੂਪ ਆ, ਅਤੇ ਸੁਖਬੀਰ ਬਾਦਲ ਨੇ ਹੁਕਮ ਦੇ ਕੇ ਉਹ ਜਿਹੜੀ ਮਤਲਬ ਤਲਾਸ਼ੀ ਸੀ ਉਹ ਬੰਦ ਕਰਵਾ ਦਿੱਤੀ। ਉਸ ਵੇਲੇ ਦੇ ਕੰਪਿਊਟਰ ਸਿਸਟਮ ਨੇ ਮਤਲਬ ਇਹ ਕੰਮ ਕਿਉਂ ਨਹੀਂ ਕੀਤਾ? ਮੈਂ ਇਸ ਕਰਕੇ ਗੁਰਦੀਪ ਸਿੰਘ ਖੇੜੇ ਨੂੰ ਕਹਿਣਾ ਚਾਹੁੰਦਾ ਵੀ ਉਹ ਬਹੁਤ ਗੱਡੀ ਤੇਜ਼ ਕਰਕੇ ਚੱਲ ਰਿਹਾ ਅਤੇ ਉਹਨੂੰ ਸ਼ੀਸ਼ੇ ਵਿੱਚ ਦੇਖ ਲੈਣਾ ਚਾਹੀਦਾ, ਮਗਰ ਧੂੜ ਉੱਡਦੀ, ਮਗਰ ਸੰਗਤ ਜਿਹੜੀ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬਹੁਤ ਵੱਡੇ ਰੋਸ ਦੇ ਵਿੱਚ ਆ। ਇਹ ਮਤਲਬ ਜਿਹੜੀ ਮੰਝ ਧਾਰ ਦੇ ਵਿੱਚ ਬੇੜੀ ਡੁੱਬ ਰਹੀ ਸੁਖਬੀਰ ਬਾਦਲ ਦੀ, ਅਜੇ ਤਾਂ ਅੱਜ ਦੀ ਸ਼ਾਮ ਦੀ ਗੱਲ ਆ ਮੇਰੇ ਖਿਆਲ 2 ਘੰਟੇ ਪਹਿਲਾਂ ਦੀ, ਕਿ ਡੈਂਪੀ ਬਹੁਤ ਪਿਆਰਾ ਇਹਨਾਂ ਦਾ ਆਪਣਾ ਅਤੇ ਉਹ ਛਾਲ ਮਾਰ ਕੇ ਉਹ ਵੀ ਆਪ ਵਾਲਿਆਂ ਦੀ ਕੋਸੀ ਜਾ ਕੇ ਚੜ੍ਹ ਗਿਆ ਪੌੜੀ ਦੇ ਵਿੱਚ। ਇਹ ਮਤਲਬ ਜਿਹੜੀ ਬੇੜੀ ਡੁੱਬ ਰਹੀ ਆ, ਇਹਨੂੰ ਗੁਰਦੀਪ ਸਿੰਘ ਖੇੜਾ ਜਿੱਦਾਂ ਦੇ ਮਰਜ਼ੀ ਚੱਪੂ ਬਣਾ ਕੇ ਲਾ ਲਵੇ, ਉਹ ਧਰਮ ਦੇ ਬਣਾ ਕੇ ਲਾ ਲਵੇ, ਆਪਣੇ 34 ਸਾਲ ਵਾਲੇ ਬਣਾ ਕੇ ਲਾ ਲਵੇ, ਮੈਂ ਦਾਅਵੇ ਦੇ ਨਾਲ ਗੱਲ ਕਹਿਣੀ ਚਾਹੁੰਦਾ, ਜਿਸ ਮਨੁੱਖ ਦੇ ਰਾਜ ਦੇ ਵਿੱਚ ਵੱਡੇ ਬਾਦਲ ਨੇ ਛੋਟੇ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪ ਨਹੀਂ ਕੀਤੀ, ਇਹ ਮੈਂ ਤੁਹਾਡੇ ਚੈਨਲ ਲਈ ਕਹਿ ਰਿਹਾ, ਪਰ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੀ ਪੁਸਤ ਪਣਾਈ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਸਕਿਉਰਟੀ ਦੇ ਕੇ ਜਿਪਸੀਆਂ ਦੇ ਕੇ ਉਹਨਾਂ ਦੀ ਪੁਸਤ ਪਣਾਈ ਇਹਨੇ ਕੀਤੀ ਹੈ, ਇਹ ਦੋਸ਼ੀ ਹੈ ਇਸ ਗੱਲ ਦਾ।
ਜਿਹੜੀਆਂ ਇਹ ਸਾਰੀਆਂ ਘਟਨਾਵਾਂ ਤੁਸੀਂ ਗਿਣਾਈਆਂ, ਠੀਕ ਹੈ, ਸਿੱਖਾਂ ਦਾ ਤਾਂ ਇਤਰਾਜ਼ ਹੈ ਹੀ ਹੈ ਭਾਈ ਆਹ ਕੁਛ ਹੋਇਆ, ਉਹ ਜਸਪਾਲ ਸਿੰਘ ਚੌੜ ਸਿੱਧਵਾਂ ਵਾਲੀ ਘਟਨਾ ਜਿਹੜੀ ਆ, ਉਹ ਜਿੱਦਾਂ ਭਾਈ ਰਾਜੂਆਣ ਦੀ ਜਿਹੜੀ ਕੇਸਰੀ ਲਹਿਰ ਚੱਲ ਰਹੀ ਸੀ ਉਦੋਂ ਦੀ ਘਟਨਾ, ਉਹ ਵੀ ਇੱਕ ਬੰਦੀ ਸਿੰਘ ਦੀ ਜਿਹੜੀ ਹੈਗੀ ਫਾਂਸੀ ਦੀ ਅੱਧ ਦੀ ਮੰਗ ਸੀਗੀ, ਸਿੱਖਾਂ ਦੀ ਮੰਗ ਸੀ, ਉਦੋਂ ਪੁਲਿਸ ਨੇ ਗੋਲੀ ਮਾਰ ਕੇ ਮੁੰਡਾ ਸ਼ਹੀਦ ਕਰਤਾ, ਦਰਸ਼ਨ ਸਿੰਘ ਲੁਹਾਰਾ ਲੁਧਿਆਣੇ ਦੀ ਘਟਨਾ ਹੈਗੀ, ਕਰਮਜੀਤ ਸਿੰਘ ਸਰਾਮ ਦੀ ਘਟਨਾ ਹੈਗੀ, ਡੇਰੇ, ਮਤਲਬ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ 7 ਤੋਂ 17 ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ, ਸਿੱਖਾਂ ਦਾ ਰੋਸ ਹੈ। ਪਰ ਗੁਰਦੀਪ ਸਿੰਘ ਖੇੜਾ ਨੇ ਸਟੇਜ ਦੇ ਉੱਤੇ ਕਿਹਾ ਵੀ 78 ਤੋਂ ਲੈ ਕੇ ਹੁਣ ਤੱਕ ਬਾਦਲ ਪਰਿਵਾਰ ਨੇ ਕਦੇ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਐਵੇਂ ਹੀ ਇਲਜ਼ਾਮ ਲਾਈ। ਮੈਂ ਇਹਦੇ ਵਿੱਚ ਤੁਹਾਨੂੰ ਬੜਾ ਸਪਾਟ ਕਰਨਾ ਚਾਹੁੰਦਾ, ਉਹਨਾਂ ਨੇ ਤਾਂ ਕਲੀਨ ਚਿੱਟ ਦਿੱਤੀ ਗੁਰਦੀਪ ਸਿੰਘ ਖੇੜੇ ਨੂੰ ਸਵਾਲ ਕਰਕੇ ਪੁੱਛੋ। ਮੈਂ ਇੱਕ ਤੁਹਾਡੇ ਚੈਨਲ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ, ਗੁਰਦੀਪ ਸਿੰਘ ਖੇੜਾ ਕਿਸੇ ਵੀ ਚੈਨਲ 'ਤੇ, ਮਤਲਬ ਉਹਦਾ ਆਪਣਾ ਚੈਨਲ ਸੱਦ ਲਵੇ, ਆਪਣੇ ਘਰ ਸੱਦ ਲਵੇ, ਮੈਂ ਉੱਥੇ ਆਉਣ ਵਾਸਤੇ ਤਿਆਰ ਹਾਂ। ਉਹ ਡਿਬੇਟ ਕਰਨ ਵਾਸਤੇ ਕਿਸੇ ਹੋਰ ਚੈਨਲ 'ਤੇ ਸੱਦ ਲਵੇ, ਅਸੀਂ ਉੱਥੇ ਆਉਣ ਵਾਸਤੇ ਤਿਆਰ ਹਾਂ। ਉਹ ਇੱਥੋਂ ਤੱਕ ਆਪਣੇ ਆਕਾ ਸੁਖਬੀਰ ਬਾਦਲ ਨੂੰ ਵੀ ਸੱਦ ਲਵੇ ਅਤੇ ਉਹ ਮੇਰੇ ਨਾਲ ਡਿਬੇਟ ਕਰਕੇ ਦੇਖਣ। ਇਹਨੇ ਉੱਥੋਂ ਸਟੇਜ ਤੋਂ ਕਿਹਾ ਵੀ ਮੇਰੇ ਸਾਹਮਣੇ ਆ ਕੇ ਗੱਲ ਕਰਨ, ਇਹ ਬਾਂਹ ਉੱਚੀ ਕਰਕੇ ਗੱਲ ਸਾਨੂੰ ਵੀ ਕਰਨੀ ਆਉਂਦੀ ਆ, ਪਰ ਅੱਜ ਮੈਂ ਬਹੁਤ ਜਿਹੜੀਆਂ ਗੱਲਾਂ ਜੋ ਕੁਝ ਵੀ ਬੋਲ ਰਿਹਾ ਅਤੇ ਮੈਂ ਕਹਿ ਸਕਦਾ ਵੀ ਮੈਂ ਆਪਣੇ ਸਰੀਰ 'ਤੇ ਆਪਣੀ ਜ਼ੁਬਾਨ 'ਤੇ ਬਹੁਤ ਵੱਡਾ ਅਜੇ ਕੰਟਰੋਲ ਰੱਖਿਆ ਆ, ਅਤੇ ਨਹੀਂ ਤਾਂ ਗੁਰਦੀਪ ਸਿੰਘ ਖੇੜੇ ਵਾਸਤੇ ਸਾਡੇ ਕੋਲ ਹੋਰ ਵੀ ਵੀਡੀਓ ਹੈਗੀਆਂ, ਜੋ ਕੁਛ ਇਹ ਕਰਦਾ ਜੇਲ੍ਹ ਦੇ ਵਿੱਚ, ਜੋ ਕੁਛ ਜੇਲ੍ਹ ਦੇ ਵਿੱਚ ਇਹ ਮਤਲਬ ਬੰਦੀ ਸਿੰਘਾਂ ਨਾਲ ਕਰਦਾ ਸੀ ਜਾਂ ਕਰ ਰਿਹਾ ਸੀ ਸਾਡੇ ਕੋਲ, ਉਹਦੇ ਸਾਡੇ ਕੋਲ ਵੀ ਭਰੋਸੇਯੋਗ ਸੂਤਰਾਂ ਨੇ, ਉਸਨੂੰ ਬਹੁਤ ਸਾਨੂੰ ਪਤਾ ਕੀ ਹੈ। ਅਸੀਂ ਫਿਰ ਵੀ ਮਤਲਬ ਅਜੇ ਹਾਲ ਦੀ ਘੜੀ ਮੈਂ ਇਹ ਪੱਤੇ ਅਗਲੀ ਇੰਟਰਵਿਊ 'ਚ ਖੋਲੂੰਗਾ, ਪਰ ਮੈਂ ਇੱਕ ਗੱਲ ਸਪਾਟ ਕਰਦਿਆਂ, ਗੁਰਦੀਪ ਸਿੰਘ ਅਸੀਂ ਪਹਿਲੀ ਵਾਰੀ ਇਹਨੇ ਸਟੇਜ 'ਤੇ ਬੋਲਿਆ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੇ ਇੰਟਰਵਿਊ ਵਿੱਚ ਜਾਂ ਕਥਾ ਕਰਦਿਆਂ ਬਹੁਤ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਦੂਜੀ ਵਾਰੀ ਬੋਲਿਆ, ਤੀਜੀ ਵਾਰੀ ਬੋਲਿਆ। ਅਸੀਂ ਅਜੇ ਵੀ ਇਹਨੂੰ ਸਮਝਾਉਣਾ ਚਾਹੁੰਦੇ ਕਿ ਆਪਣੇ ਪਰਿਵਾਰ ਦੇ ਵਿੱਚ ਮੁੜਿਆ, ਇਹ ਤੇਰੇ ਭਰਾ ਆ, ਆਪਣੇ ਭਰਾਵਾਂ ਦੇ ਉਲਟਣਾ ਬੋਲ, ਨਹੀਂ ਤਾਂ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ, ਪੈਂਦੇ ਖਾਂ ਨੂੰ ਆਪਣੇ ਹੱਥੀਂ ਪਾਲਿਆ, ਪਾਲ ਪਲੋਸ ਕੇ ਸਾਰੇ ਉਹਨੂੰ ਗੁਣ ਦਿੱਤੇ, ਅਤੇ ਜਿਸ ਵੇਲੇ ਮਹਾਰਾਜ ਨੇ ਕਿਹਾ ਵੀ ਆਹ ਸਮਾਨ ਸਾਡਾ ਵਾਪਸ ਕਰ ਦੇ, ਦੇਣ ਤੋਂ ਇਨਕਾਰ ਕੀਤਾ, ਅਤੇ ਫਿਰ ਸਿੰਘਾਂ ਨੂੰ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਅਤੇ ਲਿਆ ਕੇ, ਅਤੇ ਬਾਬਾ ਵਿਧੀ ਚੰਦ ਵਰਗਿਆਂ ਨੇ ਵੀ ਥੱਪੜ ਮਾਰ ਕੇ ਇਹਨੂੰ ਉੱਥੋਂ ਬਾਹਰ ਪੈਂਦੇ ਨੂੰ ਕੱਢਿਆ। ਮੈਂ ਨਹੀਂ ਚਾਹੁੰਦਾ ਕਿ ਬੰਦੀ ਸਿੰਘ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ, ਅੱਜ ਆਪਣੀ ਕੁਰਬਾਨੀ ਹਾਥੀ ਨੂੰ ਨਹਾ ਕੇ ਅਤੇ ਖੇ ਸੁਆਹ ਆਪਣੇ ਉੱਪਰ ਪਾਉਣ ਦੀ ਕੋਸ਼ਿਸ਼ ਕਰੇ। ਪਾਪ ਸੁਖਬੀਰ ਬਾਦਲ ਨੇ ਕੀਤੇ ਆ, ਉਹ ਜਿਹੜੇ ਪਾਪ ਉਹਨੇ ਕੀਤੇ ਆ ਉਹ ਆਪਣੇ ਸਿਰ ਲੈ ਕੇ ਆਪਣੀ ਬਦਨਾਮੀ ਕਾਹਦੇ ਵਾਸਤੇ ਕਰਵਾਉਣ ਲੱਗਾ ਆ। ਇੱਕ ਹੋਰ ਹੈ ਜੀ, ਜਦੋਂ ਗੁਰਦੀਪ ਸਿੰਘ ਖੇੜਾ ਉਹਨਾਂ ਨੇ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਬਾਰੇ ਕਹੀ ਵੀ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਇਹਨਾਂ ਬਾਰੇ, ਉਸ ਤੋਂ ਬਾਅਦ ਉਹਨਾਂ ਨੇ ਇੱਕ ਦੋ ਥਾਵਾਂ 'ਤੇ ਕਿਹਾ ਵੀ ਫਲਾਣੀ ਕਿਤਾਬ ਲਿਖੀ ਆ, ਬਹੁਤ ਸਾਰੇ ਇਲਜ਼ਾਮ ਲਾਏ ਨੇ, ਤਾਂ ਉਦੋਂ ਆਮ ਸਿੱਖਾਂ ਦੇ ਮਨ 'ਚ ਜਾਂ ਜਿਹੜੇ ਗੈਰ ਸਿੱਖ ਆ, ਜਿਹੜੇ ਗੈਰ ਪੰਜਾਬੀ, ਉਹਨਾਂ ਦੇ ਮਨ 'ਚ ਇੱਕ ਹੋਰ ਮੇਰੇ ਖੁਦ ਦੇ ਮਨ 'ਚ ਆਈ ਵੀ ਮੈਂ ਕਿ ਜਦੋਂ ਇਹ ਕਹਿ ਰਹੇ ਵੀ ਇਹ ਏਜੰਸੀਆਂ ਦਾ ਬੰਦਾ, ਤਾਂ ਸਿੰਘ ਸਾਹਿਬ ਜਸਵੀਰ ਸਿੰਘ ਹੁਣੀ ਤਾਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਕੁਝ ਦਿਨਾਂ ਬਾਅਦ, ਕੁਝ ਦਿਨ ਪਹਿਲਾਂ ਹੀ ਹਜੇ ਜਿਹੜੇ ਹੁਕਮਨਾਮਾ ਸਾਹਿਬ ਦੀ ਜਿਹੜੀ ਇਤਿਹਾਸ ਦੀ ਕਥਾ ਕਰਕੇ ਹਟੇ ਨੇ, ਤਾਂ ਲੋਕਾਂ ਦੇ ਮਨ 'ਚ ਕੀ ਜਾਊਗਾ ਵੀ ਜਿਹੜੇ ਏਜੰਸੀਆਂ ਦੇ ਬੰਦੇ ਜਿਨ੍ਹਾਂ ਨੂੰ ਕਹਿ ਰਹੇ ਆ ਉਹ ਹੁਕਮਨਾਮਾ ਸਾਹਿਬ ਦੀ ਕਥਾ ਕਰਦੇ, ਉਸੇ ਸਟੇਜ 'ਤੇ ਹਰ ਜਿਹੜੇ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈ ਉਹ ਵੀ ਮੌਜੂਦ ਸੀ, ਤਾਂ ਇਹ ਗੱਲ ਦਾ ਮਤਲਬ ਕੀ ਕੱਢੀਏ? ਮੈਂ ਇਹਦੇ ਵਾਸਤੇ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਸਾਰੀਆਂ ਸੰਸਾਰ ਦੀਆਂ ਸੰਗਤਾਂ ਅੱਜ ਬਹੁਤ ਸੁਚੇਤ ਹਨ, ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਸਤਿਕਾਰਯੋਗ ਪਿਤਾ ਬਾਪੂ ਜਗੀਰ ਸਿੰਘ ਜੀ, ਮੈਂ ਉਹਨਾਂ ਦੇ ਨਾਲ ਵੀ ਬਾਬਾ ਰਾਮ ਥੰਮਣ ਖਜਾਲੇ ਪਿੰਡ ਦੇ ਵਿੱਚ ਰਿਹਾ, ਉਹਨਾਂ ਨੇ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਬਾਬਾ ਜਰਨੈਲ ਸਿੰਘ ਖਾਲਸਾ ਨਾਲ ਜੰਗ ਯੁੱਧ ਲੜਦਿਆਂ ਸ਼ਹੀਦੀ ਪਾਈ ਜੀ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਛੋਟੇ ਭਰਾ ਭਾਈ ਸਵਰਨ ਸਿੰਘ, ਉਹਨਾਂ ਨੇ ਵੀ ਜੰਗ ਯੁੱਧ ਲੜਦਿਆਂ ਉੱਥੇ ਸ਼ਹੀਦੀ ਪਾਈ। ਇੱਥੋਂ ਤੱਕ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੇ ਵੱਡੇ ਭਰਾਤਾ ਜੋ ਭਾਈ ਲਖਵੀਰ ਸਿੰਘ ਰੋਡੇ ਆ, ਜਿਨ੍ਹਾਂ ਦਾ ਬਹੁਤ ਵੱਡਾ ਕਾਰੋਬਾਰ ਡਬਈ ਵਿੱਚ ਚੱਲਦਾ ਸੀਗਾ, ਪਰ ਜਿਸ ਵੇਲੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੂੰ ਇੰਗਲੈਂਡ ਦੀ ਧਰਤੀ ਤੋਂ ਸਪੇਨ ਤੋਂ ਗ੍ਰਿਫਤਾਰ ਕੀਤਾ, ਸਿੰਘ ਸਾਹਿਬ ਪਹਿਲਾਂ 2 ਸਾਲ ਸਾਗਰ ਜੇਲ੍ਹ ਦੇ ਵਿੱਚ ਰਹੇ,
ਅਤੇ ਜੇਲ੍ਹ ਦੇ ਵਿੱਚ ਬੈਠਿਆਂ ਹੀ ਸਰਬੱਤ ਖਾਲਸੇ ਨੇ ਸਿੰਘ ਸਾਹਿਬ ਭਾਈ ਜਸਵੀਰ ਰੋਡੇ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਅਤੇ ਗੁਰਦੀਪ ਸਿੰਘ ਖੇੜਾ ਝੂਠ ਬੋਲ ਰਿਹਾ ਕਿ ਸਿੰਘ ਸਾਹਿਬ ਰੋਡੇ ਸਾਹਿਬ ਡਬਈ ਤੋਂ ਆਏ ਅਤੇ ਉਹਨਾਂ ਨੂੰ ਮਤਲਬ ਅਕਾਲ ਤਖ਼ਤ ਦਾ ਜਥੇਦਾਰ ਬਣਾਤਾ। ਫਿਰ ਸਿੰਘ ਸਾਹਿਬ 2 ਸਾਲ ਤਿਹਾੜ ਜੇਲ੍ਹ ਵਿੱਚ ਰਹੇ, ਉਹ ਤੋਂ ਬਾਅਦ ਸਰਬੱਤ ਖਾਲਸੇ ਨੇ ਜਿਹੜੇ ਸਿੰਘ ਸਾਹਿਬ ਪਹਿਲਾਂ ਬਣਾਏ ਸੀ ਉਹ ਸਿੰਘ ਸਾਹਿਬ ਆਏ ਤਾਂ ਇੰਗਲੈਂਡ ਤੋਂ ਪਰ ਇਹ ਝੂਠ ਬੋਲੀਆਂ ਦਾ ਡਬਈ ਤੋਂ ਆਏ। ਉਸ ਵੇਲੇ ਭਾਈ ਲਖਵੀਰ ਸਿੰਘ ਆਪਣੇ ਕਾਰੋਬਾਰ ਨੂੰ ਸੰਕੋਚਦਾ ਨਨਕਾਣਾ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਅਤੇ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੀ ਜਿਹੜੀ ਹਾਲਤ ਸੀ, ਸ਼ਾਸਨ ਕਰਨ ਵਾਲਾ ਕੋਈ ਕਮਰਾ ਨਹੀਂ ਸੀਗਾ, ਕਿਸੇ ਨੂੰ ਵਧੀਆ ਤਰੀਕੇ ਨਾਲ ਹੁਕਮਨਾਮਾ ਨਹੀਂ ਸੀ ਲੈਣਾ ਆਉਂਦਾ, ਸਰੋਵਰ ਪੂਰੇ ਹੋ ਸਕੇ ਅਤੇ ਭਾਈ ਲਖਵੀਰ ਸਿੰਘ ਰੋਡੇ ਨੇ ਉੱਥੇ ਕਲਾਸਾਂ ਲਾ ਕੇ ਛੋਟੇ ਪ੍ਰਾਇਮਰੀ ਸਕੂਲ ਖੋਲ੍ਹੇ, ਉਹ ਸਰੋਵਰ ਸਾਫ਼ ਕਰਵਾਏ, ਗੁਰਦੁਆਰੇ ਸਾਹਿਬਾਨਾਂ ਦੀ ਸੇਵਾ ਕਰਵਾਈ, ਉੱਥੇ ਬੱਚਿਆਂ ਨੂੰ ਸ਼ਿਕਸ਼ਾ ਦੇਣ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਮੰਗਵਾ ਕੇ ਉਹਨਾਂ ਕੋਲ ਸੰਥਿਆ ਕਰਵਾਉਂਦੇ ਰਹੇ ਉੱਥੇ ਮਤਲਬ ਜੀ। ਅਤੇ ਉਹ ਭਾਈ ਲਖਵੀਰ ਸਿੰਘ ਨੇ 34 ਸਾਲ, ਜੇ ਅੱਜ ਗੁਰਦੀਪ ਸਿੰਘ ਖੇੜਾ ਕਹਿੰਦਾ ਵੀ ਮੈਂ 34 ਸਾਲ ਕੱਟ ਕੇ ਆਇਆ, ਜਾਂ ਸੰਗਤਾਂ ਜਾਂ ਚੈਨਲ ਵਾਲੇ ਤੁਸੀਂ ਸਾਨੂੰ ਕਹਿ ਰਹੇ ਹਾਂ ਕਿ ਉਹ 34 ਸਾਲ ਕਿਹੜੇ ਬਹੁਤ ਵੱਡੀ ਕੁਰਬਾਨੀ ਆ, ਕੀ ਸੰਤ ਬਾਬਾ ਜਰਨੈਲ ਸਿੰਘ ਪਰਿਵਾਰ ਦੇ ਨਾਲੋਂ ਜ਼ਿਆਦਾ ਵੱਡੀ ਕੁਰਬਾਨੀ ਆ, ਕੀ ਭਾਈ ਜਸਵੀਰ ਸਿੰਘ ਰੋਡ ਦੇ ਭਰਾ ਨਾਲੋਂ ਵੱਡੀ ਕੁਰਬਾਨੀ ਆ, ਇਹ ਆਪਣੇ ਪਰਿਵਾਰ ਵਿੱਚ ਤਾਂ ਬੈਠਾ ਵਿਆਹ ਕਰਵਾ ਕੇ ਅਤੇ ਭਾਈ ਲਖਵੀਰ ਸਿੰਘ ਰੋਡ ਦੇ ਆਪਣੇ ਬੱਚੇ ਛੱਡ ਕੇ ਪਾਕਿਸਤਾਨ ਦੇ ਵਿੱਚ 34 ਸਾਲ ਜਲਾਬਤ ਨਹੀਂ ਕੱਟ ਕੇ, ਅਤੇ ਰੋਡੇ ਸਾਹਿਬ ਭਾਈ ਲਖਵੀਰ ਸਿੰਘ ਦੀ ਜ਼ਮੀਨ ਜਾ ਕੇ ਦੇਖ ਲਓ, ਉੱਥੇ ਬੋਰਡ ਲਾ ਕੇ ਸਰਕਾਰ ਨੇ ਕੁਰਕ ਕਰ ਲਈ, ਕਬਜ਼ਾ ਕਰ ਲਿਆ। ਉਹ ਤਾਂ ਸੀਗੀ ਮਤਲਬ ਸਿੰਘ ਸਾਹਿਬ ਦੇ ਭਰਾ ਦੀ ਗੱਲ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦਾ 3 ਸਾਲ ਤੋਂ ਮੁੰਡਾ ਭਾਈ ਗੁਰਮੁਖ ਸਿੰਘ ਅੱਜ ਵੀ ਜੇਲ੍ਹ ਦੇ ਵਿੱਚ ਬੈਠਾ, 3 ਸਾਲ ਪੂਰੇ ਹੋ ਗਏ ਆ, ਅਤੇ ਇਹ ਫਿਰ ਵੀ ਏਜੰਸੀ ਦਾ ਬੰਦਾ ਅਤੇ ਜਿਹਨਾਂ ਦੀ ਸਟੇਜ 'ਤੇ ਜਾ ਕੇ ਬੋਲਦਾ, ਜਿਹਨਾਂ ਦਾ ਪੁੱਤ ਸੁਖਬੀਰ ਬਾਦਲ ਜਿਸ ਵੇਲੇ ਪੰਜਾਬ ਦੇ ਮਾੜੇ ਹਾਲਾਤ ਸੀ ਬਾਹਰ ਵਿਦੇਸ਼ਾਂ ਵਿੱਚ ਪੜ੍ਹਦਾ ਸੀ, ਉਹ ਤਾਂ ਹੋ ਗਏ ਕੌਮ ਦੇ ਮਤਲਬ ਪੰਥ ਦੇ ਲੀਡਰ, ਅਤੇ ਜਿਹਨਾਂ ਨੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਤਾ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਵੱਡੇ ਭਰਾਤਾ ਬਾਪੂ ਵੀਰ ਸਿੰਘ ਦਾ ਕੋੜਮ ਗੁਰਮ ਸਿੰਘ ਕਿੱਲੀ ਉਹ ਵੀ ਉੱਥੇ ਸ਼ਹੀਦ ਹੋਇਆ, ਸੰਤਾਂ ਦੇ ਵੱਡੇ ਭਰਾ ਜਗਜੀਤ ਸਿੰਘ ਜਿਹਨੂੰ ਵੱਢ ਕੇ ਇਹਨਾਂ ਇਹ ਜਿਹੜੇ ਮਤਲਬ ਉਸ ਵੇਲੇ ਦੇ ਸਰਕਾਰ ਦੇ ਏਜੰਸੀਆਂ ਦੇ ਬੰਦੇ ਸੀ, ਉਹਨੀ ਜਗਜੀਤ ਸਿੰਘ ਨੂੰ ਵੱਢ ਕੇ ਰੇਲ ਗੱਡੀ ਦੇ ਆਪਣੇ ਲੈਨ ਦੇ ਉੱਪਰ ਸਿੱਟਤਾ, ਉਹਨਾਂ ਦਾ ਕੁੜਮ ਗੁਰਦੇਵ ਸਿੰਘ ਆਪਣੇ ਮਤਲਬ ਬਿਸ਼ਨੰਦੀ ਉਹ ਵੀ ਉੱਥੇ ਸ਼ਹੀਦ ਹੋਇਆ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਆਪਣੇ ਕੁੜਮ ਸਾਹਿਬ ਜਥੇਦਾਰ ਜਗਿੰਦਰ ਸਿੰਘ ਚੱਕ ਰਾਜੂ ਉਹ ਵੀ ਉੱਥੇ ਸ਼ਹੀਦ ਹੋਇਆ, ਜਿਹੜਾ ਸਾਰਾ ਲੈਨ ਹੀ ਪਰਿਵਾਰ ਸ਼ਹੀਦਾਂ ਦਾ ਹੋਵੇ ਉਹ ਤਾਂ ਹੋ ਗਿਆ ਏਜੰਸੀਆਂ ਦੇ ਬੰਦੇ, ਅਤੇ ਜਿਹੜਾ ਏਜੰਸੀਆਂ ਦੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਤੀ, ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਵਾੜ ਦਿੱਤੇ, ਵਾਹਿਗੁਰੂ ਕਰਦੇ ਸਿੰਘਾਂ ਦੇ ਉੱਪਰ ਗੋਲੀਆਂ ਜਾ ਕੇ ਸਿੰਘ ਸ਼ਹੀਦ ਕਰ ਦਿੱਤੇ, ਅਤੇ ਉਹਨਾਂ ਨੂੰ ਮਤਲਬ ਜਿਹੜੀ ਸੁਰੱਖਿਅਤ ਦੇਣ ਵਾਲਾ ਸੁਖਬੀਰਵਾਲ ਪੰਥ ਦਾ ਜਥੇਦਾਰ ਲੀਡਰ ਹੋ ਗਿਆ, ਅਤੇ ਸਿੰਘ ਸਾਹਿਬ ਭਾਈ ਨੂੰ ਏਜੰਸੀ ਦੇ ਬੰਦੇ ਹੋ ਗਏ, ਇਹਦਾ ਕੰਪਿਊਟਰ ਗੁਰਦੇਵ ਖੇੜੇ ਦਾ ਕਿਉਂ ਕੰਮ ਨਹੀਂ ਕਰਦਾ, ਸਾਨੂੰ ਤਾਂ ਇੰਨਾ ਗੁੱਸਾ ਗੁਰਦੀਪ ਸਿੰਘ ਖੇੜੇ ਦੇ ਉੱਪਰ, ਭਾਵੇਂ ਮਤਲਬ ਮੈਂ ਗੱਲ ਉਹ ਕਹਿਣੀਆਂ ਨਹੀਂ ਚਾਹੁੰਦਾ, ਪਰ ਗੁਰਦੀਪ ਸਿੰਘ ਖੇੜੇ ਦੀ ਉਹਦੀ ਕੁਰਬਾਨੀ ਨੂੰ, ਕਿਉਂਕਿ ਕੁਰਬਾਨੀ ਕਿਸੇ ਨੇ ਥੋੜ੍ਹੀ ਕੀਤੀ, 1 ਸਾਲ ਜੇਲ੍ਹ ਕੱਟੀ, ਕਿਸੇ ਨੇ 2 ਸਾਲ ਕੱਟੀ, ਮੈਂ ਵੀ ਸੀਏ ਸਟਾਫ ਦੇ ਰੱਸਿਆਂ ਦੇ ਉੱਪਰ ਲਟ ਗਿਆ, ਮੈਂ ਵੀ ਜੇਲ੍ਹ ਕੱਟੀ ਆ, ਪਰ ਮੈਂ ਕਹਿੰਦਾ ਅਸੀਂ ਨਹੀਂ ਘੱਟ ਕੱਟੀ, ਇਹਨੇ ਜ਼ਿਆਦਾ ਵੱਡੀ ਕੁਰਬਾਨੀ ਆ, ਪਰ ਕੁਰਬਾਨੀ ਕਰਨ ਤੋਂ ਬਾਅਦ ਕੋਈ ਪੈਂਦੇ ਖਾਂ ਵਰਗਾ ਨਵਾਂ ਜੰਮ ਕੇ ਕਹਿ ਦੇ ਮੈਂ ਹੁਣ ਗੁਰੂ ਸਾਹਿਬ ਦੇ ਜਾਂ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਰਿਵਾਰ ਨੂੰ ਚੈਲੰਜ ਕਰਨਾ, ਉੱਠਦਾ ਉਹਦੇ ਫਿਰ ਸੰਸਾਰ ਦੇ ਸਿੱਖਾਂ ਕੋਲੋਂ ਪੈਣੀ ਹੀ ਪੈਣੀ ਆ। ਤਾਂ ਵਿਸ਼ਵ ਭਰ ਦੇ ਸਿੱਖਾਂ ਦੇ ਵਿੱਚ ਜੀ ਸੰਤ, ਅੱਜ ਅਸੀਂ ਜਿਹੜੇ ਜਿਸ ਜਗ੍ਹਾ ਦੇ ਉੱਤੇ ਬਹਿ ਕੇ ਗੱਲਬਾਤ ਕਰ ਰਹੇ ਹਾਂ, ਇਹ ਸੰਤ ਜਰਨੈਲ ਸਿੰਘ ਜੀ ਦਾ ਜਨਮ ਸਥਾਨ ਆ, ਗੁਰਦੁਆਰਾ ਸੰਤ ਖਾਲਸਾ ਰੋਡੇ। ਇਸ ਪਿੰਡ ਦੇ ਵਿੱਚ ਵੜਦੇ ਸਾਰ ਹੀ ਨਾ ਇੱਕ ਅਜੀਬ ਜਿਹੀ ਸਰੀਰ 'ਚ ਮਹਿਸੂਸ ਹੋਣ ਲੱਗ ਪੈਂਦੀ ਵੀ ਪਿੰਡਾਂ ਵਾਲੇ ਸੰਤਾਂ ਦੇ ਪਿੰਡ ਆ ਗਿਆ। ਤਾਂ ਮਤਲਬ ਉਹ ਬੋਲਦੇ ਬੋਲਦੇ ਮਤਲਬ ਬਹੁਤ ਉਸ ਕਦਰ ਉਸ ਪੱਧਰ 'ਤੇ ਚੱਲ ਗਏ ਭਾਈ ਜਿਹੜਾ ਜਿਹੜਾ ਹੈਗਾ ਹੈਗਾ ਭਾਈ ਗੁਰਦੀਪ ਸਿੰਘ ਖੇੜਾ ਹੋਣੀ, ਵੀ ਜਿਹਨੂੰ ਲੈ ਕੇ ਪੰਥ ਦੇ ਵਿੱਚ ਐਸੇ ਵਿਵਾਦ ਛਿੜ ਗਏ ਆ ਵੀ ਅਗਲਾ ਕਹਿੰਦਾ ਅੱਛਾ ਫਿਰ ਉਹ ਤਾਂ ਐਵੇਂ ਹੀ ਹੋ ਗਈਆਂ, ਉਹ ਕਹਿੰਦੇ ਵੀ ਜਿਹੜੇ ਖਾਲ
ਖਾਲਿਸਤਾਨ ਦੀ ਗੱਲ ਕਰਨ ਵਾਲੇ ਬੰਦੇ ਉਹਨਾਂ ਨੇ ਗੱਲ ਕਹੀ ਵੀ ਅੱਗ ਲਾ ਕੇ ਕੰਧ 'ਤੇ, ਜਿਹੜੀ ਪੰਜਾਬੀ ਦੀ ਕਹਾਵਤ ਹੈ ਜਦੋਂ ਆਪਾਂ ਕਿਸੇ ਸ਼ਰਾਰਤੀ ਜੇ ਮਾੜੇ ਜੇ ਬੰਦੇ ਨੂੰ ਕਹਿੰਦੇ ਵੀ ਇਹ ਅੱਗ ਲਾ ਕੇ ਕੁੱਤਾ ਕੰਧ 'ਤੇ ਹੀ ਆ, ਜਿਹੜਾ ਬੰਦਾ ਸੋਹਣੀ ਕਹਾਣੀ ਚੱਲਦੀ ਨੂੰ ਵਿੱਚ ਜਾਣ ਕੇ ਤੀਲੀ ਜੀ ਪਾ ਕੇ, ਔਰ ਉਹਨੇ ਜਿਹੜੇ ਵਿਦੇਸ਼ਾਂ 'ਚ ਚੱਲ ਗਏ ਸਿੱਖ ਜਿਹੜੇ ਉਦੋਂ ਇੱਥੇ ਮਤਲਬ ਪੱਤਾ ਸਿੰਘਾਂ ਦਾ ਵੈਰੀ ਸੀ 25,000 ਬੰਦੇ ਦਾ, ਤਾਂ ਭਾਈ ਜਸਵੰਤ ਸਿੰਘ ਖਾਲਾ ਉਹਨਾਂ ਨੇ ਹਿਸਾਬ ਕਿਤਾਬ ਮੰਗਿਆ। ਉਹਨਾਂ ਸਮਿਆਂ ਦੇ ਵਿੱਚ ਹੀ ਭਾਈ ਗੁਰਦੀਪ ਸਿੰਘ ਖੇੜਾ ਖੁਦ ਜਿਹੜਾ ਹੈਗਾ ਜੇਲ੍ਹਾਂ ਜਾਂਦੇ ਨੇ, ਉਹਨਾਂ ਸਮਿਆਂ ਦੇ ਵਿੱਚ ਹੀ ਭਾਈ ਤਾਰਾ, ਭਾਈ ਭਿਓਰਾ, ਭਾਈ ਰਾਜੂਵਣਾ ਔਰ ਅਨੇਕਾਂ ਸਿੱਖ ਸ਼ਹੀਦ ਹੋ ਜਾਂਦੇ ਨੇ, ਭਾਈ ਜਟਾਣੇ ਦਾ ਪਰਿਵਾਰ ਮਾਰ ਦਿੱਤਾ ਜਾਂਦਾ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਿੱਖ ਪੰਜਾਬ ਦੀ ਧਰਤੀ ਛੱਡ ਕੇ ਹਰਿਆਣਾ ਯੂਪੀ ਜਿੱਥੇ ਸਿੱਖ ਵਸਦੇ ਸੀ, ਸਿੱਖ ਵਿਦੇਸ਼ ਚੱਲ ਗਏ, ਉਹਨਾਂ ਨੂੰ ਇਹ ਕਹਿਣਾ ਵੀ ਇਹ ਤਾਂ ਅੱਗ ਲਾ ਕੇ ਕੰਧ 'ਤੇ ਚੱਲ ਗਏ ਨੇ, ਖਾਲਿਸਤਾਨ ਦੇ ਨਾਂ ਦੇ ਉੱਤੇ ਰੋਟੀਆਂ ਸੇਕਦੇ ਨੇ, ਇਹ ਗੱਲ ਦਾ ਮਤਲਬ ਕੀ ਹੈ? ਮੈਂ ਇਹ ਗੱਲ ਕਹਿਣੀ ਚਾਹੁੰਦਾ, ਜਿਹੜੀ ਸੁਸਾਇਟੀ ਨੇ ਕੈਨੇਡਾ ਤੋਂ 1,00,000 ਰੁਪਈਆ ਭੇਜਿਆ, ਜਿੰਨੇ ਵੀ ਵਿਦੇਸ਼ਾਂ ਵਿੱਚ ਸਿੱਖ ਵੱਸਦੇ ਉਹ ਇੰਗਲੈਂਡ ਦੀ ਧਰਤੀ 'ਤੇ ਹੋਣ, ਕੈਨੇਡਾ 'ਚ ਹੋਣ, ਅਮਰੀਕਾ ਵਿੱਚ ਹੋਣ, ਉਹ ਸਾਰੇ ਸਿੰਘ ਜਿੰਨੇ ਉੱਥੇ ਬਾਹਰ ਵੱਸਦੇ ਆ ਉਹ ਆਪਣੀ ਦਹਾਂ ਨਹੁੰ ਦੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਦਸਵੰਧ ਕੱਢ ਕੇ ਜਿਹੜੇ ਖੇੜਾ ਸਾਹਿਬ ਨੂੰ ਪੈਸੇ ਭੇਜਦੇ ਆ ਉਸ ਆਪਣੀ ਕਮਾਈ 'ਚੋਂ ਭੇਜਦੇ ਆ। ਉਹਨਾਂ ਸਿੰਘਾਂ ਬਾਰੇ, ਉਹਨਾਂ ਸੰਗਤਾਂ ਬਾਰੇ ਇਹ ਲਫ਼ਜ਼ ਬੋਲਣੇ ਬਹੁਤ ਮਾੜੀ ਗੱਲ ਆ। ਇੱਕ ਇਹਨੇ ਸਟੇਜ ਤੋਂ ਹੋਰ ਗੱਲ ਕਹੀ, ਮੈਨੂੰ ਚੇਤਾ ਨਾ ਭੁੱਲ ਜਾਵੇ, ਇਹਨੇ ਕਿਹਾ ਸੀਗਾ ਵੀ ਮਤਲਬ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਾਂ ਮਤਲਬ ਉਹ ਹਰਜਿੰਦਰ ਸਿੰਘ ਜਿੰਦਾ ਜਾਂ ਮਤਲਬ ਸੁੱਖਾ ਜਾਂ ਮਤਲਬ ਲਾਭ ਸਿੰਘ ਬੱਬਰ ਜਾਂ ਹੋਰ ਜਿਹੜੇ ਬੰਦੇ ਆ ਵੀ ਉਹਨਾਂ ਨੇ ਵੀ ਕਦੇ ਅਕਾਲੀ ਦਲ ਨੂੰ ਮਾੜਾ ਕਿਹਾ? ਮੈਂ ਕਹਿੰਦਾ ਸਾਰਿਆਂ ਦਾ ਮੋਢਾ ਸਿੰਘ ਦੀ ਗੱਲ ਕੀਤੀ ਉਹਨਾਂ ਨੇ, ਮੈਂ ਕਹਿੰਦਾ ਸਾਰਿਆਂ ਦਾ ਜਿਹੜਾ ਮੋਢਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆ, ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੁੰਦਿਆਂ ਕੀ ਮਤਲਬ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੇ ਬੱਗੇ ਨੇ 4,00,000 ਰੁਪਏ ਦੀ ਸੁਪਾਰੀ ਬਾਬਾ ਜਰਨੈਲ ਸਿੰਘ ਨੂੰ ਮਰਵਾਉਣ ਵਾਸਤੇ ਨਹੀਂ ਦਿੱਤੀ? ਸੰਤਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਆਪ ਨੈਟ ਦੇ ਵਜਨ ਸੁਣ ਸਕਦੇ ਬਾਬਾ ਜਰਨੈਲ ਸਿੰਘ ਖਾਲਸਾ ਦੀ, ਮੈਂ ਨਾਲ ਰਿਹਾ ਤਾਂ ਗੱਲ ਵਾਇਰਲ ਹੋ ਰਿਹਾ ਉਹਨਾਂ ਦਾ ਹੁਣ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸਮੇਤ ਸੋਢੀ ਦੇ ਨਾਲ 2-3 ਸਿੰਘ ਹੋਰ ਉਹਨਾਂ ਨੂੰ 4,00,000 ਦੀ ਸੁਪਾਰੀ 102 ਨੰਬਰ ਕਮਰੇ ਦੇ ਵਿੱਚ ਅਕਾਲੀ ਦਲ ਦੇ ਨਾਂ ਦੇ ਉੱਪਰ ਕਮਰਾ ਬੁੱਕ ਕਰਕੇ ਸ਼ਿੰਦੇ ਨੂੰ ਦਿੱਤਾ, ਅਤੇ ਉਹ ਮਤਲਬ ਇਹ ਕਹਿੰਦਾ ਵੀ ਦੱਸੋ ਅਕਾਲੀ ਨੂੰ ਮਾੜਾ ਕਿਹਨੇ ਕਿਹਾ? ਫਿਰ ਸੰਤ ਬਾਬਾ ਜਰਨੈਲ ਸਿੰਘ ਸੋਢੀ ਨੂੰ ਮਾਰਿਆ ਨਹੀਂ, ਸੋਢੀ ਨੂੰ ਜਿੱਥੇ ਮਾਰਨ ਵਾਸਤੇ ਇਕੱਲੇ ਸੋਢੀ ਦੀ ਗੱਲ ਨਹੀਂ, ਮਤਲਬ 40 ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਇੱਕ ਬਜ਼ੁਰਗ ਨੇ ਆ ਕੇ ਸਵਾਲ ਕੀਤਾ ਕਿ ਜਰਨੈਲ ਸਿੰਘ ਮੈਂ ਤੈਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਤੂੰ ਦਮਦਮੀ ਟਕਸਾਲ ਦੀ 14ਵੀਂ ਜਗ੍ਹਾ ਦੇ ਉੱਪਰ ਬਾਬਾ ਦੀਪ ਸਿੰਘ ਵਾਲੀ 'ਤੇ, ਪਰ ਤੂੰ ਇਹਨਾਂ ਭਾਈਆਂ ਨੂੰ ਪੁੱਛ ਵੀ ਇਹਨਾਂ ਅਕਾਲੀ ਦਲ ਦੇ ਜਿੰਨੇ ਵੀ ਅੱਜ ਤੱਕ ਪ੍ਰਧਾਨ ਹੋਏ ਆ ਇਹਨਾਂ ਦੇ ਵਿੱਚੋਂ ਕੋਈ ਸ਼ਹੀਦ ਹੋਇਆ? ਇਹਨਾਂ ਦੇ ਕਿਸੇ ਦੇ ਘਰ ਵਾਲੀ ਕੋਈ ਸ਼ਹੀਦ ਹੋਈ? ਇਹਨਾਂ ਦਾ ਕੋਈ ਬੱਚਾ ਸ਼ਹੀਦ ਹੋਇਆ? ਅਤੇ ਬਾਬਾ ਜਰਨੈਲ ਸਿੰਘ ਆਪਣੀ ਜਵਾਨੀ ਕਹਿੰਦੇ ਬਜ਼ੁਰਗਾਂ ਤੂੰ ਤੁਹਾਨੂੰ ਨਵਾਂ ਹੀ ਫਾਰਮੂਲਾ ਦੱਸ ਦਿੱਤਾ, ਮੈਂ ਤੁਹਾਡੇ ਚੈਨਲ 'ਤੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਹਰਚੰਦ ਸਿੰਘ ਲੌਂਗੋਵਾਲ ਨੇ ਅਜੀਬ ਸਮਝੌਤਾ ਕੀਤਾ, ਉਹ ਮਤਲਬ ਨੌਜਵਾਨਾਂ ਨੂੰ ਉਸ ਵੇਲੇ ਦਿਆਂ ਨੂੰ ਜਿਹੜੇ ਅੱਜ ਬੰਦੀ ਸਿੰਘ ਆ ਜਾਂ ਉਹ ਸਿੰਘ ਜਿਹੜੇ ਕੋਈ ਚੜ੍ਹਾ ਸ਼ਹੀਦੀਆਂ ਪਾ ਗਏ ਉਹਨਾਂ ਨੂੰ ਉਹ ਸਮਝੌਤਾ ਪਸੰਦ ਨਹੀਂ ਆਇਆ, ਅਤੇ ਉੱਦਾਂ ਦੱਸੋ ਤੁਸੀਂ ਅਕਾਲੀ ਦਲ ਦਾ ਕੋਈ ਮੁੰਡਾ ਅਕਾਲੀ ਦਲ ਦਾ ਪ੍ਰਧਾਨ ਹੈ ਜਾਂ ਕਿਹੜਾ ਸ਼ਹੀਦ ਹੋਇਆ ਇਹਨਾਂ ਵਿੱਚੋਂ? ਕੋਈ ਇੱਕ ਦਾ ਨਾਂ ਲਾ ਦੱਸ ਦਿਓ ਮੈਨੂੰ। ਇਸ ਕਰਕੇ ਮੈਂ ਜਿਹੜਾ ਇਹ ਗੁਰਦੀਪ ਸਿੰਘ ਖੇੜੇ ਨੇ ਕਿਹਾ ਵੀ ਉਹ ਬਾਹਰ ਚਲੇ ਗਏ, ਹੁਣ ਅਵਤਾਰ ਸਿੰਘ ਖੰਡਾ ਬਾਹਰ, ਉਹ ਮਤਲਬ ਭਾਵੇਂ ਕਿਸੇ ਢੰਗ ਨਾਲ ਮਾਰ ਦਿੱਤਾ ਗਿਆ, ਉਹ ਪੰਥ ਵਾਸਤੇ ਬੋਲਦਾ ਤਾਂ ਮਾਰ ਦਿੱਤਾ, ਗੁਰਦੀਪ ਸਿੰਘ ਨਿੱਜਰ ਕੈਨੇਡਾ ਦੀ ਧਰਤੀ ਦੇ ਉੱਪਰ ਏਜੰਸੀਆਂ ਨੇ ਮਰਵਾ ਦਿੱਤਾ, ਉਹਨਾਂ ਬਾਰੇ ਤਾਂ ਇੱਕ ਅੱਖਰ ਨਹੀਂ ਇਹ ਬੋਲਿਆ। ਜਿਹੜਾ ਜੇ ਇਹਨੇ ਅਕਾਲੀਆਂ ਦੀ ਸਟੇਜ ਤੋਂ ਬੋਲੇ 100 ਵਾਰੀ ਬੋਲਦਾ, ਸਾਨੂੰ ਪਾਬੰਦੀ ਨਹੀਂ, ਬੋਲੋ ਕਾਹਦੇ ਉਸ ਸਟੇਜ 'ਤੇ ਜਾ ਕੇ ਬੋਲਦਾ? ਘੱਟ ਤੋਂ ਘੱਟ ਇੰਨੀ ਗੱਲ ਤਾਂ ਪੁੱਛਦਾ ਵੀ ਇਹ ਸ਼ਹੀਦਾਂ ਦੀ ਤੁਸੀਂ ਜਥੇਬੰਦੀ ਕਹਿੰਦੇ ਆ, ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਕੀਤਾ, ਅਤੇ ਤੁਹਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੰਘ ਸ਼ਹੀਦ ਹੋਏ ਆ, ਅਤੇ ਉਹਨਾਂ ਵਾਸਤੇ ਹੁਣੇ ਚੰਗਾ ਫੈਸਲਾ ਕਰ ਲਓ, ਨਹੀਂ ਕਰ ਸਕੇ
ਜੀ ਤਾਂ ਕੀ ਲੱਗਦਾ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਕਾਲੀ ਦਲ ਜਿਹੜਾ ਬਾਦਲ ਹੈ ਜਿਹੜਾ ਬਾਦਲ ਦੇ ਨਾਲ ਨਾਲ ਹੀ ਜਾਣਿਆ ਜਾਂਦਾ ਹੈਗਾ ਉਹਦੇ ਹਾਲਾਤ ਬਹੁਤ ਜਿਹੜੇ ਹੈਗੇ ਸਿਆਸੀ ਤੌਰ 'ਤੇ ਮਾੜੇ ਹੈ ਕਿਉਂਕਿ ਉਹ ਲਗਾਤਾਰ ਚੋਣਾਂ 17 'ਚ ਹਾਰੇ ਉਦੋਂ ਬਾਅਦ ਬਾਈ ਇਲੈਕਸ਼ਨ ਹਾਰੇ 22 'ਚ ਹਾਰੇ 22 ਤੋਂ ਬਾਅਦ ਲੋਕ ਸਭਾ ਦੇ ਵਿੱਚ ਉਹ ਭਾਈ ਰਾਜੋਣਾ ਸਾਹਿਬ ਦੇ ਭੈਣ ਜੀ ਸੀਗੇ ਉਹ ਵੀ ਹਾਰ ਗਏ ਕਿਉਂਕਿ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਹੀ ਮੇਰੇ ਖਿਆਲ ਜੇ ਯਾਦ ਕਦੇ ਖਲੋ ਜਾਂਦੇ ਤਾਂ ਲੋਕਾਂ ਨੇ ਸਨਮਾਨ ਨਾਲ ਹੀ ਜਿਤਾ ਦੇਣਾ ਜੇ ਮਾਣ ਨੂੰ ਜਿਤਾ ਸਕਦੇ ਉਹਨਾਂ ਨੂੰ ਜਿਤਾਉਣ ਦੇ ਮਤਲਬ ਇਹਨਾਂ ਹਾਲਾਤਾਂ ਦੇ ਵਿੱਚ ਕੀ ਅਕਾਲੀ ਦਲ ਬਾਦਲ ਦੇ ਲਈ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਦਮ ਚੁੱਕੇ ਜਾ ਰਹੇ ਆ ਜਿਹੜੇ ਇਹ ਕਾਮਯਾਬ ਹੋਣਗੇ ਕਿਉਂਕਿ ਤੁਸੀਂ ਵੀ ਆਖਿਰ ਸਿਆਸਤ ਦੇ ਵਿੱਚ ਰਹੇ ਹੋ ਪੰਥਕ ਸਿਆਸਤ ਰਹੇ ਹੋ ਤੁਸੀਂ ਵੀ ਜਿਹੜਾ ਹੈਗਾ ਉਹ ਸਿਲੈਕਟਡ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ ਮਤਲਬ ਕੀ ਲੱਗਦਾ ਤੁਹਾਡੀ ਸਿਆਸੀ ਸਮਝ ਕੀ ਇੱਕ ਸਾਧ ਬਜਨਟ ਲਾਦਾ ਮੈਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਦੀ ਗੱਲ ਮੁੜ ਮੁੜ ਕੇ ਇਸ ਕਰਕੇ ਕਰਦਾ ਕਿਉਂਕਿ ਬਾਬਾ ਜਰਨੈਲ ਸਿੰਘ ਖਾਲਸਾ ਜਿਸ ਵੇਲੇ ਇੱਕ ਵਾਰੀ ਚੋਣ ਹੋਈ ਸੀ ਮੋਹਨ ਸਿੰਘ ਤੁੜ ਦਾ ਮੁੰਡਾ ਲਹਿਣਾ ਸਿੰਘ ਜਿੱਤਿਆ ਸੀ ਇੱਕੋ ਜਿੱਤਿਆ ਸੀ ਜਿੱਦਾਂ ਅੱਜ ਬੀਬੀ ਸਿਮਤ ਕੌਰ ਇੱਕੋ ਜਿੱਤੀ ਬਾਕੀ ਸਾਰੇ ਹਾਰ ਗਏ ਅਤੇ ਬਾਬਾ ਜਰਨੈਲ ਸਿੰਘ ਖਾਲਸਾ ਨੇ ਗੁਰੂ ਰਾਮਦਾਸ ਦੀ ਉੱਪਰਲੀ ਮੰਜ਼ਿਲ ਦੇ ਉੱਪਰ ਬੈਠੇ ਸੀਗੇ ਅਤੇ ਮੈਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਕੋਲ ਬੈਠਾ ਸੀਗਾ ਅਤੇ ਉੱਥੇ ਬੋਪਾ ਰਾਏ ਵੇਲੇ ਇੱਕ ਮਾਤਾ ਸੀਗੀ ਉਹਨੇ ਮਤਲਬ ਗੱਲਾਂ ਬਾਤਾਂ ਚੱਲ ਰਹੀਆਂ ਸੀ ਅਕਾਲੀ ਦਲ ਦੀਆਂ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਉਸ ਵੇਲੇ ਦੇ ਬਚਨੇ ਆ ਅੱਜ ਭਾਵੇਂ ਸਾਰੀਆਂ ਸੰਸਾਰ ਦੀਆਂ ਸਿੱਖ ਸੰਗਤਾਂ ਇਸ ਗੱਲ ਦੇ ਉੱਪਰ ਖੜੀਆਂ ਜਾਂ ਅਕਾਲੀ ਦਲ ਦੇ ਵਿੱਚ ਵੀ ਉਹ ਲੋਕ ਖੜ੍ਹੇ ਆ ਕਿ ਮਤਲਬ ਸੁਖਬੀਰ ਸਿੰਘ ਨੇ ਸਾਰੇ ਗੁਨਾਹ ਕੀਤੇ ਆ ਅਤੇ ਹੁਣ ਤਾਂ ਸਾਡੇ ਕਹਿਣ ਦੀ ਲੋੜ ਹੀ ਨਹੀਂ ਆਪਾਂ ਕਹਿੰਦੇ ਕਿ ਉਹਨੂੰ ਗੁਨਾਹ ਕੀਤੇ ਖੁਦ ਜਾ ਕੇ ਕਾਲ ਤਖ਼ਤ ਦੇ ਚਿੱਠੀ ਦੇ ਕੇ ਲਿਖਤੀ ਰੂਪ 'ਚ ਮੰਨ ਗਿਆ ਵੀ ਜਿੰਨੇ ਵੀ ਗੁਨਾਹ ਕੀਤੇ ਮੈਂ ਕੀਤੇ ਮੇਰੀ ਝੋਲੀ 'ਚ ਪਾ ਦਿਓ ਜਿਹੜਾ ਬੰਦਾ ਮੰਨੇ ਗਿਆ ਉਹਦੇ ਵਾਸਤੇ ਆਪਾਂ ਬਹੁਤਾ ਕਹਿਣ ਦੀ ਕੀ ਲੋੜ ਪਈ ਆ ਅਤੇ ਬਾਬਾ ਜਰਨੈਲ ਸਿੰਘ ਖਾਲਸਾ ਦੇ ਬਚਨ ਆ ਵੀ ਤੂੰ ਕੁਰਸੀ ਅੱਗੇ ਅੱਗੇ ਜਾਵੇਗੀ ਅਤੇ ਇਹ ਮਗਰ ਮਗਰ ਭੱਜਣਗੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ 'ਚ ਖਿਲ ਰਹੇ ਆ ਇਹ ਇਸ ਤਰ੍ਹਾਂ ਪੰਜਾਬ 'ਚ ਨਹੀਂ ਪੂਰੇ ਬਲ ਦੇ ਵਿੱਚ ਇਸ ਤਰ੍ਹਾਂ ਇਹ ਭੀਖ ਮੰਗਣਗੇ ਪਰ ਇਹਨਾਂ ਨੂੰ ਹੁਣ ਖੈਰ ਪੈਣ ਵਾਲੀ ਇਹ ਭੁੱਲ ਜਾਣ ਕਿ ਸੁਖਬੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣ ਜਾਊ ਉਹ ਮੁੱਖ ਮੰਤਰੀ ਬਣ ਜਾਊ ਕਿਉਂਕਿ ਉਹ ਇੱਕ ਬਲਵੰਤ ਸਿੰਘ ਰਾਮੂ ਵਾਲੇ ਨੇ ਕਿਹਾ ਵੀ ਖੁਸਰਿਆਂ ਦੇ ਭਾਵੇਂ ਦੋ ਮੁੰਡੇ ਜੰਮ ਪੈਣ ਪਰ ਤੇਰੇ ਹੁਣ ਬੇਰੀ ਦੇ ਪੱਤੇ ਨਹੀਂ ਵੱਜਣੇ ਤੁਹਾਡੇ ਦਰਵਾਜ਼ੇ ਮੋਹਰੇ ਇੱਕ ਹੋਰ ਹੈ ਬਾਬਾ ਜੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਚੁਣੇ ਹੋਏ ਮੈਂਬਰ ਹੋ ਜਿਹੜੀਆਂ ਪਿਛਲੀਆਂ ਜਿਹੜੀਆਂ 2011 ਦੇ ਵਿੱਚ ਤੁਹਾਨੂੰ ਚੁਣਿਆ ਗਿਆ ਸੀਗਾ ਸੰਤ ਸਮਾਜ ਵੱਲੋਂ ਤੁਹਾਨੂੰ ਚੁਣਿਆ ਗਿਆ ਸੀ ਇੱਕ ਹੋਰ ਹੈ ਜੀ ਕਿਉਂਕਿ ਉਸ ਤੋਂ ਬਾਅਦ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਇੱਕ ਧਿਰ ਨੇ ਸਰਬੱਤ ਖਾਲਸਾ ਕੀਤਾ ਸਰਬੱਤ ਖਾਲਸਾ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਨੂੰ ਜਥੇਦਾਰ ਭਾਈ ਮੰਡ ਸਾਹਿਬ ਨੂੰ ਉਹਨਾਂ ਦੀ ਜਗ੍ਹਾ 'ਤੇ ਕਾਰਜਕਾਰੀ ਦਾਦੂਵਾਲ ਸਾਹਿਬ ਨੂੰ ਦਮਦਮਾ ਸਾਹਿਬ ਤੋਂ ਅਮਰੀਕ ਸਿੰਘ ਜਨਾਲਾ ਨੂੰ ਕੇਸਗੜ੍ਹ ਸਾਹਿਬ ਤੋਂ ਇਸ ਤਰ੍ਹਾਂ ਥਾਪ ਦਿੱਤਾ ਗਿਆ ਤਾਂ ਉਸ ਸਮੇਂ ਵੀ ਤੁਸੀਂ ਵੀ ਮਤਲਬ ਜਿਹੜਾ ਹੈਗਾ ਅਕਾਲੀ ਦਲ ਬਾਦਲ ਦੀਆਂ ਜਿਹੜੀਆਂ ਹੱਕ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਾਬਜ਼ ਧਿਰ ਅਕਾਲੀ ਦਲ ਬਾਦਲ ਦੀ ਧਿਰ ਹੈ ਉਸ ਵਕਤ ਤੁਸੀਂ ਇਹਨਾਂ ਦੇ ਹੱਕ 'ਚ ਖਲੋਂਦੇ ਨਜ਼ਰ ਆਏ ਮਤਲਬ ਆਖਿਰ ਇਹੋ ਜਿਹਾ ਕੀ ਹੋ ਗਿਆ ਵੀ ਜਿਹੜਾ ਜਸਵੀਰ ਸਿੰਘ ਰੋਡੇ ਹੋਣੀ ਵੀ ਲਗਾਤਾਰ ਬਹੁਤ ਲੰਮਾ ਸਮਾਂ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਖਲੋਂਦੇ ਨਜ਼ਰ ਆਏ ਨੇ ਇਹਨਾਂ ਦੇ ਧੀਆਂ ਪੁੱਤਾਂ ਦੇ ਵਿਆਹਾਂ 'ਤੇ ਸੁਖਬੀਰ ਸਿੰਘ ਬਾਦਲ ਹੁਣੀ ਜਾਂਦੇ ਰਹੇ ਨੇ ਤੁਹਾਡੇ 'ਤੇ ਸਵਾਲ ਹੋ ਰਹੇ ਕਹਿੰਦੇ ਉਦੋਂ ਤਾਂ ਇਕੱਠੇ ਸੀ ਇਹ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਤੁਸੀਂ ਦੱਸਣਾ ਚਾਹੋਗੇ ਵੀ ਆਖਿਰ ਗੱਲ ਹੋਈ ਕੀ ਹੈ ਮੈਂ ਪਹਿਲੀ ਗੱਲ ਤਾਂ ਕਹਿਣਾ ਚਾਹੁੰਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿੰਘ ਸਾਹਿਬ ਭਾਈ ਜਸਵੀ ਸਿੰਘ ਰੋਡੇ ਦੀ ਪਾਰਟੀ ਦਾ ਕੋਈ ਰਲੇਵਾਂ ਨਹੀਂ ਹੋਇਆ ਜੀ ਸਾਡਾ ਸਮਝੌਤਾ ਹੋਇਆ ਅਤੇ ਸਮਝੌਤਾ ਕਹਿੰਦਾ ਸ਼ਰਤਾਂ ਦੇ ਉੱਪਰ ਹੋਇਆ ਜੀ ਉਸ ਵੇਲੇ ਵੱਡੇ ਬਾਦਲ ਨੇ ਸਿੰਘ ਸਾਹਿਬ ਭਾਈ ਜਸਵੀ ਰੋਡੇ ਨੂੰ ਫੋਨ ਕੀਤਾ ਕਿ ਤੈਨੂੰ ਮਿਲਣਾ ਚਾਹੁੰਦੇ ਹਾਂ ਅੱਛਾ ਜੀ ਫਿਰ ਉਹ ਮਿਲਿਆ ਮਿਲਣ ਤੋਂ ਬਾਅਦ ਉਹਨੇ ਕਿਹਾ ਮੈਂ ਸਵੇਰੇ ਸੁਖਬੀਰ ਬਾਦਲ ਨੂੰ ਭੇਜੂੰਗਾ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਅਤੇ ਸੁਖਬੀਰ ਬਾਦਲ ਮੁੜ ਕੇ ਸਿੰਘ ਸਾਹਿਬ ਭਾਈ ਜਸਵੀ ਰੋਡੇ ਦੇ ਕੋਲ ਆ ਗਿਆ ਜਿੱਥੇ ਦਮਨੀ ਟਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਵੀ ਸਿੰਘ ਸਾਹਿਬ ਨੇ ਸੱਦ ਲਿਆ ਜੀ ਅਤੇ ਉਹ ਮੀਟਿੰਗ ਦੇ ਵਿੱਚ ਸਾਡੀ ਦੋ ਤਿੰਨ ਤਾਂ ਸ਼ਰਤਾਂ ਸਿੰਘ ਸਾਹਿਬ ਨੇ ਰੱਖੀਆਂ ਇੱਕ ਤਾਂ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਇਹ 2011 ਦੀ ਗੱਲ ਕਰ ਹਾਂਜੀ ਮੈਂ ਉਸ ਵੇਲੇ ਗੱਲਾਂ ਕਰ ਵਿੱਚ ਇਹ ਬਹੁਤ ਅਹਿਮ ਗੱਲ ਹੈ ਜਿਹੜੀ ਸ਼ਾਇਦ ਪਹਿਲੀ ਵਾਰੀ ਜਾਂ ਹੋ ਸਕਦਾ ਕਿਤੇ ਹੋਈ ਹੋਵੇ ਦੋਪੀ ਆਖਿਰ ਸੰਤ ਸਮਾਜ ਦਾ ਉਹ ਟਕਸਾਲ ਜਿਹੜੀ ਯੋਧਿਆਂ ਦੀ ਟਕਸਾਲ ਆ ਉਹਦਾ ਇਸ ਬਾਦਲ ਦਲ ਦੇ ਨਾਲ ਅਸਲ ਜੇ ਸਮਝੌਤਾ ਜਿਹੜਾ ਅਲਾਇੰਸ ਹੋਇਆ ਸੀਗਾ ਸਿਆਸੀ ਅਲਾਇੰਸ ਸ਼੍ਰੋਮਣੀ ਕਮੇਟੀ ਦੇ ਚੋਣਾਂ ਦੇ ਵਿੱਚ ਵੀ ਕਿੰਨੀਆਂ ਸੀਟਾਂ ਸੰਤ ਸਮਾਜ
ਇਹਨੂੰ ਦਿੱਤੀਆਂ ਸੀ, ਕੁਛ ਚੇਤੇ ਤੁਹਾਡੇ? ਕਿਹਾ ਉਹਨੀ ਮਤਲਬ 40 ਸੀਗਾ, ਹਾਂਜੀ, ਪਰ ਸੀਟਾਂ ਉਹਨੀ ਮਤਲਬ 12-14 ਸੀਟਾਂ ਦਿੱਤੀਆਂ ਸਨ ਸਮਾਜ ਨੂੰ। ਚਲੋ, ਜਿੰਨੀਆਂ ਜਿਹੜੀਆਂ ਉਹਨੀ ਮਤਲਬ ਸਾਡੇ ਬੰਦਿਆਂ ਨੂੰ ਆਪ ਦੇਤੀਆਂ, ਉਹ ਵੀ ਸਾਡੇ ਖਾਤੇ ਪਾਤੀਆਂ ਮਤਲਬ। ਅੱਛਾ, ਮਤਲਬ ਅੱਛਾ, ਹੁਣ ਤੁਸੀਂ ਦੱਸੋ ਵੀ ਆਖਰ ਉਹ ਸਮਝੌਤਾ ਜਿਹੜਾ ਹੋਇਆ ਸੀਗਾ, ਉਹ ਸਮਝੌਤੇ ਦੇ ਵਿੱਚ ਜਿਹੜੇ ਧਰਮੀ ਫੌਜੀ ਉਹਨਾਂ ਵਾਸਤੇ ਕੁਛ ਸਗੀਆਂ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ, ਜਿਹੜੇ ਬੰਦੀ ਸਿੰਘ ਉਹ ਰਿਹਾਅ ਕੀਤੇ ਜਾਣ ਜਾਏ ਚਾਹੀਦੇ ਆ। ਅਤੇ ਉੱਥੇ ਜਿਹੜੇ 1984 ਦੇ, ਮੈਂ ਇੱਥੇ ਗੱਲ ਹੋਰ ਜੋੜਨੀ ਚਾਹੁੰਦਾ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ 51 ਸਾਲ ਬਾਅਦ ਪਹਿਲੇ ਅਖੰਡ ਪਾਠ ਦਾ ਭੋਗ ਪਿਆ ਜੀ। ਅਤੇ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲ ਬਾਅਦ ਪਹਿਲਾ ਭੋਗ ਅਖੰਡ ਪਾਠ ਸਾਹਿਬ ਦਾ ਪਿਆ ਚੱਪੜਚਿੱਲੀ, ਜਿਹੜਾ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਜੀ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਜਿਹੜੇ ਸਿੰਘ ਉੱਥੇ ਜੰਗ ਲੜ ਰਹੇ ਸੀ, ਉਹਨਾਂ ਦੀ ਯਾਦਗਾਰ ਬਣਾਉਣ ਵਾਸਤੇ ਸਵਾਲ ਸਿੰਘ ਸਾਹਿਬ ਭਾਈ ਰੋਡੇ ਨੇ ਰੱਖਿਆ। ਅਤੇ ਸੁਖਬੀਰ ਬਾਦਲ ਮੰਨਿਆ ਵੀ ਸਿਮਰਤ ਕੌਰ ਜਿੱਤੇ ਨਾ ਜਿੱਤੇ, ਸਭ ਤੋਂ ਪਹਿਲਾਂ ਸਮਝੌਤਾ ਉਸ ਵੇਲੇ ਸਿਮਰਜੀਤ ਕੌਰ, ਆਪਣੀ ਸਿਮਰਤ ਕੌਰ ਤੋਂ ਖੜੀ ਸੀਗੀ ਬਠਿੰਡੇ ਤੋਂ ਜੀ, ਅਤੇ ਤੁਸੀਂ ਸਿਮਰਤ ਕੌਰ ਨੂੰ ਜਿਤਾਓ ਨਾ ਜਿੱਤੇ ਕੋਈ ਗੱਲ ਨਹੀਂ, ਮੈਂ ਸ਼ਹੀਦੀ ਯਾਦਗਾਰ ਬਣਾਊਂਗਾ। ਅੱਛਾ, ਇਹ ਸੁਖਬੀਰ ਬਾਦਲ ਨੇ, ਇਹ ਸੁਖਬੀਰ ਬਾਦਲ ਨੇ ਕਿਹਾ ਸੀ, ਉਸ ਵੇਲੇ ਕਿਹਾ ਸੀ। ਉਦੋਂ ਬਾਅਦ ਉਹ ਆਪਣੀ ਗੱਲ ਦੇ ਉੱਪਰ ਕਾਇਮ ਵੀ ਰਿਹਾ ਅਤੇ ਉਹਨੇ ਬਣਾ ਦਿੱਤੀ, ਅਤੇ ਉਹਦੇ ਨਾਲ ਹੀ ਗੈਲਰੀ ਵਾਸਤੇ ਗੱਲ ਕੀਤੀ। ਪਰ ਹੁਣ ਜਿਹੜਾ ਸਾਡਾ ਸਮਝੌਤਾ ਟੁੱਟਿਆ, ਕਿਹੜੀ ਗੱਲ ਤੋਂ ਟੁੱਟਿਆ? 2 ਸਾਲ ਪਹਿਲਾਂ ਸੁਖਬੀਰ ਬਾਦਲ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਘਰ ਆਇਆ, ਮੈਂ ਵੀ ਨਾਲੇ ਬੈਠਾ ਸੀਗਾ। ਬਾਬਾ ਸਵਰਨਜੀਤ ਸਿੰਘ ਮਿਸ਼ਲ ਚੀਦਾਂ ਤਨ ਦੇ ਮੁਖੀ ਸੀਗੇ, ਇਹ ਸਾਡੇ ਕੋਲ ਵੋਟਾਂ ਲੈਣ ਵਾਸਤੇ ਆਇਆ ਵੀ ਧਾਮੀ ਦੀ ਸਪੋਰਟ ਕਰੋ। ਅਤੇ ਸਿੰਘ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਸਾਡੇ ਸਾਹਮਣੇ ਨੂੰ ਕਿਹਾ ਵੀ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸਾਰੇ ਸੰਸਾਰ ਦੀਆਂ ਜਿਹੜੀਆਂ ਸੰਗਤਾਂ ਤੇਰੇ ਤੋਂ ਬਹੁਤ ਔਖੀਆਂ, ਅਤੇ ਤੂੰ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਮਾਫ਼ੀ ਮੰਗ ਲਾ। ਅੱਛਾ ਜੀ, ਅਤੇ ਜੇ ਤੂੰ ਮਾਫ਼ੀ ਨਹੀਂ ਮੰਗਣੀ, ਐਗਦੀ ਤੇਰੀ ਅਸੀਂ ਮੱਤ ਕਰ ਦੇਣੀ, ਗਾਂਹ ਵਾਸਤੇ ਤੇਰੇ ਨਾਲ ਸਾਡਾ ਕੋਈ ਸੰਬੰਧ ਨਹੀਂ। ਇਹ ਸਾਡੇ ਨਾਲ ਵਾਅਦਾ ਕਰਕੇ ਗਿਆ ਵੀ ਮੈਂ ਮਾਫ਼ੀ ਮੰਗੂੰਗਾ, ਪਰ ਇਹਨੇ ਮਾਫ਼ੀ ਨਹੀਂ ਮੰਗੀ। ਅਤੇ ਅਸੀਂ ਮੁੜ ਕੇ ਦੁਬਾਰਾ ਦੂਸਰੇ ਸਾਲ ਫਿਰ ਬਰਾਬਰ ਬੰਦਾ ਖੜਾ ਕਰਕੇ, ਸਾਨੂੰ ਪਤਾ ਸਾਡੀ ਜਿੱਤ ਨਹੀਂ ਹੋਣੀ, ਪਰ ਅਸੀਂ ਮਤਲਬ ਇੱਕ ਲੋਕਾਂ ਨੂੰ ਦੱਸਣ ਵਾਸਤੇ ਵੀ ਸਾਡਾ ਆਹ ਗੱਲ ਇੱਥੇ ਖੜੀ ਆ ਮਤਲਬ ਜੀ। ਮਤਲਬ ਇਹ ਗੱਲ ਤੇ ਆਖਿਰ ਫਿਰ ਇੱਥੋਂ ਗੱਲ ਵੱਧ ਗਈ ਮਤਲਬ, ਤੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੋਣੀ। ਹਾਂ, ਦੇਖੋ ਆਪਾਂ ਇਕੱਠੇ ਸਟੇਜ ਸਾਂਝੀ ਕਰ ਰਹੇ ਹਾਂ, ਮੇਰੀ ਤੁਹਾਡੇ ਨਾਲ ਬਹੁਤ ਨੇੜਤਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਸੰਤ ਸਮਾਜ ਦੇ ਨਾਲ। ਬਾਬਾ ਹਰਨਾਮ ਸਿੰਘ ਹੋਣੀ ਜਿਹੜੇ ਹੈਗੇ ਨੇ ਟਕਸਾਲ ਦਾ ਜਿਹੜਾ ਇਹ ਧਿਰਿਆ ਮੁੱਖ ਧਿਰਿਆ, ਇਹਦੇ ਨਾਲ ਨੇੜਤਾ ਰਹੀ ਹੈ ਕਿਉਂਕਿ ਬਾਬਾ ਹਰਨਾਮ ਸਿੰਘ ਹੋਣਾ। ਮੈਂ ਇੱਕ ਵਿੱਚ ਗੱਲ ਹੋਰ ਕਹਿਣੀ ਚਾਹੁੰਦਾ ਜੀ, ਸੁਖਬੀਰ ਬਾਦਲ ਨੂੰ ਇੱਕ ਵਾਰੀ ਨਹੀਂ, ਘੱਟ ਤੋਂ ਘੱਟ 50 ਵਾਰੀ ਸਿੰਘ ਸਾਹਿਬ ਰੋਡੇ ਸਾਹਿਬ ਨੇ ਦਿੱਲੀ ਵਿੱਚ ਵੀ, ਲੰਬੀ ਪਿੰਡੇ ਦੇ ਘਰ ਦੇ ਵਿੱਚ ਵੀ, ਸਾਡੇ ਸਾਹਮਣੇ ਵੀ, ਮੈਂ ਖੁਦ ਟੀਮ ਨਾਲੇ ਹੁੰਦਾ ਸੀਗਾ, ਬਹੁਤ ਵਾਰੀ ਨੂੰ ਕਿਹਾ ਵੀ ਤੂੰ ਖੁੱਲ੍ਹਾ ਦਾੜਾ ਛੱਡ ਲਾ, ਉੱਪਰ ਜੀ ਸਿਰੀ ਸਾਹਿਬ ਪਾ, 3 ਫੁੱਟੀ ਆਪਣੇ ਤੂੰ ਹੱਥ ਵਿੱਚ ਕਿਰਪਾਨ ਫੜ, ਅਸੀਂ ਓਪਨ ਅਕਾਲੀ ਦਲ ਦਾ ਸਾਥ ਦੇਵਾਂਗੇ। ਵੱਡੇ ਬਾਦਲ ਨੇ ਵੀ ਕਿਹਾ ਵੀ ਸਿੰਘ ਸਾਹਿਬ ਜੀ ਨਹੀਂ ਮੰਨਦਾ ਤੈਨੂੰ ਕਿਰਪਾਨ ਨਾਲ ਸਮਝਾਓ। ਅੱਛਾ, ਮਤਲਬ ਵੱਡੇ ਬਾਦਲ ਨੇ ਹਾਸੇ ਮਖੌਲ ਦੀ ਗੱਲ ਕਹੀ ਵੀ ਇਹਨੂੰ ਮਤਲਬ ਇਹ ਗੱਲ ਕਰਨੀ ਚਾਹੀਦੀ ਆ, ਇਹਨੂੰ ਕਿਹਾ ਪਿਛਲੇ ਅਕਾਲੀ ਦਲਾਂ ਦੇਖ, ਪਰ ਜਿਸ ਵੇਲੇ ਪੂਰੀ ਖੇ ਸਵਾਹ ਇਹਦੇ ਸਿਰ ਵਿੱਚ ਪੈ ਗਈ ਅਤੇ ਹੁਣ ਖੁੱਲ੍ਹਾ ਦਾੜਾ ਵੀ ਕਰ ਲਿਆ, ਤੁਸੀਂ ਦੱਸੋ ਅਕਾਲੀ ਦਲ ਦਾ ਪ੍ਰਧਾਨ ਹੋਵੇ, ਉਹਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਬੰਦਾ ਇਹ ਪੁੱਛੇ ਵੀ ਤੇਰੀ ਸ੍ਰੀ ਸਾਹਿਬ ਕਿੱਥੇ ਆ, ਅਤੇ ਕਿੱਡੀ ਸ਼ਰਮ ਦੀ ਗੱਲ ਆ ਕਿ ਅਕਾਲੀ ਦਲ ਦੇ ਪ੍ਰਧਾਨ ਕੋਲ ਸ੍ਰੀ ਸਾਹਿਬ ਹੈ ਨਹੀਂ, ਕਸ਼ਹਿਰਾ ਹੈ ਨਹੀਂ ਮਤਲਬ ਜੀ, ਤੁਸੀਂ ਅੱਜ ਵੀ ਜਾ ਕੇ ਚੈੱਕ ਕਰੋ, ਅੱਜ ਕਿਹੜਾ ਪਾਇਆ ਹੋਣਾ ਕਸ਼ਹਿਰਾ ਉਹਨੇ ਜੀ। ਇਸ ਕਰਕੇ ਅਸੀਂ ਬੜੇ ਸਾਫ਼ ਲਫ਼ਜ਼ਾਂ 'ਚ ਕਹਿੰਦੇ ਹਾਂ, ਸੁਖਬੀਰ ਬਾਦਲ ਤੂੰ ਜਿੱਥੇ ਮਰਜ਼ੀ ਭੱਜ ਲਾ, ਤੂੰ ਜਿਹੜੇ ਮਰਜ਼ੀ ਸਿੰਘ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਨੂੰ ਸਿੰਘ ਨੂੰ ਲਿਆ ਕੇ ਵਰਤ ਲਵਾਂ, ਫਲਾਣੇ ਅਤੇ ਆਪਣੇ ਸਿੱਸਿਆ ਧਾਰਮਿਕ ਨੇਤਾ ਦੇ ਉਲਟ ਇਹਨੂੰ ਵਰਤ ਲਵਾਂ, ਤੇਰੀ ਜਿਹੜੀ ਬੇੜੀ ਮੰਝ ਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਡੋਬਤੀ ਨਾ, ਇਹ ਨਹੀਂ ਹੁਣ ਨਿਕਲਣੀ, ਨਾ ਤੂੰ ਪ੍ਰਧਾਨ ਬਣੇ ਨਾ ਤੂੰ ਮੁੱਖ ਮੰਤਰੀ ਬਣੇ, ਜਿਨ੍ਹਾਂ ਦੇ ਤੋਂ ਭੱਜ ਹੁੰਦਾ ਭੱਜ ਲਾ ਜੀ। ਜਿਹੜਾ ਹੈਗਾ ਖੇੜਾ ਸਾਹਿਬ ਨੇ ਇੱਕ ਸਟੇਜ ਦੇ ਉੱਤੇ ਜਿਹੜੀ ਹੈਗੀ ਹੈ ਗੱਲਬਾਤ ਬੋਲਦਿਆਂ ਕਹੀ ਸੀ ਮੈਂ ਸਰਕਾਰ
ਪਿਆਰ ਦੇ ਬਾਰੇ ਦੇ, ਕਿਉਂਕਿ ਅੱਜ ਜਿੰਨੀ ਗੱਲਬਾਤ ਸਾਡੀ ਹੋ ਰਹੀ ਹੈ, ਮੈਂ ਕੋਸ਼ਿਸ਼ ਵੀ ਕੀਤੀ ਸੀ ਖੇੜਾ ਸਾਹਿਬ ਦੇ ਨਾਲ ਦੋ ਤਿੰਨ ਵਾਰ ਮੇਰੀ ਫੋਨ 'ਤੇ ਗੱਲਬਾਤ ਹੋਈ ਹੈ, ਮੈਂ ਪਹਿਲੀ ਵਾਰੀ ਕੈਮਰੇ 'ਤੇ ਗੱਲ ਕਹਿ ਰਿਹਾ, ਮੈਂ ਚਾਹੁੰਦਾ ਸੀ ਉਹਨਾਂ ਦੀ ਇੰਟਰਵਿਊ ਕੀਤੀ ਜਾਵੇ, ਕਿਉਂਕਿ ਸਤਿਕਾਰ ਹੈ ਸਾਡੇ ਨਾ ਆਮ ਸਿੱਖਾਂ ਦੇ ਮਨਾਂ ਦੇ ਵਿੱਚ, ਸਿੱਖਾਂ ਦੇ ਜਿਹੜੇ ਜੰਮਦੇ ਜਵਾਕ ਆ ਉਹਨਾਂ ਨੇ ਸੁਣਿਆ ਵੀ ਸਿੱਖਾਂ ਦੇ ਮਸਲੇ ਹੱਲ ਨਹੀਂ ਹੁੰਦੇ, ਸਿੱਖਾਂ ਦੇ ਮਸਲੇ ਹੈ ਕਿਹੜੇ, ਥੋੜ੍ਹੇ ਜਿਹੇ ਤਾਂ ਮਸਲੇ ਹੈ, ਉੱਥੋਂ ਜੋ ਫਿਰ ਗੱਲ ਵੱਧਦੀ ਫਿਰ ਇਹ ਕਹਿੰਦੇ ਨਹੀਂ ਤਾਂ ਸਾਨੂੰ ਆਪਦਾ ਦੇ ਦਿਓ ਭਾਈ, ਫਿਰ ਹੀ ਆ ਨਾ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ, ਸਿੱਖਾਂ ਦੇ ਗੁਰਧਾਮ ਢਾਏ ਜਾ ਰਹੇ ਆ, ਜਿਹੜੇ ਪੰਜਾਬ ਤੋਂ ਬਾਹਰ ਸਟੇਟਾਂ ਦੇ ਵਿੱਚ ਉਹ ਗੁਰਧਾਮ ਢਾਏ ਨੇ, ਆਰਤੀ ਸਾਹਿਬ ਹੈ ਜਾਂ ਮੰਗੂ ਮੱਠ ਹੈ ਜਾਂ ਜਿਹੜਾ ਹਰਕੀ ਪੌੜੀ, ਇਸ ਮਤਲਬ ਨਿੱਕੀਆਂ ਨਿੱਕੀਆਂ ਮੰਗਾਂ ਨਿੱਕੀਆਂ ਹੀ ਨੇ, ਕੋਈ ਵੱਖਰੀ ਇਹ ਨਹੀਂ। ਜੀ ਬਹੁਤ ਮੈਂ ਗੱਲ ਖਾਸ ਕਹਿਣੀ ਚਾਹੁੰਦਾ ਜੀ ਕਿ ਇੱਕ ਤਾਂ ਇਹ ਧਾਰਮਿਕ ਤੌਰ 'ਤੇ ਸਾਰਾ ਕੁਝ ਹੋ ਰਿਹਾ ਜੀ, ਅਤੇ ਖੇੜਾ ਸਾਹਿਬ ਨੂੰ ਕੋਈ ਲੋਲੀ ਪੋਪ ਦੇ ਦਿੱਤਾ ਸੁਖਬੀਰ ਬਾਦਲ ਨੇ ਵੀ ਤੈਨੂੰ ਅਸੀਂ ਆਹ ਜਹਿਦਰ ਬਣਾਏ, ਕਿਉਂਕਿ ਜਹਿਦਰ ਬਹੁਤ ਬਣਾਏ ਨੇ ਸਾਨੂੰ, ਉਹ ਜਿਹੜੇ ਬੰਦੇ ਜਹਿਦਰ ਬਣਨ ਵਾਲੇ ਸਾਡੇ ਨਾਲ ਵੀ ਸੰਪਰਕ ਕਰਦੇ, ਸ਼੍ਰੋਮਣੀ ਪ੍ਰਧਾਨ ਬਹੁਤ ਇਹਨੇ ਬਣਾਏ, ਕਿਉਂਕਿ ਜੇ ਇੱਕ ਪ੍ਰਧਾਨ ਨੇ ਬਣ ਉਹਦੇ 25 ਨੂੰ ਇਹਨੇ ਕਿਹਾ ਹੁੰਦਾ, ਉਹ ਬੰਦੇ ਸਾਨੂੰ ਮਿਲਦੇ ਬਾਬਾ ਜੀ ਤੁਹਾਡੀ ਬਹੁਤ ਪਹੁੰਚ ਆ, ਤੁਸੀਂ ਕਹਿ ਦਿਓ ਮਤਲਬ, ਮੈਂ ਕੋਈ ਨਹੀਂ ਤੈਨੂੰ ਆਖੀ ਪ੍ਰਧਾਨ ਹੀ ਬਣਾਇਆ ਹੀ ਬਣਾਇਆ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਜੋ ਮਤਲਬ ਖਡੂਰ ਸਾਹਿਬ ਦੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਦੀ ਸਪੋਰਟ ਕੀਤੀ, ਉਹ ਸਾਰੀ ਦੁਨੀਆ ਦੇ ਮੀਡੀਆ ਨੂੰ ਪਤਾ ਸੀ ਅੰਮ੍ਰਿਤਪਾਲ ਨੇ ਜਿੱਤ ਜਾਣਾ ਜੀ, ਪਰ ਨਾਲ ਇੱਕ ਦੁਨੀਆ ਦਾ ਮੀਡੀਆ ਜਾਂ ਏਜੰਸੀਆਂ ਕਹਿ ਰਹੇ ਵੀ ਸਰਬਜੀਤ ਨੇ ਨਹੀਂ ਜਿੱਤਣਾ, ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਐਂਟਨ ਪੰਥਕ ਦਲ ਦੀ ਪਾਰਟੀ ਨੂੰ ਲੈ ਕੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕਹਿ ਕੇ ਆਪਾਂ ਵੋਟ ਸਰਬਜੀਤ ਸਿੰਘ ਨੂੰ ਨਹੀਂ ਪਾਣੀ, ਆਪਾਂ ਕੌਮੀ ਪਰਿਵਾਰ ਕੌਮੀ ਸ਼ਹੀਦ ਜਿਹਨੇ ਸਿੱਖ ਕੌਮ ਦੀ ਪੱਗ ਸਿਰ 'ਤੇ ਟਿਕਾਈ ਸ਼ਹੀਦ ਬਿਆਨ ਸਿੰਘ ਨੂੰ ਵੋਟ ਪਾਣੀ ਜੀ ਜੀ, ਅਤੇ ਉਹ ਲੋਕਾਂ ਦੇ ਮਨ 'ਚ ਵਹਿਮ ਸੀਗਾ, ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਉੱਧਰ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ ਤੋਂ ਅਤੇ ਸਰਬਜੀਤ ਸਿੰਘ ਨੂੰ ਮਲੋਏ ਨੂੰ ਇੱਥੋਂ ਆਪਣੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਬਿਆਨ ਸਿੰਘ ਦੇ ਪੁੱਤਰ ਨੂੰ ਫਰੀਦਕੋਟ ਜਿਤਾਉਣ ਵਿੱਚ ਕਾਮਯਾਬ ਹੋਏ। ਇਹ ਸੁਖਬੀਰ ਬਾਦਲ ਨੂੰ ਗੱਲ ਦਿਨ ਰਾਤ ਸਤਾ ਰਹੀ ਆ ਕਿ ਹੁਣ ਫਿਰ ਜਿਮਣੀ ਚੋਣਾਂ ਆ ਜਾਣੀਆਂ, ਫਿਰ 27 ਦੀਆਂ ਚੋਣਾਂ ਆ ਜਾਣੀਆਂ, ਸਿੰਘ ਸਾਹਿਬ ਭਾਈ ਜਸਵੀਰ ਰੋਡੇ ਨੂੰ ਕਿਸ ਢੰਗ ਦੇ ਨਾਲ ਘੇਰਿਆ ਜਾਵੇ, ਅਤੇ ਦੂਜਾ ਉਹਦੇ ਮਨ ਵਿੱਚ ਨਾ ਜਿਹੜੀ ਗੁਰਦੀਪ ਸਿੰਘ ਖੈੜੇ ਦੀ ਗੱਲ ਆ, ਅੰਮ੍ਰਿਤਪਾਲ ਲਾਗੇ ਲਾਗੇ ਘਰ ਕੋ ਬਹੁਤੇ ਦੂਰ ਇਹਨੇ ਘਰ ਨਹੀਂ ਗਏ, ਇਹਨੂੰ ਬਹੁਤ ਇਹ ਗੱਲ ਸਤਾ ਰਹੀ ਆ ਵੀ ਅਸੀਂ 34-34 ਸਾਲ 'ਚੋਂ ਜੇਲ੍ਹਾਂ 'ਚ ਬੈਠੇ ਹਾਂ, ਇਹ ਕੱਲ੍ਹ ਦਾ ਛੋਕਰਾ ਆਇਆ, ਇਹਨੂੰ ਪੈਸੇ ਵੀ ਸੰਗਤਾਂ ਨੇ ਜ਼ਿਆਦਾ ਦੇ ਦਿੱਤੇ, ਇਹ 1.5 ਸਾਲ ਇਹ ਜੇਲ੍ਹ 'ਚ ਗਏ ਨੂੰ ਹੋ ਗਿਆ, ਮੈਂਬਰ ਪਾਰਲੀਮੈਂਟ ਵੀ ਬਣ ਗਿਆ, ਸਾਡੀ ਤਾਂ ਐਡੀ ਚੜ੍ਹਾਈ ਹੋਈ ਨਹੀਂ, ਇਹ ਈਰਖਾ ਦੀ ਅੱਗ ਵਿੱਚ ਇਹ ਸਾਡੇ ਸੜ ਰਹੇ ਆ, ਅਤੇ ਉਹ ਈਰਖਾ ਦੀ ਅੱਗ 'ਚੋਂ ਕੱਢਣ ਵਾਸਤੇ ਇਹਨੂੰ ਲੋਲੀ ਪੋਪ ਦੇ ਦਿੱਤਾ ਸੁਖਬੀਰ ਬਾਦਲ ਨੇ ਵੀ ਤੈਨੂੰ ਅਸੀਂ ਕਾਮਯਾਬ ਕਰਦੇ, ਤੂੰ ਕਾਹਦੀ ਗੱਲੋਂ ਘਬਰਾਉਣਾ ਆ। ਪਰ ਇੱਕ ਤੁਹਾਡੀ ਗੱਲ 'ਚੋਂ ਗੱਲ ਹੈ, ਮਤਲਬ ਜਿੱਦਾਂ ਤੁਸੀਂ ਕਿਹਾ ਵੀ ਪਰ ਇੱਥੇ ਸਿੱਖੀ ਦੇ ਵਿੱਚ ਕੋਈ ਸਮੇਂ ਦੀ ਹੱਦਬੰਦੀ ਤਾਂ ਹੈ ਨਹੀਂ ਨਾ ਵੀ ਕਿੰਨੇ ਸਾਲ ਕਿੰਨੇ, ਹਰ ਸਤਿਕਾਰ ਹੈ ਖੇੜਾ ਸਾਹਿਬ ਦਾ, ਬਾਕੀ ਸਿੰਘਾਂ ਦਾ ਸਤਿਕਾਰ ਆ ਵੀ ਜਿਹਨਾਂ ਨੇ ਸਾਰੀ ਉਮਰ ਲਾਤੀ ਹੈ, ਪਰ ਜੇ ਮੰਨ ਲਓ ਕਿਸੇ ਨੇ 2 ਸਾਲ ਹੀ ਲਾਏ, ਅੰਮ੍ਰਿਤਪਾਲ ਸਿੰਘ ਨੇ ਮੰਨ ਲਓ 1 ਸਾਲ ਹੀ ਲਾਇਆ, ਪਰ ਮਹਾਰਾਜ ਨੇ ਉਸਦਾ ਉਹਨੂੰ ਲਿਆਂਦਾ ਹੀ ਹੋਣਾ ਤਾਂ ਹੁਣ ਪ੍ਰਵਾਨ ਕੀਤਾ ਹੋਵੇਗਾ, ਕਿਸੇ ਨੇ ਇੱਕ ਦਿਨ ਈਰਖਾ ਕੀ ਸਿੰਘ 'ਚ ਹੋਣੀ ਚਾਹੀਦੀ ਹੈ। ਮੈਂ ਕਹਿੰਦਾ ਇਹੀ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਵੀ ਜਿਹੜਾ ਸਿੱਖ ਆ ਨਾ, ਮਹਾਰਾਜ ਬਾਣੀ ਕਹਿੰਦੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਰਨ ਲਾਗੂ ਪਾਏ ਜੀ, ਉਹ ਵੀ ਸਿੱਖ ਨੂੰ ਸਿੱਖ ਮਿਲੇ ਤੇ ਉਹਨੂੰ ਨਿਮਰਤਾ ਦੇ ਨਾਲ ਫਤਿਹ ਬੁਲਾਣੀ ਚਾਹੀਦੀ, ਇਹ ਆਪਾਂ ਸੜੀ ਜਾ ਰਹੇ ਹਾਂ ਅਤੇ ਆਪਾਂ ਉਹਦੇ ਉਲਟ ਬੋਲੀ ਜਾ ਰਹੇ ਹਾਂ। ਮੈਂ ਕਹਿੰਦਾ ਮੰਨ ਲਓ ਅੰਮ੍ਰਿਤਪਾਲ ਦੀ ਚੜ੍ਹਾਈ ਹੋ ਗਈ, ਉਹ ਮੈਂਬਰ ਪਾਰਲੀਮੈਂਟ ਬਣ ਗਿਆ, ਪਰ ਉਹਨੇ ਬੰਦੀ ਸਿੰਘਾਂ ਵਾਸਤੇ ਕੀ ਮਾੜਾ ਕੰਮ ਕਰ ਦਿੱਤਾ, ਉਹਨੇ ਬੰਦੀ ਸਿੰਘਾਂ ਵਾਸਤੇ ਕੀ ਮਾੜਾ ਕੰਮ ਕਰ ਦਿੱਤਾ, ਕੀ ਬੰਦੀ ਸਿੰਘਾਂ ਨੂੰ ਉਹਨੇ ਕਹਿ ਦਿੱਤਾ, ਕੀ ਬੰਦੀ ਸਿੰਘਾਂ ਦੇ ਉਲਟ ਬੋਲਦਾ, ਠੀਕ ਹੈ। ਇਸ ਕਰਕੇ ਮੈਂ ਗੁਰਦੀਪ ਸਿੰਘ ਖੈੜੇ ਨੂੰ ਫਿਰ ਅਖੀਰ ਦੇ ਵਿੱਚ ਇਹ ਗੱਲਾਂ ਕਹਿਣੀਆਂ ਚਾਹੁੰਦਾ, ਨਿਮਰਤਾ ਦੇ ਨਾਲ ਤੂੰ ਆਪਣੇ ਭਰਾਵਾਂ ਨੂੰ ਛੱਡ ਕੇ ਨਾ ਜਾ, ਜੇ ਆਪਣੇ ਭਰਾ ਕੁੱਟਣਗੇ ਵੀ ਤਾਂ ਢੰਗ ਨਾਲ ਕੁੱਟਣਗੇ ਅਤੇ ਆਪਣੇ ਕੋਲ ਬਿਠਾ ਲੈਣਗੇ, ਪਰ ਜਿਨ੍ਹਾਂ ਦੇ ਕੋਲ ਤੂੰ ਗਏ ਇਹਨਾਂ ਨੇ ਬਹੁਤ ਲੋਕਾਂ ਦੇ ਘਰ ਗਾਲੇ ਆ, ਅਤੇ ਲੋਕਾਂ ਦੇ ਮਤਲਬ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਜਿੰਨੇ ਵੀ ਆ, ਸਰਬਜੀਤ ਸਿੰਘ ਨੂੰ ਇਹਨੇ ਟਿਕਟ ਦਾ ਇਲਾਜ ਦਿੱਤਾ, ਉਹਨੇ ਟਿਕਟ ਮੰਗਣੀ ਟਿਕਟ ਦਿੱਤੀ ਨਹੀਂ,
ਇਹ ਜੇ ਸ਼ਹੀਦ ਭਾਈ ਬਿਆਨ ਸਿੰਘ ਦੇ ਸਪੁੱਤਰ ਵਰਗ ਇਹਨੂੰ ਟਿਕਟ ਦੇਣ ਨੂੰ ਤਿਆਰ ਨਹੀਂ ਤਾਂ ਗੁਰਦੀਪ ਖੇੜੀ ਜੀ ਕਿੱਥੋਂ ਮਤ ਕਰ ਦੇਣਗੇ? ਅਤੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇਹਨੇ ਕਿਹਾ ਵੀ ਮੇਰੇ ਮਤਲਬ ਘਰ ਵਾਲੀ 'ਤੇ 2.5 ਲੱਖ ਰੁਪਈਆ ਬਿੱਲ ਆਇਆ ਅਤੇ ਜਿਹੜਾ ਮਤਲਬ ਮੇਰਾ ਇਲਾਜ ਹੋਇਆ ਉਹ 'ਤੇ 5 ਲੱਖ ਰੁਪਇਆ ਬਿੱਲ ਆਇਆ ਅਤੇ ਉਹ ਸ਼੍ਰੋਮਣੀ ਕਮੇਟੀ ਨੇ ਦਿੱਤਾ। ਮੈਂ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹੁੰਦਾ ਗੁਰਦੀਪ ਸਿੰਘ ਖੇੜੇ ਨੂੰ ਵੀ ਜਦ ਸਿੱਖ ਸੰਗਤਾਂ, ਤੂੰ ਇਹ ਵੀ ਕਹਿੰਦਾ ਕਿ 2-3 ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਮੈਨੂੰ ਕਦੇ ਖਾਲੀ ਨਹੀਂ ਮੋੜਿਆ ਅਤੇ ਉਹ ਤਾਂ ਵੈਸੇ ਟਕਸਾਲ ਦੇ ਮੁਖੀ ਉਹ ਕੁਝ ਵੀ ਕਰ ਸਕਦੇ ਆ, ਠੀਕ ਹੈ ਨਾ, ਪਰ ਜੇ ਤੈਨੂੰ ਇਹ ਖਾਲੀ ਕਦੇ ਨਹੀਂ ਮੋੜਿਆ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਜਿੰਨੀਆਂ ਸੁਸਾਇਟੀਆਂ, ਬਾਹਰਲਾ ਇੱਕ ਸਿੰਘ ਉਹਨੇ 10,000 ਰੁਪਇਆ ਪੱਕਾ ਇਹਨੂੰ ਮਹੀਨੇ ਦਾ ਲਾਇਆ, 3.5 ਲੱਖ ਰੁਪਈਆ ਮਤਲਬ ਦਾਦੂ ਵਾਲਾ ਕਹਿੰਦਾ ਮੈਂ ਸੰਗਤਾਂ ਕੋਲੋਂ ਦਵਾਏ ਅਤੇ ਇਹਦੇ ਪਿੰਡ ਦਾ ਪ੍ਰਗਟ ਸਿੰਘ ਇਟਲੀ ਵੀ ਸਾਡਾ ਪ੍ਰਧਾਨ ਆ ਇਟਲੀ ਦੇ ਵਿੱਚ, ਉਹ 7 ਲੱਖ ਰੁਪਈਆ ਉਹਨੇ ਭੇਜਿਆ ਅਤੇ ਇਹ ਕਹਿੰਦਾ ਘਰ ਮੇਰਾ ਸੁਖਵੀਰ ਬਾਦਲ ਨੇ ਬਣਾ ਕੇ ਦਿੱਤਾ ਅਤੇ ਜਿਹੜਾ ਇਹਦਾ ਇਲਾਜ ਦੇ ਉੱਪਰ ਖਰਚਾ ਹੋਇਆ ਅਤੇ ਉਹ ਖਰਚਾ ਮਤਲਬ ਸ਼੍ਰੋਮਣੀ ਕਮੇਟੀ ਨੇ ਕੀਤਾ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਸੁਖਵੀਰ ਬਾਦਲ ਦਾ ਖਰਚਾ, ਇਹ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰ ਦੇ ਉੱਪਰ ਸੰਸਾਰ ਦੇ ਸਿੱਖਾਂ ਦਾ, ਕਿਸੇ ਦੇ 5 ਰੁਪਈਏ, ਕਿਸੇ ਦੇ 10 ਰੁਪਈਏ, ਕਿਸੇ 50 ਰੁਪਈਏ, ਜਿਸ ਵੇਲੇ ਸਿੱਖ ਸੰਗਤਾਂ ਵੱਡੇ ਪੱਧਰ 'ਤੇ ਜਾਂ ਸੁਸਾਇਟੀਆਂ ਜਥੇਬੰਦੀਆਂ ਇਹਦੀ ਮੱਤ ਕਰਦੀਆਂ, ਬਾਬਾ ਹਰਨਾਮ ਸਿੰਘ ਇਹਦੀ ਮੱਤ ਕਰਦਾ, ਇਹਨੂੰ ਗੁਰੂ ਰਾਮਦਾਸ ਦੀ ਗੋਲਕ ਦੇ ਪੈਸੇ ਨਹੀਂ ਖਾਣੇ ਚਾਹੀਦੇ, ਨਹੀਂ ਲੈਣੇ ਚਾਹੀਦੇ ਸੀ ਇਹਨੂੰ ਪੈਸੇ, ਜਿਹੜਾ ਇੰਨਾ ਪੈਸਾ ਇਕੱਠਾ ਕੀਤਾ ਕਿੱਥੇ ਲਾਇਆ ਇਹਨੇ, ਇਹ ਘਰ ਤਾਂ ਰਸਵੀਰ ਬਾਦਲ ਨੇ ਬਣਾ ਦਿੱਤਾ। ਇਸ ਕਰਕੇ ਬਹੁਤ ਗੱਲਾਂ ਅਜਿਹੀਆਂ ਹਨ ਜਿਹੜੀਆਂ ਮੈਂ ਅਜੇ ਥੋੜ੍ਹੀਆਂ ਕੀਤੀਆਂ, ਆਉਣ ਵਾਲੇ ਇੰਟਰਵਿਊ ਆਪਾਂ ਫੇਰ ਕਰਾਂਗੇ। ਫਿਰ ਮੈਂ ਗੁਰਦੀਪ ਸਿੰਘ ਖੇੜੇ ਨੂੰ ਕਹਿਣਾ ਵੀ ਅਸੀਂ ਬੰਦੀ ਸਿੰਘਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਪਰ ਕੋਈ ਬੰਦੀ ਸਿੰਘ ਜਾਣ ਬੁੱਝ ਕੇ ਮਤਲਬ ਉਹਨਾਂ ਵਿਰੋਧੀ ਸਟੇਜਾਂ ਦੇ ਉੱਪਰ ਜਾ ਕੇ ਉਹ ਮਤਲਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਨੂੰ ਨੀਵਾਂ ਦਿਖਾਲਣ ਵਾਸਤੇ ਇਹਨਾਂ ਦੇ ਕਹਿਣ ਨਾਲ ਫਰਕ ਕੋਈ ਨਹੀਂ ਪੈਣਾ, ਕਿਉਂਕਿ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਤੁਸੀਂ ਉਸ ਵੇਲੇ ਦਾ ਮਗਰਲਾ ਇਤਿਹਾਸ ਪੜ੍ਹ ਕੇ ਦੇਖ ਲਓ, 1984 ਤੋਂ ਬਾਅਦ ਸਰਕਾਰ ਨੇ ਆਪਣੇ ਸਾਰੇ ਕੰਮ ਚਲਾਏ ਵੀ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਏਜੰਸੀਆਂ ਦਾ ਬੰਦਾ ਬਣਾਈਏ, ਸਰਕਾਰ ਦਾ ਬੰਦਾ ਆਪਣੇ ਨਹੀਂ ਬਣਾ ਸਕੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਿਨੋਂ ਦਿਨ ਚਮਕਦੇ ਆ ਅਤੇ ਬਾਬਾ ਜਰਨੈਲ ਸਿੰਘ ਖਾਲਸਾ ਸਮੁੱਚਾ ਪਰਿਵਾਰ, ਸੰਤਾਂ ਦਾ ਵੱਡਾ ਲੜਕਾ ਹੋਵੇ, ਸੰਤਾਂ ਦੇ ਭਰਾ ਹੋਣ, ਬਾਪੂ ਵੀਰ ਸਿੰਘ ਹੋਵੇ, ਭਾਈ ਹਰਜੀਤ ਸਿੰਘ ਹੋਣ, ਸੰਤਾਂ ਦੇ ਭਤੀਜੇ ਹੋਣ, ਕਿਹਦੇ ਪੁਲਿਸ ਨੇ ਕੁੱਟਮਾਰ ਨਹੀਂ ਕੀਤੀ? ਅੱਜ ਵੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਪੋਤਾ ਭਾਈ ਗੁਰੂ ਜੇਲ੍ਹ ਦੇ ਵਿੱਚ ਬੈਠਾ। ਇਸ ਕਰਕੇ ਬਾਬਾ ਜਰਨੈਲ ਸਿੰਘ ਖਾਲਸਾ ਨਾਲੋਂ ਵੱਡੀ ਕੁਰਬਾਨੀ ਨਹੀਂ ਇਹਨਾਂ ਦੀ। ਜੀ ਬਿਲਕੁਲ, ਤਾਂ ਜਿਹੜਾ ਹੈਗਾ ਅਸੀਂ ਇਸ ਵਕਤ ਗੱਲਬਾਤ ਕਰ ਰਹੇ ਹਾਂ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਵੱਲੋਂ ਜਿਹੜੇ ਪਿਛਲੇ ਦਿਨੀ ਦਿੱਤੇ ਜਿਹੜੇ ਸਟੇਜ ਦੇ ਉੱਤੋਂ ਜਿਹੜਾ ਅਕਾਲੀ ਦਲ ਬਾਦਲ ਦੀ ਸਟੇਜ ਦੇ ਉੱਤੋਂ ਜਿਹੜੇ ਬਿਆਨ ਨੇ ਉਹਨਾਂ ਤੋਂ ਬਾਅਦ ਜਿਹੜਾ ਇੱਕ ਬਹੁਤ ਵੱਡਾ ਵਿਵਾਦ ਖੜਾ ਹੋਇਆ ਹੈਗਾ, ਹਾਲਾਂਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਆਮ ਜਿਹੜੇ ਆਮ ਲੋਕ ਪੰਜਾਬ ਦੇ ਹੈਗੇ ਆਮ ਨਾਗਰਿਕ ਉਹ ਵੀ ਕਹਿੰਦੇ ਵੀ ਨਹੀਂ ਹੋਣੇ ਚਾਹੀਦੇ, ਪਰ ਖੈਰ ਉਹਨਾਂ ਦੀ ਕੀ ਸਿਆਸੀ ਸਮਝ ਹੈ ਜਾਂ ਉਹਨਾਂ ਦੀ ਕੀ ਮਜਬੂਰੀ ਰਹੀ ਹੋਊਗੀ ਕਿਉਂ ਉਹਨਾਂ ਨੇ ਬਿਆਨ ਦਿੱਤੇ ਆ? ਤਾਂ ਤੁਸੀਂ ਅਕਾਲੀ ਦਲ ਬਾਦਲ ਨੂੰ ਵੀ ਨੇੜਿਓਂ ਕਾਫੀ ਚਰਨਜੀਤ ਸਿੰਘ ਜੀ ਦੇਖਿਆ ਹੈਗਾ, ਸ਼੍ਰੋਮਣੀ ਕਮੇਟੀ ਚੋਣਾਂ ਨੂੰ ਬਹੁਤ ਨੇੜਿਓਂ ਦੇਖਿਆ, ਚਲੋ ਤੁਸੀਂ ਚੁਣੇ ਗਏ, ਤੁਹਾਡੇ ਨਾਲ ਦੇ ਬਹੁਤ ਸਾਰੇ ਸੱਜਣ ਨੇ ਸੰਤ ਸਮਾਜ ਵੱਲੋਂ ਜਿਨ੍ਹਾਂ ਨੇ ਚੋਣਾਂ ਉਦੋਂ ਲੜੀਆਂ ਵੀ, ਹੁਣ ਫਿਰ ਚੋਣਾਂ ਜਿਹੜੀਆਂ ਲਾਗੇ ਹੋਣ ਦਾ ਜਿਹੜਾ ਖਦਸ਼ਾ, ਕੀ ਲੱਗਦਾ ਅਕਾਲੀ ਦਲ ਜਿਹੜਾ ਹੈਗਾ, ਕਿਉਂਕਿ ਹੁਣ ਬਹੁਤ ਸਾਰੀਆਂ ਹੋਰ ਧਿਰਾਂ ਵੀ ਤਾਕਤਵਰ ਹੋ ਗਈਆਂ ਨੇ, ਸੰਤ ਸਮਾਜ ਜਿਹੜਾ ਦਮਦਮੀ ਟਕਸਾਲ ਮਹਿਤਾ ਵਾਲਾ ਜਾਂ ਤੁਸੀਂ ਜਿੱਦਾਂ ਇੰਟਰਨੈਸ਼ਨਲ ਪੰਥਕ ਦਲ ਹੈ, ਸਿੰਘ ਸਾਹਿਬ ਜਸਵੀਰ ਸਿੰਘ ਜੀ ਰੋਡੇ ਹੋਣੀ ਨੇ, ਮਤਲਬ ਜੇ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਹੁੰਦੀਆਂ ਨੇ ਤਾਂ ਅਕਾਲੀ ਦਲ ਦੀ ਸਥਿਤੀ ਕੀ ਅਜਿਹੀ ਹੈ ਕਿ ਸਿੱਖਾਂ ਦੇ ਦਿਲ ਲੁੱਟ ਰਹੂਗੀ, ਸਿੱਖਾਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਕਾਮਯਾਬ ਰਹੂਗੀ, ਕੀ ਲੱਗਦਾ? ਕਿਉਂਕਿ ਅਜੇ ਮਤਲਬ ਚੋਣ ਨੂੰ ਨਵੰਬਰ ਮਹੀਨੇ ਨੂੰ 2.5-3 ਮਹੀਨੇ ਪਏ ਆ, ਇਸ ਕਰਕੇ ਪਹਿਲਾਂ ਹੀ ਮਤਲਬ ਬੱਦਲ ਆਉਣ ਤੋਂ, ਹਨੇਰੀ ਆਉਣ ਤੋਂ ਪਹਿਲਾਂ ਹੀ ਆਪਾਂ ਅੰਦਾਜ਼ਾ ਲਾਉਣਾ ਕੋਈ ਥੋੜ੍ਹਾ ਨਹੀਂ ਕਹਿਣਾ ਚਾਹੀਦਾ ਕੁਛ ਵੀ, ਪਰ ਇਹ ਗੱਲ ਜ਼ਰੂਰ ਕਹਿੰਦਾ ਕਿ ਜਿਹੜੀ ਇਹ ਮਤਲਬ ਸੁਖਵੀਰ ਬਾਦਲ ਦੀ ਮਾਝਧਾਰ ਦੀ ਬੇੜੀ ਇਹ ਸ਼੍ਰੋਮਣੀ ਕਮੇਟੀ ਦੇ ਕਾਬਜ਼ ਹੋ ਕੇ ਆਪਣੀ ਮਨਮਰਜ਼ੀ ਨਾਲ ਫੈਸਲੇ ਕਰਾਉਂਦਾ, ਮੈਂ ਤੁਹਾਨੂੰ ਦੱਸਦਾ ਇੱਕ ਇਜਲਾਸ ਹੋਇਆ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨਾਂ ਦਾ ਅਤੇ ਲੌਂਗੋਵਾਲ ਪ੍ਰਧਾਨ ਸੀਗਾ, ਉਸ ਪ੍ਰਧਾਨ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰੂ ਸਿੰਘ ਬੈਠੇ ਸੀਗੇ, ਜਿਹੜਾ ਵੀ ਬੁਲਾਰਾ ਬੋਲਦਾ ਸੀ ਤੁਸੀਂ ਗਿਆਨੀ ਗੁਰੂ ਸਿੰਘ ਨੂੰ ਪੁੱਛ ਸਕਦੇ ਹਾਂ, ਇਸ ਵੇਲੇ ਮੌਜੂਦਾ ਜਥੇਦਾਰ ਰਘਵੀਰ ਸਿੰਘ ਅਕਾਲ ਤਖਤ ਦੇ ਜਥੇ ਉਹਨੂੰ ਪੁੱਛ ਸਕਦੇ ਹਾਂ,
ਉਸ ਮੀਟਿੰਗ ਦੇ ਵਿੱਚ ਧਾਮੀ ਸਾਹਿਬ ਮੁੱਖ ਸਕੱਤਰ ਸੀਗੇ। ਅੱਛਾ ਜੀ। ਮੈਂ ਉਹਨਾਂ ਕੋਲ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਟਾਈਮ ਨਹੀਂ ਮਿਲ ਰਿਹਾ ਸੀ। ਫਿਰ ਮੈਂ ਲੌਂਗੋਵਾਲ ਸਾਹਿਬ ਨੂੰ, ਪ੍ਰਧਾਨ ਨੂੰ, ਮੈਂ ਕਿਹਾ ਪ੍ਰਧਾਨ ਜੀ ਮੈਨੂੰ 2 ਮਿੰਟ ਦੇ ਦਿਓ, ਮੈਂ ਵੀ ਕੁਛ ਕਹਿਣਾ ਚਾਹੁੰਦਾ। ਅੱਛਾ ਜੀ। ਪਰ ਮੈਨੂੰ ਟਾਈਮ ਦੇਣ ਨੂੰ ਉਹ ਤਿਆਰ ਨਹੀਂ ਸੀ, ਵੀ ਬਾਬਾ ਜੀ ਨੇ ਪਤਾ ਨਹੀਂ ਕੀ ਕੁਝ ਬੋਲ ਦੇਣਾ। ਹਾਰ ਕੇ ਮੈਨੂੰ ਲੌਂਗੋਵਾਲ ਪ੍ਰਧਾਨ ਨੂੰ ਕਹਿਣਾ ਕਿ ਪ੍ਰਧਾਨ ਸਾਹਿਬ ਮੈਂ ਕੋਈ ਬੰਬ ਤਾਂ ਨਹੀਂ ਚਲਾਉਣ ਲੱਗਾ, ਬੋਲਣਾ ਮੈਨੂੰ ਟਾਈਮ ਦੇ ਦਿਓ। ਫਿਰ ਮੈਨੂੰ ਟਾਈਮ ਦੇ ਦਿੱਤਾ ਅਤੇ ਮੈਂ ਉਹਦੇ ਇਜਲਾਸ ਦੇ ਵਿੱਚ ਬੋਲਿਆ ਕਿ ਅੱਜ ਦੀ ਸਿੱਥੀ ਬਾਰੇ ਦੱਸਣਾ ਚਾਹੁੰਦਾ, ਮਤਲਬ ਗੁਰਦੀਪ ਸਿੰਘ ਖੇੜੀ ਨੂੰ ਵੀ ਸੁਣਾਉਣਾ ਚਾਹੁੰਦਾ ਵੀ ਅਕਾਲ ਤਖ਼ਤ ਦਾ ਜਹੇਦਾਰ ਗਿਆਨੀ ਗੁਰਭਜਨ ਸਿੰਘ ਮੌਜੂਦਾ ਜਹੇਦਾਰ ਸੀ, ਪਰ ਬਗਰਾਲੀ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਸੀ। ਸਿੱਖ ਸੰਗਤਾਂ ਗਿਆਨੀ ਗੁਰਭਜਨ ਸਿੰਘ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ, ਉਹਦਾ ਨਾਂ ਲੈਣ ਵਾਸਤੇ ਤਿਆਰ ਨਹੀਂ ਸੀਗੇ। ਇਸ ਕਰਕੇ ਮਤਲਬ ਉਹ ਗਿਆਨੀ ਗੁਰਭਜਨ ਸਿੰਘ ਦਾ ਨਾਂ ਨਾ ਲੈਣਾ ਕਰਕੇ ਅਤੇ ਉਹ ਅਕਾਲ ਤਖ਼ਤ ਸਾਹਿਬ ਦਾ ਕੋਈ ਬੁਲਾਰਾ ਨਾਂ ਲੈਣ ਨੂੰ ਤਿਆਰ ਨਹੀਂ ਸੀਗਾ। ਅਤੇ ਮੈਂ ਉੱਥੇ ਕਿਹਾ, ਮੈਂ ਸਮਾਂ ਕਿ ਇੰਨੀ ਜੋਤ ਨਾਲ ਗੱਲ ਕੀਤੀ, ਮੈਂ ਕਿਹਾ ਜਿਹੜੇ ਬਗਰਾੜੀ ਦੇ ਵਿੱਚ ਮੋਰਚਾ ਲਾਇਆ ਉਹ 2-2 ਹੱਥਾਂ ਵਾਲੇ ਹੀ ਆ, ਤੁਸੀਂ ਡਰਦੇ ਕਿਉਂ ਇੰਨੇ? ਮਤਲਬ ਇਸ ਵੇਲੇ ਮੌਜੂਦਾ ਜਹੇਦਾਰ ਗਿਆਨੀ ਗੁਰੂ ਅਕਾਲ ਤਖ਼ਤ ਦਾ ਜਹੇਦਾਰ ਆ, ਜਿੱਦਣ ਸ਼੍ਰੋਮਣੀ ਕਮੇਟੀ ਬਦਲੂਗੀ ਉੱਦਣ ਤੁਸੀਂ ਨਾਂ ਨਾ ਇਹਦਾ ਲਿਓ, ਅੱਜ ਤਾਂ ਨਾਂ ਤੁਸੀਂ ਇਹਦਾ ਲਵੋ, ਤੁਸੀਂ ਮਤਲਬ ਅਕਾਲ ਤਖ਼ਤ ਦੀ ਕਿਉਂ ਤਹੀਨ ਕਰ ਰਹੇ ਆ? ਅਤੇ ਉਦੋਂ ਬਾਅਦ ਮੇਰੇ ਬੋਲਣ ਤੋਂ ਬਾਅਦ ਫਿਰ ਆਪਣੇ ਅਮਰਜੀਤ ਸਿੰਘ ਚਾਵਲਾ ਬੋਲਿਆ, ਫਿਰ ਉਹ ਅਕਾਲ ਤਖ਼ਤ ਦਾ ਜਹੇਦਾਰ ਦਾ ਨਾਂ ਲੈ ਕੇ ਅਤੇ ਅਕਾਲ ਤਖ਼ਤ ਦਾ ਨਾਂ ਲੈ ਕੇ ਬੋਲਿਆ। ਅਤੇ ਮੈਂ ਅੱਜ ਦੇ ਜਹੇਦਾਰਾਂ ਸਿੰਘ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ, ਜਿਹੜਾ ਮੌਜੂਦਾ ਜਹੇਦਾਰ ਆ ਉਹਨੇ ਗਿਆਨੀ ਮੱਲ ਸਿੰਘ ਦਾ ਹਸ਼ਰ ਵੀ ਦੇਖਿਆ, ਉਹਨਾਂ ਨੇ ਭਾਈ ਗੁਰਮ ਸਿੰਘ ਦਾ ਵੀ ਦੇਖਿਆ, ਅਤੇ ਉਹਨਾਂ ਨੇ ਗਿਆਨੀ ਗੁਰਭਜਨ ਸਿੰਘ ਬਾਰੇ ਜੋ ਸਿੱਖ ਸੰਗਤਾਂ ਦੇ ਮਨ 'ਚ ਰੋਸ ਸੀ ਉਹ ਵੀ ਦੇਖਿਆ। ਆਹ ਜਿਹੜੀ 30 ਤਰੀਕ ਆ, ਇਹ ਤੋਂ ਬਚਣ ਵਾਸਤੇ ਖੇੜੇ ਨੂੰ ਬੁਲਾਇਆ ਗਿਆ, ਇਹ ਤੋਂ ਬਚਣ ਵਾਸਤੇ ਹੀ ਨਿਸ਼ਾਨ ਸਾਹਿਬਾਂ ਦਾ ਕੇਸਰੀ ਰੰਗ ਬਦਲਿਆ ਗਿਆ। ਪਰ ਇਹ ਜਿੰਨਾ ਕੁਝ ਮਰਜ਼ੀ ਕਰ ਲਵੇ, ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ, 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਲੀ, ਦਲ ਭੰਜਣ ਗੁਰ ਸੂਰਮਾ ਬੜ ਜੋਧਾ ਬਹੁ ਪਰਪਕਾਰੀ। ਇਹ ਬੰਦੀ ਛੋੜ ਦੀ ਸ਼ਕਤੀ ਨੇ ਸਾਰੇ ਕੰਮ ਆਪ ਕਰਨੇ। ਸੁਖਬੀਰ ਬਾਲ ਤਾਂ ਮਾਫ਼ੀ ਅੱਗੇ ਵੀ ਜਾ ਕੇ ਮੰਗਿਆ ਆ, ਜੋੜੇ ਵੀ ਝਾੜਿਆ ਆ, ਭਾਂਡੇ ਵੀ ਮਾਂਜ ਰਿਹਾ, ਪਰ ਸਿੱਖ ਸੰਗਤਾਂ ਨੇ ਪ੍ਰਵਾਨ ਨਹੀਂ ਕੀਤਾ। ਇਹਨਾਂ ਨੇ ਅੱਗੇ ਵੀ ਹੁਕਮਨਾਮੇ ਜਾਰੀ ਕਰਾ ਤੇ ਕਿ ਸਿਰਸੇ ਵਾਲੇ ਨੂੰ ਮਾਫ਼ ਕਰਤਾ, ਪਰ ਸੰਗਤਾਂ ਨੇ ਪ੍ਰਵਾਨ ਨਹੀਂ ਕੀਤਾ, ਮਤਲਬ ਆਪਣੇ ਇਹਨਾਂ ਨੂੰ ਮਤਾ ਵਾਪਸ ਲੈਣਾ ਪਿਆ। ਹੁਣ ਵੀ ਜੇ ਮਤਲਬ ਸਿੱਖ ਸੰਗਤਾਂ ਦੇ ਸਨਮੁਖ, ਸਿੱਖ ਸੰਗਤਾਂ ਦੀਆਂ ਭਾਵਨਾ ਦੇ ਨਾਲ ਕੋਈ ਫੈਸਲਾ ਨਾ ਹੋਇਆ ਤੇ ਇਹਨਾਂ ਨੂੰ ਫਿਰ ਮੂੰਹ ਦੀ ਖਾਣੀ ਪੈਣੀ ਆ। ਪਰ ਜੋ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਫੈਸਲਾ ਕਰਨਗੇ, ਅਸੀਂ ਪਹਿਲਾਂ ਵੀ ਸਿਰ ਝੁਕਾਉਂਦੇ, ਹੁਣ ਵੀ ਝੁਕਾਉਂਦੇ ਤੇ ਗਾਂਹ ਵੀ ਝੁਕਾਉਂਦੇ ਰਹਿਣਾ। ਪੰਜਾਬ ਦੇ ਭਾਰਤ ਦੇ ਜਿੰਨੇ ਲੋਕ ਆ, ਜਿੰਨੀਆਂ ਕੌਮਾਂ, ਉਹ ਆਪਦੇ ਮੁੱਦੇ ਹੱਲ ਕਰਾਉਣ ਦੇ ਵਾਸਤੇ ਕੋਈ ਪ੍ਰਦਰਸ਼ਨ ਕਰਦੇ, ਕਈ ਬੰਦੇ ਕਾਨੂੰਨੀ ਰਾਹ ਬਣਾਉਂਦੇ ਆ। ਸਿੱਖਾਂ ਨੇ ਕਾਨੂੰਨੀ ਵੀ ਅਪਣਾਇਆ, ਇਹੀ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦੀਆਂ ਹੋਰ ਵੱਡੀਆਂ ਧਿਰਾਂ ਜਿਹੜੀਆਂ ਨੇ ਬੰਦੀ ਸਿੰਘਾਂ ਦੇ ਕੇਸ ਲੜ ਰਹੀਆਂ ਨੇ। ਤਾਂ ਭਾਈ ਖੇੜਾ ਸਾਹਿਬ ਨੇ ਸਟੇਜ ਦੇ ਉੱਤੇ ਕਿਹਾ ਵੀ ਜਿੰਨੇ ਮੋਰਚੇ ਲੱਗੇ ਆ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ, ਇਹ ਸਾਨੂੰ ਜੇਲ੍ਹ 'ਚ ਅੰਦਰ ਰਖਾਉਣ ਨੂੰ ਲੱਗੇ ਹੋਏ ਆ, ਇਹਦੇ ਕੀ ਮਾਇਨੇ ਨੇ? ਲੱਖਾਂ ਰੁਪਈਆ ਲੱਗ ਰਿਹਾ, ਕਰੋੜਾਂ ਰੁਪਈਆ ਲੱਗ ਰਿਹਾ, ਮੋਰਚਿਆਂ ਦੇ ਵਿੱਚ ਸਿੱਖ ਇੰਨੀ ਤਾਕਤ ਲਾ ਰਹੇ ਨੇ ਕਿ ਉਹ ਬੰਦੀ ਸਿੰਘਾਂ ਨੂੰ ਜੇਲ੍ਹ 'ਚ ਰੱਖਣ ਵਾਸਤੇ ਆ। ਮੈਂ ਕਈ ਤੂੰ ਕਹਿਣਾ ਚਾਹੁੰਦਾ ਵੀ ਜਿਸ ਵੇਲੇ ਗੁਰਦੀਪ ਸਿੰਘ ਖੇੜਾ ਕਰਨਾਟਕਾ ਤੋਂ ਇੱਧਰ ਆਉਣਾ ਸੀ ਨਾ, ਇੰਡੀਆ ਦੇ ਭਾਰਤ ਆਪਣੇ ਪੰਜਾਬ ਦੇ ਵਿੱਚ, ਉਸ ਵੇਲੇ ਅਕਾਲੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਇਹਨਾਂ ਨੇ ਲੈਣ ਤੋਂ ਨਾਂਹ ਕਰ ਦਿੱਤੀ। ਅੱਛਾ। ਪਰ ਲੇਕਿਨ ਆਰਡਰ ਪਿਆ ਕਰਕੇ ਇਹਨਾਂ ਨੂੰ ਲੈਣਾ ਪਿਆ। ਉਹ ਜਿਹੜੀ ਕਿਤਾਬ ਅਡਵਾਨੀ ਨੇ ਲਿਖੀ ਆ ਉਹਦੇ ਵਿੱਚ ਵੀ ਇਹ ਲਿਖਿਆ ਆ ਕਿ ਅਸੀਂ ਮਤਲਬ 235 ਸਿੱਖਾਂ ਨੂੰ ਕਾਲੀ ਸੂਚੀਆਂ ਰਿਹਾ ਕਰਨਾ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨਿਆ ਰਿਹਾ ਕਰਨ ਵਾਸਤੇ। ਤੁਸੀਂ ਪੜ੍ਹ ਸਕਦੇ ਹੋ। ਇਸ ਕਰਕੇ ਜਿਹੜਾ ਮਤਲਬ ਇਹ ਗੱਲ ਕਹਿੰਦਾ ਨਾ ਵੀ ਸਾਡੇ ਵਾਸਤੇ ਟਿੱਕਾ ਬਣਦੇ ਆ, ਚੰਡੀਗੜ੍ਹ ਮੋਹਾਲੀ ਵਿੱਚ ਮੋਰਚਾ ਲੱਗਾ, ਉਦੋਂ ਬਾਅਦ ਆਪਣੇ ਹੋਰ ਜਿੰਨੇ ਵੀ ਕੋਈ ਦਲ ਛੋਟਾ ਆ ਕੋਈ ਵੱਡਾ ਆ,
ਭਾਵੇਂ ਕਿਸੇ ਨੇ ਹਾਂ ਦਾ ਨਾਰਾ 50 ਰੁਪਏ ਦਾ ਮਾਰਿਆ, ਕਿਸੇ ਨੇ 50 ਲੱਖ ਦਾ ਮਾਰਿਆ, ਜਾਂ 50,000 ਦਾ ਜਾਂ 5,000 ਦਾ ਮਾਰਿਆ, ਕਿਸੇ ਨੇ ਇੱਕ ਦਿਨ ਜੇਲ੍ਹ ਕੱਟੀ, ਕਿਸੇ ਨੇ 10 ਦਿਨ ਕੱਟੀ, ਕੋਈ ਥਾਣੇ ਕੁੱਟ ਖਾ ਕੇ ਵਾਪਸ ਆ ਗਿਆ। ਮੈਂ ਤਾਂ ਸਾਰਿਆਂ ਦਾ ਸਤਿਕਾਰ ਕਰਦਾ। ਇਹ ਮੋਰਚਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਲਾਇਆ ਆ, ਮੋਰਚਾ ਨਿਰੰਤਰ ਜਾਰੀ ਆ। ਤੁਸੀਂ 2015-16 ਦੇ ਪਿਛਲੇ ਸੰਨ ਦੇ ਇਤਿਹਾਸ ਪੜ੍ਹ ਕੇ ਦੇਖ ਲਓ, ਮੋਰਚਿਆਂ ਦੇ ਵਿੱਚ ਤਰਾ ਚੜਾ ਆਉਂਦੇ ਰਹਿੰਦੇ ਆ। ਨਾ ਸਿੱਖ ਕੌਮ ਨੇ ਹਾਰ ਮੰਨੀ ਅਤੇ ਨਾ ਸਿੱਖ ਕੌਮ ਨੇ ਮਤਲਬ ਇਹ ਕਿਹਾ ਵੀ ਅਸੀਂ ਮੋਰਚਾ ਹਾਰ ਗਏ ਹਾਂ। ਮੋਰਚਾ ਨਿਰੰਤਰ ਜਾਰੀ ਚੱਲ ਰਿਹਾ ਅਤੇ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਜਰਨੈਲ ਸਿੰਘ ਖਾਲਸਾ ਕਿਰਪਾ ਕਰਨਗੇ। ਅਤੇ ਉਸ ਮੋਰਚੇ ਵਿੱਚ ਗੁਰਦੀਪ ਸਿੰਘ ਖੇੜੇ ਨੂੰ ਕਹਿਣਾ ਚਾਹੁੰਦਾ, ਤੇਰੀ ਬਹੁਤ ਵੱਡੀ ਕੁਰਬਾਨੀ ਆ, ਤੂੰ ਬਹੁਤ ਵਧੀਆ ਜੇਲ੍ਹ ਕੱਟੀ ਆ, ਤੇਰਾ ਬੜਾ ਲੰਮਾ ਸਮਾਂ ਹੋ ਗਿਆ ਅਤੇ ਹੁਣ ਤੂੰ ਮਤਲਬ ਉਹ ਜਿਹੜੀ ਉਹਨਾਂ ਦਾ ਪਾਪ ਆ, ਜਿਹੜੀ ਉਹਨਾਂ ਦੀ ਖੇਹ ਸੁਭਾਅ ਆ, ਉਹ ਉਹਨਾਂ ਦੇ ਸਿਰ 'ਤੇ ਪਹਿਣ ਦੇ, ਤੂੰ ਚੱਕ ਕੇ ਆਪਣੇ ਵਾਪਸ ਆਪਣੇ ਉੱਪਰ ਨਾ ਪਵਾ। ਇਸ ਵੇਲੇ ਸਿੱਖ ਸੰਗਤਾਂ 'ਚ ਬਹੁਤ ਵੱਡਾ ਰੋਸ ਆ। ਤੂੰ ਭਾਵੇਂ ਆਪਣੇ ਘਰ ਜੋ ਮਰਜ਼ੀ ਬੋਲ ਲੈਂਦਾ, ਪਰ ਜਿਹੜੇ ਮਤਲਬ ਗੁਰੂ ਜਿਨ੍ਹਾਂ ਨੇ ਮਤਲਬ ਸਿੰਘਾਂ ਦਾ ਖੂਨ ਪੀਤਾ, ਜਿਹਦੇ ਰਾਜ ਦੇ ਵਿੱਚ ਜਿਸ ਰਾਜ 'ਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਸ ਸਟੇਜ 'ਤੇ ਤੈਨੂੰ ਜਾ ਕੇ ਨਹੀਂ ਆਪਣੇ ਪਰਿਵਾਰ ਦੇ ਆਪਣੇ ਭਰਾਵਾਂ ਦੇ ਉਲਟ ਨਹੀਂ ਬੋਲਣਾ ਚਾਹੀਦਾ ਸੀਗਾ। ਕਿਉਂਕਿ ਜਗਤਾਰ ਸਿੰਘ ਹਵਾਰਾ ਜਿਹੜਾ ਆਪਣੇ ਮੋਹਾਲੀ ਵਿੱਚ ਮੋਰਚਾ ਲੱਗਾ, ਆਪਣੇ ਜਗਤਾਰ ਸਿੰਘ ਹਵਾਰਾ ਦੇ ਧਰਮ ਦੇ ਪਿਤਾ ਬਣੇ, ਉਹ ਤਾਂ ਮੋਰਚਾ ਉੱਥੇ ਚਲਾ ਰਹੇ ਆ ਅਤੇ ਉਹ ਮਤਲਬ ਕਹੀ ਜਾਂਦੇ ਸਾਨੂੰ ਦੂਜਾ ਰੋਕਣ ਵਾਸਤੇ ਕੀਤੇ ਆ, ਬਾਕੀ ਕੋਈ ਬੰਦੀ ਸਿੰਘ ਨਹੀਂ ਕਹਿ ਰਿਹਾ, ਇਕੱਲਾ ਹੀ ਕਹਿ ਰਿਹਾ। ਅਤੇ ਇਹ ਇਸ ਕਰਕੇ ਕਹਿ ਰਿਹਾ ਕਿ ਇਹਨੂੰ ਲੋਲੀਪੋਪ ਮਿਲ ਗਿਆ ਵੀ ਤੈਨੂੰ ਜਹਦਰ ਬਣਾ ਦੇਣਾ, ਹੁਣ ਕਦ ਬਣਾ ਦੇ ਤਾਂ ਅਸੀਂ ਵਧਾਈਆਂ ਦੇਣ ਵਾਸਤੇ ਆਏ ਜਗਦੀਪ ਸਿੰਘ ਖੇੜੇਵਾ ਨੂੰ। ਮੇਰਾ ਵੀ ਉਹੀ ਸੀ ਆਖਰੀ ਸਵਾਲ, ਜਿਹੜਾ ਇਹ ਚੱਲ ਰਿਹਾ, ਇਹ ਸਿਆਸੀ ਪਾਰਟੀਆਂ ਚੱਲੇ ਅਤੇ ਖਬਰਾਂ ਦੀ ਇਹ ਸੁਰਖੀ ਹੁੰਦੀ ਹੈ, ਸਾਡੇ ਵਰਗਿਆਂ ਨੂੰ ਜਿਹੜਾ ਮਜ਼ਾ ਆਉਂਦਾ ਸਵਾਲ ਸਵੂਲ ਇਹ ਕਰਦੇ ਹਾਂ, ਦੂਜਿਆਂ ਨੂੰ ਪੁੱਛਦੇ ਤੂੰ ਕੀ ਕੀਤਾ ਤੂੰ ਕੀ ਕੀਤਾ, ਪਰ ਇਹ ਚਰਚਾ ਕਰਦੇ ਕਰਦੇ ਸਾਡੇ ਵੀ ਮਨ 'ਚ ਭਾਵਨਾ ਆਉਂਦੀ ਵੀ ਕੀ ਸਿੱਖਾਂ ਦੇ ਇਸ ਤਰ੍ਹਾਂ ਦੇ ਮਸਲੇ ਜਿਹੜੇ ਨੈੱਟ 'ਤੇ ਆ ਰਹੇ। ਖੈਰ ਜਦੋਂ ਉਹਨਾਂ ਨੇ ਸ਼ੁਰੂਆਤ ਕਰ ਲਈ ਫਿਰ ਗੱਲ ਤਾਂ ਸ਼ੁਰੂ ਹੋਈ ਜਾਣੀ ਆ। ਇਹ ਮਸਲੇ ਦੇ ਵਿੱਚੋਂ ਕੀ ਲੱਗਦਾ ਗੁਰਦੀਪ ਸਿੰਘ ਖੇੜਾ ਕੀ ਖੱਟਣਗੇ? ਜਿਹੜੀ ਆਸ ਉਮੀਦ ਉਹਨਾਂ ਨੂੰ ਉਹਨਾਂ ਅਕਾਲੀ ਦਲ ਬਾਦਲ ਦੇ ਬੰਦਿਆਂ ਨੇ ਜਿਤਾਈ ਆ ਮਨ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਜਿਹੜੀ ਵੀ ਕੋਈ ਗੱਲ ਪਾਈ ਆ ਕਿ ਉਹ ਖੱਟ ਲੈਣਗੇ, ਜਾਂ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਉਹ ਕੀ ਖੱਟਣਗੇ? ਔਰ ਸੁਖਬੀਰ ਸਿੰਘ ਬਾਦਲ ਹੋਣੀ ਧਾਮੀ ਸਾਹਿਬ 'ਤੇ ਜਿਹੜੀ ਉਹ ਧਿਰ ਉੱਥੇ ਬੈਠੀ ਹੋਈ ਸੀ, ਜਿਹੜੀ ਜਦੋਂ ਖੇੜਾ ਸਾਹਿਬ, ਜਸਵੀਰ ਸਿੰਘ ਰੋਡੇ ਬਾਰੇ, ਦਾਦੂਵਾਲ ਸਾਹਿਬ ਬਾਰੇ, ਮਾਨ ਸਾਹਿਬ ਬਾਰੇ, ਜਿਹਨਾਂ ਦੇ ਨਹੁੰ ਖਿੱਚੇ ਗਏ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜਦੋਂ ਗੱਲਾਂ ਕਰ ਰਹੇ ਸੀ, ਤੋਹਮਤਾਂ ਲਾ ਰਹੇ ਸੀ, ਉਹ ਸਾਰੇ ਜਕਾਰੇ ਛੱਡ ਰਹੇ ਸੀ, ਬੜੀ ਸੋਹਣੀ ਗੱਲ ਕਰ ਰਿਹਾ, ਉਹ ਕੀ ਖੱਟਣਗੇ ਸਾਰੇ ਕੀ? ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਜਿਹੜੀ ਅੰਮ੍ਰਿਤਪਾਲ ਦੀ ਗੱਲ ਆ ਨਾ, ਗੁਰਦੀਪ ਸਿੰਘ ਖੇੜਾ ਹੋਵੇ ਜਾਂ ਦੂਜੇ ਬੰਦੀ ਸਿੰਘ ਜੀ, ਕੁਝ ਨਾ ਕੁਝ ਅਸੀਂ ਮਤਲਬ ਕੌਮ ਵਾਸਤੇ ਕੀਤਾ, ਪਰ ਜਿਹੜਾ ਮਤਲਬ ਅੰਮ੍ਰਿਤਪਾਲ ਆ ਉਹ ਬਿਲਕੁਲ ਵਿਚਾਰਾ ਨਿਰਦੋਸ਼ ਆ, ਉਹਨੇ ਕੀਤਾ ਕੁਛ ਵੀ ਨਹੀਂ, ਉਹਨੂੰ ਬਿਨਾਂ ਗੱਲ ਤੋਂ ਜੇਲ੍ਹ 'ਚ ਸੁੱਟ ਦਿੱਤਾ। ਜੇ ਉਹਦੇ ਉੱਪਰ ਥਾਣੇ ਵਾਲਾ ਕੇਸ ਪਾਉਣਾ ਚਾਹੁੰਦੇ ਆ, ਜਾਂ ਉਹਦਾ ਕੋਈ ਝਗੜੇ ਵਾਲਾ ਪਾਉਣਾ ਚਾਹਦੇ, ਉਹ ਆਪਣੇ 26 ਦਾ ਕੇਸ ਬਣ ਸਕਦਾ, 307 ਬਣ ਸਕਦੀ ਆ, ਉਹ ਤਾਂ NSC ਦਾ ਕੋਈ ਮਤਲਬ ਨਹੀਂਗਾ। ਉਹ ਨਿਰਦੋਸ਼ ਕਰਕੇ ਅਸੀਂ ਕਹਿ ਰਹੇ ਵੀ ਉਹ ਜਲਦੀ ਉਹ ਵੀ ਬਾਹਰ ਆਉਣਾ ਚਾਹੀਦਾ, ਅਤੇ ਹੁਣ ਤਾਂ ਵੈਸੇ ਉਹਨੇ ਵਿਧਾਨ ਦੀ ਸਹੁੰ ਚੱਕ ਲਈ, ਸਰਕਾਰ ਨੂੰ ਵੈਸੇ ਛੱਡ ਦੇਣਾ ਚਾਹੀਦਾ ਆ, ਪਰ ਸਰਕਾਰਾਂ ਡਰ ਰਹੀਆਂ, ਠੀਕ ਹੈ ਨਾ। ਇਸ ਕਰਕੇ ਮਤਲਬ ਮੈਂ ਤਾਂ ਗੁਰਦੀਪ ਸਿੰਘ ਖੇੜੇ ਨੂੰ ਕਹੂੰਗਾ, ਉਹ ਇਹ ਕੋਸ਼ਿਸ਼ ਭਾਵੇਂ ਆਪਣੇ ਵਾਸਤੇ ਗੱਲ, ਇਹਨਾਂ ਵਾਸਤੇ ਨਾ ਭਲਾ ਉਹਨਾਂ ਦਾ ਹੋਣਾ ਨਾ ਗੁਰਦੀਪ ਸਿੰਘ ਖੇੜੇ ਦਾ ਆਪਣਾ ਹੋਣਾ। ਮੈਂ ਸੰਸਾਰ ਦੇ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੀਆਂ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਮੈਨੂੰ ਸੁਣ ਰਹੀਆਂ, ਸਾਰਿਆਂ ਨੂੰ ਮੇਰੇ ਸੁਭਾਅ ਦਾ ਪਤਾ ਹੀ ਆ ਕਿ ਮੈਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬੜੀ ਕੋਸ਼ਿਸ਼ ਕੀਤੀ ਆ ਵੀ ਉਹ ਗੱਲ ਨਾ ਕਹਾਂ, ਫਿਰ ਵੀ ਕੁਝ ਗੱਲਾਂ ਕਹਿ ਗਈਆਂ। ਜੇ ਕਿਸੇ ਦਾ ਮਨ ਦੁਖਿਆ ਤਾਂ ਮੈਂ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਵਾ ਖੇੜਾ ਸਾਹਿਬ ਕੋਲੋਂ ਨਹੀਂ, ਕਿਉਂਕਿ ਖੇੜਾ ਸਾਹਿਬ ਨੇ ਬਕਵਾਸ ਹੀ ਐਡਾ ਵੱਡਾ ਕਰ ਦਿੱਤਾ, ਉਹਦੇ ਬਾਰੇ ਭਾਵੇਂ ਆਪਾਂ ਮੈਂ ਕਹਿ ਵੀ ਦੇਵਾਂਗੇ ਸਤਿਕਾਰ, ਫਿਰ ਮੇਰੇ ਮਨ ਵਿੱਚ ਕੋਈ ਨਹੀਂ, ਕਿਉਂਕਿ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਪਰਿਵਾਰ ਬਾਰੇ, ਜਿਸ ਪਰਿਵਾਰ ਦੇ ਘਰ ਦੇ ਦੂਰ ਦੀ ਰਿਸ਼ਤੇ ਤਾਂ ਬਹੁਤ ਹੋਣਗੇ, ਘਰ ਦੇ ਨਿੱਜੀ ਤੌਰ 'ਤੇ
ਪੁੱਤ ਭਤੀਜੇ ਭਰਾ ਕੁੜਮ ਉਹ ਸ਼ਹੀਦ ਹੋ ਗਏ ਅਤੇ ਉਹਨਾਂ ਬਾਰੇ ਉਹ ਕਹੇ ਮਤਲਬ ਮੇਰੀ ਬਹੁਤ ਵੱਡੀ ਕੁਰਬਾਨੀ ਆ, ਇਹ ਏਜੰਸੀ ਦੇ ਬੰਦੇ ਅਤੇ ਤੂੰ ਪੰਥ ਦਾ ਵਫ਼ਾਦਾਰ ਹੋ ਗਿਆ। ਇਸ ਕਰਕੇ ਆਪਣੇ ਜਿਹੜੇ ਲਫਾਜ਼ ਆ ਉਹ ਵਾਪਸ ਲੈ, ਨਹੀਂ ਆਉਣ ਵਾਲਾ ਸਮਾਂ ਤੇਰੇ ਵਾਸਤੇ ਵੀ ਬਹੁਤਾ ਚੰਗਾ ਨਹੀਂ ਆਉਣਾ। ਜੀ ਤਾਂ ਇਸ ਸਨ ਭਾਈ ਚਰਨਜੀਤ ਸਿੰਘ ਜੱਸੋਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਨੇ ਅਤੇ ਇੰਟਰਨੈਸ਼ਨਲ ਪੰਥਕ ਦਲ ਜਿਹੜੀ ਕਿ ਇੱਕ ਪੰਥ ਦੀ ਸੇਵਾ ਕਰ ਰਹੀ ਜਥੇਬੰਦੀ ਭਾਈ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਹੋਣਾ ਬਣਾਈ ਉਹਨਾਂ ਦੇ ਬੁਲਾਰੇ ਵੀ ਹੈਗੇ ਨੇ, ਤਾਂ ਆਖਿਰ ਇਹ ਮਸਲਾ ਜਿਹੜਾ ਹੈਗਾ ਕਿਸ ਹਾਲਾਤਾਂ ਦੇ ਵਿੱਚ ਕਿਸ ਮਜਬੂਰੀ ਦੇ ਵਿੱਚ ਜਿਹੜਾ ਹੈਗਾ ਖੜ੍ਹਾ ਕੀਤਾ ਗਿਆ। ਸਿਆਸੀ ਸਟੇਜ ਦੇ ਉੱਤੋਂ 35 ਸਾਲਾਂ ਦੀ ਜੇਲ੍ਹ ਕੱਟਣ ਵਾਲੇ ਭਾਈ ਗੁਰਦੀਪ ਸਿੰਘ ਖੇੜਾ ਹੋਣਾ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਆਖਿਰ ਜਿਹੜੇ ਇਹਨਾਂ ਨੇ ਇਲਜ਼ਾਮ ਲਾਏ ਨੇ ਵੀ ਉਹਨਾਂ ਨੂੰ ਸਿੰਘ ਸਾਹਿਬ ਬਣਾਉਣ ਦਾ ਜਿਹੜਾ ਹੈਗਾ ਲਾਲਚ ਦਿੱਤਾ ਗਿਆ, ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਨੇ ਪਹਿਲੀ ਵਾਰ ਜਿਹੜੀਆਂ ਖੋਲ੍ਹ ਕੇ ਸਾਹਮਣੇ ਰੱਖੀਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਮੁੜ ਤੋਂ ਇੱਕ ਵਾਰ ਭਾਈ ਗੁਰਦੀਪ ਸਿੰਘ ਖੇੜਾ ਉਹਦੇ ਨਾਲ ਸੰਪਰਕ ਕਰਨ ਦਾ ਕਿ ਉਹ ਇਸ ਬਾਰੇ ਜਿਹੜਾ ਹੈਗਾ ਕੀ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਜਾਂ ਨਹੀਂ। ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਿਆ, ਧੰਨਵਾਦ। ਇਹ ਗੱਲਬਾਤ ਕਰਦਿਆਂ ਗੁਰੂ ਇਤਿਹਾਸ, ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਦੇ ਪਰਿਵਾਰ ਬਾਰੇ, ਗੁਰਧਾਮਾਂ ਬਾਰੇ, ਕਿਸੇ ਮਹਾਨ ਸ਼ਖਸੀਅਤ ਦੇ ਸਨਮਾਨ ਬਾਰੇ, ਜਾਣੇ ਅਣਜਾਣੇ ਦੇ ਵਿੱਚ ਕੋਈ ਤੁਰਟੀ ਕਮੀ ਬੋਲੀ ਗਈ ਹੋਵੇ, ਕੋਈ ਅਜਿਹਾ ਸ਼ਬਦ ਬੋਲਿਆ ਗਿਆ ਹੋਵੇ ਸ਼ਹੀਦ ਸਿੰਘਾਂ ਬਾਰੇ, ਤਾਂ ਅਸੀਂ ਭਾਈ ਖੇਮਾ ਦੇ ਜਾਵਾਂਗੇ। ਮੈਂ ਇੱਕ ਅਖੀਰ ਦੇ ਵਿੱਚ ਦੁਬਾਰਾ ਗੱਲ ਰਹਿ ਗਈ, ਪਹਿਲਾਂ ਵੀ ਕਹੀ, ਦੁਬਾਰਾ ਫੇਰ ਕਹਿਣੀ ਚਾਹੁੰਦਾ ਵੀ ਗੁਰਦੀਪ ਸਿੰਘ ਖੇੜੇ ਨੂੰ ਹੱਥ ਜੋੜ ਕੇ ਬੇਨਤੀ ਆ, ਤੁਹਾਡੇ ਚੈਨਲ ਰਾਹੀਂ ਜਾਂ ਕਿਸੇ ਹੋਰ ਚੈਨਲ ਰਾਹੀਂ ਜਿਸ ਵੇਲੇ ਸਾਨੂੰ ਮਰਜ਼ੀ, ਜਿਸ ਸਟੇਜ 'ਤੇ ਮਰਜ਼ੀ, ਉਹ ਕਾਲੀਆਂ ਦੀ ਸਟੇਜ 'ਤੇ ਦੁਬਾਰਾ ਬੋਲਾ, ਮੈਂ ਉੱਥੇ ਆਉਣ ਵਾਸਤੇ ਤਿਆਰ ਹਾਂ। ਉਹ ਸਾਡੇ ਸਾਹਮਣੇ ਬੈਠ ਕੇ ਇੱਕ ਮੈਕ ਉਹ ਲਿਆ, ਇੱਕ ਮੈਕ ਮੈਨੂੰ ਫੜਾ ਦੇਣਾ, ਉਹ ਸਵਾਲ ਕਰਨ 'ਤੇ ਮੈਂ ਜਵਾਬ ਦੂੰਗਾ, ਮੈਂ ਸਵਾਲ ਕਹਿੰਦਾ ਜਵਾਬ ਦੇਣਾ, ਆਪੇ ਪਤਾ ਲੱਜੂ ਪੰਥ ਦਾ ਕੌਣ ਆ ਅਤੇ ਮਤਲਬ ਸਰਕਾਰ ਦਾ ਕੌਣ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।